मैं नीमा मैं नीमा मैं नीमा मैं नीमा मैं नीमा मैं नीमा ते मेरा सतगुरु उच्चा असी उच्चियां दे संग लाई सदके जामा सदके जामा ਉਹਨਾਂ ਉੱਚਿਆਂ ਦੇ ਸਦਕੇ ਜਾਵਾਂ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਨਾਲ ਨਵਾਈ ਸੁਣ ਫਰਿਆਦ ਸਾਈਆਂ ਦਿਆ ਸਾਈਆਂ ਮੇਰੇ ਸਤਿਗੁਰ ਮੇਰੇ ਮੌਲਾ ਮੇਰੇ ਰਾਮ ਮੇਰੇ ਰਹੀਮ ਮੇਰੇ ਵਾਹਿਗੁਰੂ ਸੁਣ ਫਰਿਆਦ ਸਾਈਆਂ ਦਿਆ ਸਾਈਆਂ ਤੇ ਮੇਰੀ ਅਰਜ ਸੁਣੀ ਕੰਨ ਕਰਕੇ ਮੇਰਾ ਬੇੜਾ ਵਿੱਚ ਅੱਧ ਦੇ ਕਿਰਿਆ ਓਏ ਸਾਈਆਂ ਮੇਰਾ ਬੇੜਾ ਵਿੱਚ ਅੱਧ ਦੇ ਕਿਰਿਆ ਤੇ ਜਿੱਥੇ ਮੱਛ ਨਾ ਬਹਿੰਦੇ ਡਰ ਕੇ ਪੀਰ ਜਿਨ੍ਹਾਂ ਦਾ ਮੀਰਾ ਬਾਹੂ ਪੀਰ ਜਿਨ੍ਹਾਂ ਦਾ ਮੀਰਾ ਵਾਹੂ ਸੋਈ ਕੰਦੀ ਲੱਗਣ ਤਰਕੇ ਸੱਚੇ ਦਿਲੋਂ ਸੱਚੇ ਮਨੋਂ ਅਰਦਾਸ ਜੋ ਕਰਦਾ ਸੱਚੇ ਦਿਲੋਂ ਸੱਚੇ ਮਨੋਂ ਅਰਦਾਸ ਜੋ ਕਰਦਾ ਤੇ ਸਮਝੋ ਆਸਾ ਪੂਰੀ ਹੈ ਹਰ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਜ਼ਰੂਰੀ ਹੈ ਹਰ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਜ਼ਰੂਰੀ ਹੈ ਸੋਹਣੇ ਦਾ ਨਾਮ ਜ਼ਰੂਰੀ ਹੈ
ਬਾਬਾ ਜੀ ਦਾ ਨਾਮ ਜ਼ਰੂਰੀ ਹੈ। ਦਾਸ ਦੀ ਆਈ ਹੋਈ ਧਾਰਮਿਕ ਐਸਟ ਜਿਹਦੇ ਵਿੱਚ ਮੈਂ ਆਪਣੇ ਗੁਰੂ ਸਾਹਿਬ ਦੇ ਗੁਣ ਗਾਏ ਹੈ ਕਿ ਤੂੰ ਮੇਰਾ ਰਾਖਾ ਸਭਨੀ ਥਾਈਂ। ਆਓ ਸਾਰੇ ਰਲ ਕੇ ਅਰਦਾਸ ਬੇਨਤੀ ਕਰੀਏ ਤਾਂ ਜੋ ਅੱਜ ਦਾ ਕਾਰਜ ਸਫਲ ਹੋਵੇ। ਅੱਜ ਦਾ ਪ੍ਰੋਗਰਾਮ ਅਸੀਂ ਆਪਣੇ ਸਾਈਆਂ ਦੀ ਯਾਦ 'ਚ, ਸਾਡੇ ਬਜ਼ੁਰਗਾਂ ਦੀ ਯਾਦ 'ਚ ਇਕੱਠੇ ਹੋਏ ਹਾਂ। ਇਹ ਅਰਦਾਸ ਬੇਨਤੀ ਮੈਂ ਇਕੱਲੇ ਨੇ ਨਹੀਂ ਕਰਨੀ, ਸਾਰੀ ਸੰਗਤ ਨਹੀਂ ਕਰਨੀ ਹੈ। ਇੱਕ ਵਾਰੀ ਕਹਿ ਦਿਓ ਬੋਲ ਸਾਚੇ ਦਰਬਾਰ ਕੀ ਜੈ, ਕਿਉਂਕਿ ਸਾਰੀਆਂ ਰੂਹਾਂ ਦੇ ਵਿੱਚ ਪਰਮਾਤਮਾ ਆਪ ਬਿਰਾਜਮਾਨ ਹੈ। ਸੋ ਰਲ ਕੇ ਅਰਦਾਸ ਕਰਾਂਗੇ ਸਾਰੇ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਆਓ ਗੁਰੂ ਮਹਾਰਾਜ ਨੂੰ ਧਿਆਈਏ ਤਾਂ ਜੋ ਅੱਜ ਦਾ ਕਾਰਜ ਸਫਲ ਹੋਵੇ। ਸਾਰਿਆਂ ਨੇ ਕੀ ਕਹਿਣਾ? ਵਾਹਿਗੁਰੂ 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 ਪਲ ਪਲ ਯਾਦ ਕਰਾਂ ਮੈਂ ਤੈਨੂੰ, ਹੋਰ ਨਾ ਦਿਸੇ ਸਹਾਰਾ ਮੈਨੂੰ। ਵਾਹਿਗੁਰੂ 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 ਪਲ ਪਲ ਯਾਦ ਕਰਾਂ ਮੈਂ ਤੈਨੂੰ, ਹੋਰ ਨਾ ਦਿਸੇ ਸਹਾਰਾ ਮੈਨੂੰ। ਜਦ ਵੀ ਕੋਈ ਸੰਕਟ ਆਵੇ, ਜਦ ਵੀ ਕੋਈ ਸੰਕਟ ਆਵੇ, ਦੇ ਕੇ ਹੱਥ ਵਿਚਾਈ ਤੂੰ ਮੇਰਾ ਰਾਖਾ ਸਭਨੀ ਥਾਈਂ। ਇੱਥੋਂ ਬਿਸਲ ਆ ਰਹੀ ਹੈ, ਇਹਨੂੰ ਘੱਟ ਕਰ ਜੇ ਤੂੰ ਆ ਰਹੀ ਸੀ। ਤੂੰ ਮੇਰਾ ਰਾਖਾ ਸਭਨੀ ਥਾਈਂ, ਤੂੰ ਮੇਰਾ ਰਾਖਾ ਸਭਨੀ ਥਾਈਂ। ਵਾਹਿਗੁਰੂ 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 ਬੋਲੋ ਵਾਹਿਗੁਰੂ।
ਭਵ ਜਲ ਪਾਰਕ ਰਾਹ ਦੇ ਮਾਲਕਾਂ, ਭਵ ਜਲ ਪਾਰਕ ਰਾਹ ਦੇ ਮਾਲਕਾਂ, ਬੇੜੀ ਬੰਨੇ ਲਾ ਦੇ ਮਾਲਕਾਂ। ਭਵ ਜਲ ਪਾਰਕ ਰਾਹ ਦੇ ਮਾਲਕਾਂ, ਬੇੜੀ ਬੰਨੇ ਲਾ ਦੇ ਮਾਲਕਾਂ, ਇੱਥੇ ਉੱਥੇ ਦੋਹੀਂ ਜਹਾਨੀ, ਇੱਥੇ ਉੱਥੇ ਦੋਹੀਂ ਜਹਾਨੀ, ਪੂਰਾ ਸਾਥ ਨਵਾਈ। ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ। ਨਾਮ ਤੇਰੇ ਦਾ ਰੰਗ ਹੈ ਚੜਿਆ, ਦਾਤਾ ਤੇਰਾ ਪੱਲਾ ਫੜਿਆ। ਨਾਮ ਤੇਰੇ ਦਾ ਰੰਗ ਹੈ ਚੜਿਆ, ਦਾਤਾ ਤੇਰਾ ਪੱਲਾ ਫੜਿਆ। ਔਗਣ ਹਾਰ ਨਮਾਣੇ ਤਾਈ, ਔਗਣ ਹਾਰ ਨਮਾਣੇ ਤਾਈ, ਹਾੜਾ ਛੱਡਣਾ ਜਾਈ। ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ। ਮੈਨੂੰ ਤੇਰੇ ਬਾਜ ਨੀ ਸਰਦਾ, ਮੈਨੂੰ ਤੇਰੇ ਬਾਜ ਨੀ ਸਰਦਾ, ਮੈਂ ਹਾਂ ਕੁਕਰ ਤੇਰੇ ਦਰਦਾ। ਮੈਨੂੰ ਤੇਰੇ ਬਾਜ ਨੀ ਸਰਦਾ, ਮੈਂ ਹਾਂ ਕੁਕਰ ਤੇਰੇ ਦਰਦਾ। ਤੇਰਾ ਦਰ ਨੀ ਛੱਡਣਾ ਭਾਵੇਂ, ਤੇਰਾ ਦਰ ਨੀ ਛੱਡਣਾ ਭਾਵੇਂ, ਛਮਕਾ ਮਾਰ ਭਜਾਈ। ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ।
ਚਰਨਾਂ ਦੇ ਨਾਲ ਜੋੜ ਕੇ ਰੱਖੀ, ਚਰਨਾਂ ਦੇ ਨਾਲ ਜੋੜ ਕੇ ਰੱਖੀ, ਬੁਰੇ ਕੰਮਾਂ ਤੋਂ ਮੋੜ ਕੇ ਰੱਖੀ। ਚਰਨਾਂ ਦੇ ਨਾਲ ਜੋੜ ਕੇ ਰੱਖੀ, ਬੁਰੇ ਕੰਮਾਂ ਤੋਂ ਮੋੜ ਕੇ ਰੱਖੀ, ਲਾਭ ਚਿਤਾਮਲੀ ਵਾਲੇ ਉੱਤੇ, ਆਪਣੀ ਸਾਰੀ ਸੰਗਤ ਉੱਤੇ ਨਜ਼ਰ ਮਿਹਰ ਦੀ ਪਾਈ। ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ, ਸਭਨੀ ਥਾਈ ਮਾਲਕਾ ਸਭਨੀ ਥਾਈ, ਸਭਨੀ ਥਾਈ ਦਾਤਿਆ ਸਭਨੀ ਥਾਈ, ਸਭਨੀ ਥਾਈ ਮਾਲਕਾ ਸਭਨੀ ਥਾਈ। ਵਾਹਿਗੁਰੂ ਵਾਹਿ ਵਾਹਿਗੁਰੂ, ਵਾਹਿਗੁਰੂ ਵਾਹਿ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਇਸੇ ਧਾਰਮਿਕ ਵਾਦ ਦੇ ਨਾਲ ਸ਼ੁਰੂਆਤ ਕੀਤੀ ਗਈ ਹੈ, ਕਿਉਂਕਿ ਲਿਖਿਆ ਹੈ ਕਿ ਸੁੱਖ ਵੇਲੇ ਸ਼ੁਕਰਾਨਾ ਕਰੀਏ ਦੁੱਖ ਵੇਲੇ ਅਰਦਾਸ, ਸੁੱਖ ਵੇਲੇ ਸ਼ੁਕਰਾਨਾ ਕਰੀਏ ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ ਕਰੀਏ ਕਾਰ ਜਾਵੇ ਰਾਸ। ਇੱਕ ਇੱਕ ਦਾਣਾ ਚੁਗਣ ਲੱਗਿਆਂ ਪੰਛੀ ਸੀਸ ਚੁਕਾਵੇ, ਸੌ ਪਦਾਰਥ ਖਾ ਕੇ ਬੰਦਾ ਫੇਰ ਨਾ ਸ਼ੁਕਰ ਮਨਾਵੇ। ਅਕਿਰਤ ਕਣ ਬੰਦੇ ਤੋਂ ਚੰਗਾ ਇੱਕ ਰਾਹ ਦਾ ਰੋੜਾ, ਠੋਕਰ ਮਾਰ ਕੇ ਪੈਰਾਂ 'ਤੇ ਜੋ ਖੜਨਾ ਮੁੜ ਸਿਖਲਾਵੇ। ਧਾਰਮਿਕ ਇਬਾਦਤ ਦੇ ਨਾਲ ਸ਼ੁਰੂਆਤ ਕੀਤੀ ਗਈ ਹੈ। ਸਾਡੇ ਲਈ ਬਹੁਤ ਸਤਿਕਾਰਯੋਗ ਸੋਹਣ ਸਿੰਘ ਜੀ ਪਿੰਡ ਜਾਤੀਕੇ ਮਨੀਲਾ ਤੋਂ, ਉਹਨਾਂ ਵੱਲੋਂ ਬਹੁਤ ਸਨਮਾਨ ਭੇਜਿਆ ਗਿਆ, ਧੰਨਵਾਦ ਕਰਦੇ ਹਾਂ। ਔਰ ਹਰਜੀਤ ਸਿੰਘ ਜੀ ਪ੍ਰਧਾਨ ਸਾਹਿਬ, ਉਹਨਾਂ ਵੱਲੋਂ ਵੀ ਬਤੌਰੇ ਆਸ਼ੀਰਵਾਦ ਬਹੁਤ ਸਨਮਾਨ ਭੇਜਿਆ ਗਿਆ ਹੈ। ਅਵਤਾਰ ਜੀ ਔਰ ਸਾਡੇ ਪ੍ਰਦੀਪ ਭੱਟੀ ਜੀ, ਜਿਨ੍ਹਾਂ ਦੀ ਬਦੌਲਤ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ, ਉਹਨਾਂ ਵੱਲੋਂ ਵੀ ਬਹੁਤ ਸਨਮਾਨ ਭੇਜਿਆ ਗਿਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰੀ ਪ੍ਰਬੰਧਕ ਕਮੇਟੀ, ਸਰਪੰਚ ਸਾਹਿਬ ਨਿਰਮਲ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ, ਬੜੀ ਮਿਹਰਬਾਨੀ। ਕਰਨ ਸਟੂਡੀਓ, ਪ੍ਰਦੀਪ ਭੱਟੀ, ਜਿਨ੍ਹਾਂ ਦੀ ਬਦੌਲਤ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਆਪਣੀ ਇਸ ਪਾਰਟੀ ਵੱਲੋਂ ਇੱਕ ਮੈਸੇਜ, ਇੱਕ ਸੁਨੇਹਾ, ਉਹ ਤੋਂ ਪਹਿਲਾਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੈ ਭੁਪਿੰਦਰ ਗਿੱਲ ਜੰਗਿਆਣਾ ਅਤੇ ਬੀਬਾ ਜਸਵਿੰਦਰ ਜੀਤੂ ਐਂਡ ਪਲਟੀ ਰੋਪੜ। ਗੱਲ ਕਰਨ ਵੇਲੇ ਇੱਕੋ ਥੋੜ੍ਹੀ ਜਿਹੀ ਹੋਰ ਵੀ ਡਿਲੇ ਘੱਟ ਕਰਦੇ। ਕੋਈ ਵੀ ਕੰਮ ਕਰਨਾ ਹੋਵੇ ਪਰਮਾਤਮਾ ਨੂੰ ਧਿਆਉਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਰੱਬ ਨੂੰ ਪਿਆਰ, ਉਸ ਤੋਂ ਬਾਅਦ ਦੇਸ਼ ਪਿਆਰ, ਉਹਦੇ ਬਾਅਦ ਦੇਖੀ ਜਾਊ। ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਹੀਰ ਛੱਡ ਗਈ ਸਾਥ, ਸਹੇਲੀਆਂ ਦਾ ਅਸਾਂ ਪਰਦੇਸੀਆਂ ਨੇ ਇੱਕ ਦਿਨ ਟੁਰ ਜਾਣਾ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਸੋ ਮੇਲੇ ਕਰਵਾਉਣੇ ਬਹੁਤ ਔਖੇ ਹੈ,
ਇੱਕ ਵਾਰੀ ਮੇਲਾ ਕਰਵਾਉਣ ਵਾਲਿਆਂ ਦੇ ਨਾਂ 'ਤੇ ਖੁੱਲ੍ਹ ਕੇ ਤਾੜੀਆਂ ਮਾਰ ਦਿਓ ਸਾਰੇ ਜਾਣੇ। ਨਗਰ ਖੇੜੇ ਦਾ ਮੇਲਾ, ਪਿੰਡ ਦਾ ਮੇਲਾ, ਦੂਰੋਂ ਨੇੜਿਓਂ ਆਈਆਂ ਸੰਗਤਾਂ ਦਾ ਮੇਲਾ, ਜਿੱਥੇ ਕਾਫੀ ਬੰਦੇ ਇਕੱਠੇ ਹੋ ਜਾਣ ਉਹਦਾ ਰੂਪ ਬਣ ਜਾਂਦਾ ਮੇਲਾ। ਸੋ ਮੇਲੇ 'ਤੇ ਇਕੱਠੇ ਹੋਏ ਆ ਬਜ਼ੁਰਗਾਂ ਦੀ ਯਾਦ 'ਚ। ਲਓ ਜੀ, ਪੁਰਾਣੇ ਗਾਣੇ ਸਾਡੇ ਸੁਣਦੇ ਰਹਿੰਦੇ ਹੋ, ਮੈਂ ਇੱਕ ਨਵਾਂ ਗਾਣਾ ਤੁਹਾਡੇ ਨਾਲ ਸਾਂਝਾ ਕਰਦਾ। ਉਹ ਤਾਰਿਆ ਸਟੈਂਡ ਦੇਖ ਰਿਹਾ ਕਿੱਥੇ ਹੈ, ਪਿੰਡ ਨੂਰਪੁਰ ਜੱਟਾਂ ਇਲਾਕੇ ਵਾਲਿਓ, ਆਹ ਚਾਹੇ ਗਾਉਣ ਵਾਲਾ ਸਟੈਂਡ ਹੋਵੇ, ਚਾਹੇ ਬੰਦੇ ਦਾ ਵੈਸੇ ਹੀ ਜ਼ਿੰਦਗੀ 'ਚ ਸਟੈਂਡ ਹੋਵੇ, ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਜਿਹੜੇ ਬੰਦੇ ਦਾ ਸਟੈਂਡ ਨਹੀਂ ਹੈ ਉਹ ਬੰਦਾ ਕਿਤੇ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ। ਤੁਸੀਂ ਆਪੋ ਆਪਣਾ ਸਟੈਂਡ ਰੱਖਿਆ ਕਰੋ, ਸਾਡਾ ਤਾਂ ਗਾਉਣ ਵਾਲਿਆਂ ਦਾ ਆਹੀ ਹੁੰਦਾ, ਅਸੀਂ ਤਾਂ ਗੱਡੀ 'ਚ ਰੱਖੀ ਦਾ ਪਤਾ ਨਹੀਂ ਕਿੱਥੇ ਲੈਣਾ ਪੈ ਜੂਗਾ। ਪਰ ਥੋੜ੍ਹਾ ਜਿਹਾ ਮੈਂ ਕਿ ਟਾਇਟ ਵੱਧ ਲੱਗੀ ਜਾਂਦਾ, ਮਾੜਾ ਜਿਹਾ ਰੈਲਾ ਕਰ ਮਾੜਾ ਜਿਹਾ ਵੀਰ ਨੂੰ। ਮਾੜਾ ਜਿਹਾ ਗਰੀਸ ਗਰੂਸ ਕਰਕੇ ਰੱਖਿਆ ਕਰੋ ਯਾਰ। ਹਾਂਜੀ, ਲਓ ਜੀ, ਗਾਣਾ ਪੇਸ਼ ਕਰਦੇ ਹਾਂ ਇੱਕ ਭਰਜਾਈ ਦਾ, ਲੱਲੂ ਜਾਂ ਦਿਓਰ। ਨਾ ਉਹਨੂੰ ਖਾਣ ਦਾ ਚੱਜ, ਨਾ ਉੱਠਣ ਦਾ, ਨਾ ਬੈਠਣ ਦਾ, ਨਾ ਨਹਾਉਣ ਦਾ, ਨਾ ਸੌਣ ਦਾ, ਭਰਜਾਈ ਨੂੰ ਬੜੀ ਟੈਨਸ਼ਨ। ਮੇਰੇ ਨਾਲ ਜਸਵਿੰਦਰ ਜੀਤੂ। ਨੀ ਆ ਜਾ ਕੁੜੀਏ ਭੱਜ ਕੇ, ਪਿੱਛੋਂ ਨੂਰਪੁਰ ਜੱਟਾਂ ਵਾਲਿਆਂ ਦਾ ਲੰਗਰ ਖਾ ਲਈ ਰੱਜ ਕੇ। ਉਹ ਦੇਖੇ ਕਿਤੇ ਭਾਈ ਚੁੰਨੀ ਚਾਨੀ ਨਾ ਪਸਾ ਲਈ। ਹਾਂਜੀ, ਲਓ ਜੀ, ਗਾਣਾ ਪੇਸ਼ ਕਰਦੇ ਹਾਂ ਇੱਕ ਭਰਜਾਈ ਦਾ, ਲੱਲੂ ਜਾਂ ਦਿਓਰ। ਨਾ ਉਹਨੂੰ ਖਾਣ ਦਾ ਚੱਜ, ਨਾ ਉੱਠਣ ਦਾ, ਨਾ ਬੈਠਣ ਦਾ, ਨਾ ਨਹਾਉਣ ਦਾ, ਨਾ ਸੌਣ ਦਾ, ਭਰਜਾਈ ਨੂੰ ਬੜੀ ਟੈਨਸ਼ਨ। ਕਹਿੰਦੀ ਬੂ ਮੈਂ ਮਰ ਜਾਂ, ਨੀ ਇਹਨੂੰ ਕਿਹੜਾ ਕੁੜੀ ਦੇ ਦੂਗਾ, ਇਹਦੇ ਘਰੇ ਕਿੱਥੇ ਡੋਲੇ ਆ ਜਾਣਗੇ। ਭਰਜਾਈ ਐਡੀ ਤਿੱਖੀ ਨਿਕਲੀ, ਵਿੱਚ ਵਿਚੋਲਾ ਪਾ ਕੇ ਢਾਹ ਭੰਨ ਕਰਕੇ ਬਠਿੰਡੇ ਵਾਲੇ ਟਿੱਬਿਆਂ ਦੇ ਪਾਣੀ ਚੜ੍ਹਾ ਹੀ ਦਿੱਤਾ। ਕਹਿਣ ਦਾ ਭਾਵ ਰਿਸ਼ਤਾ ਕਰਾਤਾ, ਹੁਣ ਵਿਆਹੁਣ ਗਿਆ ਵੈ। ਭਰਜਾਈ ਨੂੰ ਫਿਰ ਟੈਨਸ਼ਨ ਵੜ ਵੜ ਖਾਈ ਜਾਂਦੀ ਹੈ, ਹੋਰ ਨਾ ਕਿਤੇ ਟੁੱਟ ਪੈਣਾ, ਕੁੜੀ ਦੇ ਮੂਹਰੇ ਮੂਹਰੇ ਨਾ ਭੱਜਿਆ ਫਿਰਦਾ ਹੋਵੇ, ਐਂ ਨਹੀਂ ਪਤਾ ਲਾਵਾਂ ਪੂਰੀਆਂ ਲੈ ਕੇ ਆਊਗਾ। ਸ਼ਾਮ ਦੇ 5 ਵੱਜ ਗਏ, ਰੌਲਾ ਪੈ ਗਿਆ ਕਿ ਡੋਲੀ ਆ ਗਈ, ਓਏ ਆ ਗਏ, ਓਏ ਆ ਗਏ ਓਏ। ਬੇਬੇ ਨੇ ਭਾਈ ਦੂਰੀ ਚੁੰਨੀ ਲੈ ਕੇ ਕੰਮ ਚਲਾਤਾ, ਪਤਾ ਕੀ ਆਖੇ, ਪਾਣੀ ਬਾਹਰ ਨੀ ਬੰਨੇ ਦੀਏ ਮਾਏ, ਬੰਨਾ ਬੰਨੀ ਬਾਹਰ ਖੜੇ, ਪਾਣੀ ਬਾਹਰ ਨੀ ਬੰਨੇ ਦੀਏ ਮਾਏ, ਬੰਨਾ ਬੰਨੀ ਬਾਹਰ ਖੜੇ। ਜੋੜੀ ਐਡੀ ਸੁਨੱਖੀ, ਇੱਕ ਬੀਬੀ ਤੋਂ ਰਿਹਾ ਨਾ ਗਿਆ, ਪੂਰੇ ਜੋਸ਼ ਦੇ ਵਿੱਚ ਉਹਨੇ ਦੋਹਾ ਚੱਕਤਾ, ਵੀਰਾ ਸੋਹਣਿਆ ਬੇਅੰਤ ਪਿਆਰਿਆ ਦੋ। ਇੱਕ ਮੈਨੂੰ ਗੱਲ ਸਮਝ ਨਹੀਂ ਆਉਂਦੀ, ਅਸੀਂ ਕਲਾਕਾਰ ਹਾਂ, ਤਰੀਕੇ ਨਾਲ ਗਾਈਦਾ ਵੀ ਸਾਰੀ ਉਮਰ ਗਾਉਣਾ, ਜਿਵੇਂ ਮੁਹੰਮਦ ਸਦੀਕ ਸਾਹਿਬ ਅਤੇ ਰਣਜੀਤ ਕੌਰ ਨੇ ਸਮਾਂ ਹੰਢਾਇਆ। ਇਹ ਜਿਹੜੀਆਂ ਬੀਬੀਆਂ ਭੈਣਾਂ ਮਹਾਰਾਜ ਦੀ ਸਹੁੰ ਲੱਗੇ, ਇੱਕ ਵਿਆਹ 'ਤੇ ਸਾਰਾ ਜ਼ੋਰ ਲਾ ਦਿੰਦੀਆਂ, ਅਤੇ ਕਈਆਂ ਦੇ ਸ਼ਾਮ ਨੂੰ ਸਿਰ ਦੁਖਣ ਲੱਗ ਜਾਂਦੇ ਆ, ਬੱਲੇ ਬੱਲੇ ਕਈਆਂ ਨੇ ਚੁੰਨੀਆਂ ਦੇ ਨਾਲ ਐਸ ਕੱਸ ਕੇ ਸਿਰ ਬੰਨੇ ਹੁੰਦੇ ਹਨ ਕੱਸ ਕੇ। ਜੇ ਬੰਦਾ ਪੁੱਛ ਲਏ ਬੇਬੇ ਲੱਡੂ ਕਿੱਥੇ ਆ, ਬੇ ਪੁੱਤ ਇੱਥੇ ਬੀਬੇ ਬੂਬੇ 'ਚ ਪਏ ਹੋਣਗੇ, ਬੇ ਬੀਬੇ 'ਚ ਗਲੇ ਦਾ ਵੀ ਪੀਪਾ ਹੀ ਬਣ ਜਾਂਦਾ। ਤੁਹਾਨੂੰ ਪਤਾ ਹੈ ਨੂਰਪੁਰ ਜੱਟਾਂ ਵਾਲਿਓ, ਹੱਥਾਂ ਦੇ ਵੱਟੇ ਲੱਡੂ ਅੱਜ ਕੱਲ੍ਹ ਕਿੱਥੇ ਮਿਲਦੇ ਆ, ਜ਼ਮਾਨਾ ਬਦਲ ਗਿਆ। ਔਰ ਅੱਜ ਕੱਲ੍ਹ 2.5 ਘੰਟਿਆਂ 'ਚ ਵਿਆਹ ਨਿਬੜ ਜਾਂਦਾ, ਐਂ ਨਹੀਂ ਪਤਾ ਲੱਗਦਾ ਕੁੜੀ ਵਾਲਿਆਂ ਦਾ ਘਰ ਕਿੱਥੇ, ਮੁੰਡੇ ਵਾਲਿਆਂ ਦਾ ਕਿਤੇ, ਪਹਿਲੇ ਸੋ ਡੋਲੀ ਵੇਦਾ ਹੋ ਜਾਂਦੀ ਹੈ। ਲਓ ਜੀ, ਗੱਲ ਆਪਾਂ ਮੋੜ ਕੇ ਉੱਥੇ ਲੈ ਕੇ ਆਉਂਦੇ ਹਾਂ। ਭਰਜਾਈ ਉਹਨੂੰ ਬੜਿਆ ਕੇ ਪੁੱਛਦੀ ਹੈ ਵੀ ਕਿਸੇ ਨੇ ਦਾਰੂ ਪੀ ਕੇ ਖਰਾਬੀ ਤਾਂ ਨਹੀਂ ਕਰੀ, ਅਤੇ ਬੀਬੀਆਂ ਭੈਣਾਂ ਨੂੰ ਪਕੌੜੇ ਸਹੀ ਮਿਲ ਗਏ ਸੀ।
ਉਹ ਆਪਣੀ ਜਨ ਦਾ ਸਾਰਾ ਹਿਸਾਬ ਕਿਤਾਬ ਆਪਣੀ ਭਾਬੀ ਨੂੰ ਦਿੰਦਾ ਕਿ ਗੀਤ ਰਾਹੀਂ। ਹਾਂ ਵੀ ਭਾਬੀ ਜੀ ਪਾਣੀ ਪੀ ਕੇ ਤਾਤਰੀਕਾਲ ਇੱਕ ਵਾਰੀ ਫੇਰ ਤਾਤਰੀਕਾਲ ਕੀ ਗੱਲ ਹੋ ਗਈ ਤਬਲੇ ਵਾਲੇ ਕੋਲੇ ਚਲੀ ਗਈ ਦੇਖ ਲਾ ਕਿਵੇਂ ਵਜਾਉਂਦਾ ਆਪਾਂ ਕੰਮ ਦੀ ਗੱਲ ਕਰੀਏ ਇਧਰਲੇ ਪਾਸੇ ਆ ਰਾਈਟ ਨਹੀਂ ਲੈਫਟ ਆਪਣੇ ਘਰ ਵਾਲੀ ਲਿਆਵਾਂ ਦਿਖਾਵਾਂ ਦੇਖਣੀ ਹੈ ਮੈਂ ਸਾਰਿਆਂ ਨੂੰ ਦਿਖਾ ਦਿੰਦਾ ਲੈ ਚੱਲਿਆ ਜੱਟ ਲੈਣ ਮੇਰਾ ਕਿਹੜਾ ਤੇਲ ਮੱਚਦਾ ਹੈ ਨਾ ਨਾ ਭਾਬੀ ਪੱਕਾ ਰੰਗ ਇਹ ਨਹੀਂ ਲੈਂਦਾ ਤੇਰਾ ਪਾਊਡਰ ਲੈ ਜੂ ਨਾਲੇ ਸਾਰੇ ਪਿੰਡ ਵਾਲਿਆਂ ਨੂੰ ਪਤਾ ਮਸਾਂ ਦਾ ਰੋਟੀ ਪੱਕਦੀ ਹੋਈ ਆ ਮੈਂ ਰੰਗ ਤੋਂ ਕੀ ਲੈਣਾ ਪਰ ਦੇਖੀ ਜਾਈ ਭਾਬੀ ਜਦੋਂ ਮੈਂ ਖੇਤੋਂ ਆਇਆ ਕਰਨਾ ਮੋਟਰ ਤੋਂ ਝੋਨੇ ਨੂੰ ਪਾਣੀ ਲਾ ਕੇ ਇਹਨੇ ਇਹ ਤਾਂ ਸਰੋਂ ਦਾ ਤੇਲ ਲਾ ਕੇ ਹਨੇਰੇ 'ਚ ਖੜੀ ਨਚਾਰਾਂ ਕੋਈ ਲਿਸ਼ਕਾਰੇ ਮਾਰਿਆ ਕਰੂਗੀ ਮੈਂ ਨਾ ਭਾਬੀ ਮੂੰਹ ਨਾ ਤੂੰ ਵੀ ਵਜਾਊਂਗਾ ਲਾ ਦੀਏ ਖਾੜਾ ਚੱਕ ਦੀਏ ਟੈਂਗ ਡੈਂਗ 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 ਟਿਕ 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 ਸ਼ਗਨਾਂ ਦੀ ਨਾਲ ਤੋਰਿਆ ਸੀ ਤੈਨੂੰ ਸੁਰਮਾ ਪਾ ਕੇ ਵੇ ਪਰੀਆਂ ਜਹੀ ਜਰਾਣੀ ਨੂੰ ਤੂੰ ਲਿਆਇਆ ਵਿਆ ਕੇ ਵੇ ਕਿੱਦਾਂ ਪਾਉਣਾ ਨੱਚਣਾ ਸਾਰੀ ਰਾਤ ਦਿਓਰਾ ਵੇ ਸਾਰੀ ਰਾਤ ਦਿਓਰਾ ਵੇ ਸੋਹਰੀ ਕਰਦੀ ਕੋਈ ਸੁਣਾ ਗੱਲਬਾਤ ਦਿਓਰਾ ਵੇ ਸੋਹਰੀ ਕਰਦੀ ਕੋਈ ਸੁਣਾ ਗੱਲਬਾਤ ਦਿਓਰਾ ਹਾਵੇ ਜਦੋਂ ਪਹੁੰਚ ਗਈ ਸਾਲੀਆਂ ਰੀਵਨ ਤਾਣ ਕੇ ਖੜ ਗਈਆਂ ਜਦੋਂ ਪਹੁੰਚ ਗਈ ਸਾਲੀਆਂ ਰੀਵਨ ਤਾਣ ਕੇ ਖੜ ਗਈਆਂ 3100 ਤੋਂ ਘੱਟ ਨਹੀਂ ਲੈਣਾ ਸਾਰੀਆਂ ਹੀ ਅੜ ਗਈਆਂ ਜਦੋਂ ਪਹੁੰਚ ਗਈ ਸਾਲੀਆਂ ਰੀਵਨ ਤਾਣ ਕੇ ਖੜ ਗਈਆਂ 3100 ਤੋਂ ਘੱਟ ਨਹੀਂ ਲੈਣਾ ਸਾਰੀਆਂ ਹੀ ਅੜ ਗਈਆਂ ਉਹ ਧੱਕ ਮਧੱਕਾ ਉਹ ਧੱਕ ਮਧੱਕਾ ਉਹ ਧੱਕ ਮਧੱਕਾ ਹੁੰਦਾ ਵੇਖ ਬਚੋਲਾ ਆਇਆ ਨੀ ਉਹ ਧੱਕ ਮਧੱਕਾ ਹੁੰਦਾ ਵੇਖ ਬਚੋਲਾ ਆਇਆ ਨੀ ਹਾਂ ਬਚੋਲਾ ਆਇਆ ਨੀ ਆ 2100 ਵਿੱਚ ਸਾਰਾ ਉਹਨੇ ਜੱਬ ਮੁਕਾਇਆ ਨੀ 2100 ਵਿੱਚ ਸਾਰਾ ਉਹਨੇ ਜੱਬ ਮੁਕਾਇਆ ਨੀ ਆ 2100 ਵਿੱਚ ਸਾਰਾ ਉਹਨੇ ਜੱਬ ਮੁਕਾਇਆ ਨੀ ਹਾਂ ਭਾਬੀ ਹਾਂ ਚਾਹ ਪੀਣ ਤੋਂ ਬਾਅਦ ਆਨੰਦ ਵੀ ਹੋਏ ਹੋਣੇ
ਵੀ ਹੋਏ ਹੋਣੇ ਵੇ, ਕਿਸੇ ਕੁੜੀ ਨੇ ਬੂਟ ਕਿਚੀਰੀ ਲਕੋਏ ਹੋਣੇ ਵੇ। ਕੁੜੀ ਨੇ ਬੂਟ ਵਿੱਚ ਰੀਲ ਪੋਏ ਹੋਣੇ ਵੇ, ਕੀ ਹੋਇਆ ਸੀ ਦੱਸ ਦੇ, ਹਾਂ ਕੀ ਹੋਇਆ ਸੀ ਦੱਸ ਦੇ, ਜਦੋਂ ਬੁਲਾਇਆ ਕੱਲੇ ਨੂੰ ਤੇ ਬੁਲਾਇਆ ਕੱਲੇ ਨੂੰ, ਬਹੁਤਾ ਤਾਂ ਨੀ ਕੁੜੀਆਂ ਨੇ ਬੰਦੜਾਇਆ ਕੱਲੇ ਨੂੰ, ਮੈਨੂੰ ਬਹੁਤਾ ਤਾਂ ਨੀ ਸਾਰੀਆਂ ਨੇ ਬੰਦੜਾਇਆ ਕੱਲੇ ਨੂੰ। ਲੈ ਸੁਣ ਲਾ ਭਾਬੀ, ਫਿਰ ਖੁੱਲੇ ਜਿਹੇ ਬਰਾਂਡੇ ਵਿੱਚ ਇੱਕ ਮੰਜਾ ਡਾਇਆ ਸੀ, ਖੁੱਲੇ ਜਿਹੇ ਬਰਾਂਡੇ ਵਿੱਚ ਇੱਕ ਮੰਜਾ ਡਾਇਆ ਸੀ, ਕੱਢਮੀ ਚਾਦਰ ਪਾ ਕੇ ਸਾਲੀਆਂ ਖੂਬ ਸਜਾਇਆ ਸੀ। ਨਾਲੇ ਗੱਲ ਸੁਣ ਲਾ ਭਾਬੀ, ਮੈਨੂੰ ਕਮਲਾ ਜਾ ਨਾ ਗਿਣੀ, ਜੱਟ ਦੇ ਸਹੁਰਿਆਂ ਦਾ ਘਰ ਪੌਣੇ ਕਿੱਲੇ 'ਚ ਆ, ਪੌਣੇ ਕਿੱਲੇ 'ਚ। ਉਹ ਖੁੱਲੇ ਜਿਹੇ ਬਰਾਂਡੇ ਵਿੱਚ ਇੱਕ ਮੰਜਾ ਡਾਇਆ ਸੀ, ਕੱਢਮੀ ਚਾਦਰ ਪਾ ਕੇ ਸਾਲੀਆਂ ਖੂਬ ਸਜਾਇਆ ਸੀ। ਕਹਿੰਦੀਆਂ ਬਹਿ ਜੋ ਜੀਜਾ ਜੀ, ਕਹਿੰਦੀਆਂ ਬਹਿ ਜੋ ਜੀਜਾ ਜੀ, ਕਹਿੰਦੀਆਂ ਬਹਿ ਜੋ ਜੀਜਾ ਜੀ, ਸਭ ਕੋਲ ਖਲੋ ਗਈਆਂ, ਸਾਰੀਆਂ ਕੋਲ ਖਲੋ ਗਈਆਂ। ਜਦ ਬੈਠਣ ਲੱਗਿਆ ਲੱਤਾਂ ਮੇਰੀਆਂ ਤਾਨੂੰ ਹੋ ਗਈਆਂ, ਬੈਠਣ ਲੱਗਿਆ ਲੱਤਾਂ ਮੇਰੀਆਂ ਤਾਨੂੰ ਹੋ ਗਈਆਂ, ਜਦ ਬੈਠਣ ਲੱਗਿਆ ਲੱਤਾਂ ਮੇਰੀਆਂ ਤਾਨੂੰ ਹੋ ਗਈਆਂ। ਬਿਛੜਿਆ ਹਾਸਾ ਡੰਡ ਛਪੀਰੀ ਪੈ ਕੇ ਹੋਣੀ ਏ, ਫਿਰ ਭਗ ਸੰਧੂਰੀ ਤੇਰੇ ਸਿਰ ਤੋਂ ਲੈ ਕੇ ਹੋਣੀ ਏ, ਹਾਸਾ ਆਉਂਦਾ ਮੈਨੂੰ, ਹਾਂ ਹਾਸਾ ਆਉਂਦਾ ਚੱਲ ਫੇਰ ਕੀ ਹੋਇਆ ਸੱਟਾਂ ਤਾਂ ਨੀ ਵੱਜੀਆਂ ਤੇਰੇ ਵੇ, ਚੱਲ ਫੇਰ ਕੀ ਹੋਇਆ ਸੱਟਾਂ ਤਾਂ ਨੀ ਵੱਜੀਆਂ ਤੇਰੇ ਵੇ। ਲੈ ਅਗਲੀ ਗੱਲ ਸੁਣ ਲਾ ਭਾਬੀ, ਮੈਨੂੰ ਡਿੱਗੇ ਹੋਏ ਨੂੰ, ਮੈਨੂੰ ਡਿੱਗੇ ਹੋਏ ਨੂੰ, ਮੈਨੂੰ ਡਿੱਗੇ ਹੋਏ ਨੂੰ ਫੜ ਕੇ ਕੁਰਸੀ ਉੱਤੇ ਬਿਠਾ ਦਿੱਤਾ, ਮੈਨੂੰ ਡਿੱਗੇ ਹੋਏ ਨੂੰ ਫੜ ਕੇ ਕੁਰਸੀ ਉੱਤੇ ਬਿਠਾ ਦਿੱਤਾ, ਖਾਲਾ ਕਹਿਣ ਗੁਲਾਬ ਜਾਮਣਾ ਮੇਚ ਸਜਾ ਦਿੱਤਾ। ਕਹਿੰਦੇ ਖਾਲਾ ਖਾਲਾ ਖਾਲਾ, ਪ੍ਰਾਹੁਣਿਆਂ ਨਵੀਂ ਰਿਸ਼ਤੇਦਾਰੀ ਆ, ਖਾਲਾ ਖਾਲਾ ਖਾਲਾ। ਮੈਨੂੰ ਡਿੱਗੇ ਹੋਏ ਨੂੰ ਫੜ ਕੇ ਕੁਰਸੀ ਉੱਤੇ ਬਿਠਾ ਦਿੱਤਾ, ਖਾਲਾ ਕਹਿਣ ਗੁਲਾਬ ਜਾਮਣਾ ਮੇਚ ਸਜਾ ਦਿੱਤਾ, ਖਾਲਾ ਕਹਿਣ ਗੁਲਾਬ ਜਾਮਣਾ ਮੇਚ ਸਜਾ ਦਿੱਤਾ। ਮੇਰੇ ਉੱਡ ਗਏ ਤੋਤੇ, ਹਾਏ ਉੱਡ ਗਏ ਤੋਤੇ, ਉੱਡ ਗਏ ਤੋਤੇ, ਇੱਕ ਪੀਸ ਜਦ ਮੂੰਹ ਵਿੱਚ ਪਾਇਆ ਸੀ, ਖਾਣ ਨੂੰ ਮੂੰਹ ਵਿੱਚ ਪਾਇਆ ਸੀ। ਊਠ ਦੇ ਲੇਡਿਆਂ ਨੂੰ ਉਹਨਾਂ ਨੇ ਰੰਗ ਕਰਾਇਆ ਸੀ। ਮਹਾਰਾਜ ਦੀ ਸਹੁੰ ਲੱਗੇ ਭਾਬੀ, ਕੋ ਘੱਟ ਹੋਏ, ਮਹਾਰਾਜ ਦੀ ਸਹੁੰ ਲੱਗੇ ਭਾਬੀ। ਅਸੀਂ ਸਾਰੇ ਨੂਰਪੁਰ ਜੱਟਾਂ ਵਾਲੇ ਬਰਾਤੀ ਸਾਰੇ ਚੱਕਰਾਂ 'ਚ ਪੈ ਗਏ ਵੀ ਇਹੋ ਜਿਹਾ ਸਹੁਰਿਆਂ ਨੇ ਕਿਹੜਾ ਹਲਵਾਈ ਕਰ ਲਿਆ ਜਿਹੜਾ ਨਮਕੀਨ ਗੁਲਾਬ ਜਾਮਣਾ ਬਣਾਉਂਦਾ।
ਨਾਲੇ ਗੱਲ ਸੁਣ ਲਾ ਭਾਬੀ, ਮੇਰੀ ਬਰਾਤ ਗਈ ਸੀ ਮਾਲਵੇ 'ਚ ਬਲਕਾਰ ਸਿੱਧੂ ਦੇ ਪਿੰਡ ਪੂਲੇ, ਜਦੋਂ ਮੈਂ ਟੇਢਾ ਜਿਹਾ ਹੋ ਕੇ ਦੇਖਿਆ ਨਾ ਐਂ ਜਿਹੇ ਕਰਕੇ ਦੇਖਿਆ, ਉਹਨਾਂ ਦੀ ਕਿੱਕਰ ਥੱਲੇ ਬੋਤਾ ਬੰਨਿਆ ਵਾ, ਉੱਥੇ ਤਿੰਨ ਚਾਰ ਜਣੀਆਂ ਲੇਡੇ ਹੋਰ ਚੁਗੀ ਜਾਣ। ਨਾਲੇ ਗੱਲ ਸੁਣ ਲਾ ਭਾਬੀ, ਲੇਡੇ ਦੋ ਤਰ੍ਹਾਂ ਦੇ ਸੀਗੇ, ਮੇਲ ਅਤੇ ਫੀਮੇਲ, ਕਿਉਂਕਿ ਨਾਲ ਉਹਨਾਂ ਦੀ ਬੋਤੀ ਵੀ ਬੰਨੀ ਹੋਈ ਸੀ। ਮੈਨੂੰ ਡਿੱਗੇ ਹੋਏ ਨੂੰ, ਮੈਨੂੰ ਡਿੱਗੇ ਹੋਏ ਨੂੰ, ਮੈਨੂੰ ਡਿੱਗੇ ਹੋਏ ਨੂੰ ਫੜ ਕੇ ਕੁਰਸੀ ਉੱਤੇ ਬਿਠਾ ਦਿੱਤਾ, ਖਾਲਾ ਕਹਿਣ ਗੁਲਾਬ ਜਾਮਣਾ ਮੇਜ ਸਜਾ ਦਿੱਤਾ, ਖਾਲਾ ਖਾਲਾ ਕਹਿਣ ਗੁਲਾਬ ਜਾਮਣਾ ਮੇਜ ਸਜਾ ਦਿੱਤਾ। ਮੇਰੇ ਉੱਡ ਗਏ ਤੋਤੇ, ਹਾਏ ਉੱਡ ਗਏ ਤੋਤੇ, ਉੱਡ ਗਏ ਤੋਤੇ, ਇੱਕ ਪੀਸ ਜਦ ਮੂੰਹ ਵਿੱਚ ਪਾਇਆ ਸੀ, ਖਾਣ ਨੂੰ ਮੂੰਹ ਵਿੱਚ ਪਾਇਆ ਸੀ, ਊਠ ਦੇ ਲੇਡਿਆਂ ਨੂੰ ਉਹਨਾਂ ਨੇ ਰੰਗ ਕਰਾਇਆ ਸੀ, ਊਠ ਦੇ ਲੇਡਿਆਂ ਨੂੰ ਉਹਨਾਂ ਨੇ ਰੰਗ ਕਰਾਇਆ ਸੀ, ਆ ਊਠ ਦੇ ਲੇਡਿਆਂ ਨੂੰ ਉਹਨਾਂ ਨੇ ਰੰਗ ਕਰਾਇਆ ਸੀ। ਬਹਿ ਜੇ ਬੇੜਾ ਮੇਰੀਆਂ ਸਾਲੀਆਂ ਦਾ ਰੱਬਾ, ਲੱਗੀ ਨੂੰ ਵੇਖਲਾ ਤੈਨੂੰ ਕੀ ਸਮਝਾਇਆ ਸੀ, ਮੈਂ ਜਾਣ ਲੱਗੀ ਨੂੰ ਵੇਖਲਾ ਤੈਨੂੰ ਕੀ ਸਮਝਾਇਆ ਸੀ, ਪਰ ਤੂੰ ਪੂਰਾ ਡੰਡੂਆ ਨਾ ਖਾਨੇ ਵਿੱਚ ਪਾਇਆ ਸੀ। ਮੈਂ ਜਾਣ ਲੱਗੀ ਨੂੰ ਵੇਖਲਾ ਤੈਨੂੰ ਕੀ ਸਮਝਾਇਆ ਸੀ, ਪਰ ਤੂੰ ਪੂਰਾ ਡੰਡੂਆ ਨਾ ਖਾਨੇ ਵਿੱਚ ਪਾਇਆ ਸੀ। ਦੱਸ ਦੀ ਮੈਨੂੰ ਹੋਰ, ਹਾਂ ਦੱਸ ਦੇ ਮੈਨੂੰ ਹੋਰ, ਤਾਂ ਨਾ ਕੋਈ ਹੋਈ ਖਰਾਬੀ ਵੇ, ਹਾਂ ਹੋਈ ਖਰਾਬੀ ਵੇ, ਦਾਰੂ ਪੀ ਕੇ ਲਿਟਿਆ ਤਾਂ ਨੀ ਕੋਈ ਸ਼ਰਾਬੀ ਵੇ, ਉੱਥੇ ਦਾਰੂ ਪੀ ਕੇ ਲਿਟਿਆ ਤਾਂ ਨੀ ਕੋਈ ਸ਼ਰਾਬੀ ਹੀ ਵੇ। ਹੋਰ ਤਾਂ ਭਾਬੀ ਠੀਕ ਠਾਕ ਹੀ ਰਹੇ ਨੇ ਸਾਰੇ ਨੀ, ਹੋਰ ਤਾਂ ਭਾਬੀ ਠੀਕ ਠਾਕ ਹੀ ਰਹੇ ਨੇ ਸਾਰੇ ਨੀ, ਪ੍ਰਿੰਸ ਬਾਈ ਨੇ ਪੀ ਕੇ ਮਾਰੇ ਫੁੱਲ ਲਲਕਾਰੇ ਨੀ। ਹੋਰ ਤਾਂ ਭਾਬੀ ਠੀਕ ਠਾਕ ਹੀ ਰਹੇ ਨੇ ਸਾਰੇ ਨੀ, ਭੱਟੀ ਬਾਈ ਨੇ ਪੀ ਕੇ ਮਾਰੇ ਫੁੱਲ ਲਲਕਾਰੇ ਨੀ, ਮਾਸੜ ਜੀ ਨੇ, ਮਾਸੜ ਜੀ ਨੇ, ਭਾਬੀ ਆਪਣਾ ਮਾਸੜ ਨੀ ਹੈਗਾ ਸੁਹਾਨਪੁਰ ਵਾਲਾ, ਆ ਮਾਸੜ ਨੇ, ਸੁਹਾਨਪੁਰ ਵਾਲੇ ਨੇ ਮੇਰੇ ਵਿਆਹ 'ਚ ਗਾਹ ਪਾ ਕੇ ਰੱਖਦਾ ਭਾਬੀ, ਆ ਮਾਸੜ ਜੀ ਨੇ ਰਿਸ਼ਤੇਦਾਰੀ ਪਲ ਵਿੱਚ ਤੋੜ ਲਈ, ਮਾਸੜ ਜੀ ਨੇ ਰਿਸ਼ਤੇਦਾਰੀ ਪਲ ਵਿੱਚ ਤੋੜ ਲਈ, ਇੱਕ ਪਲ ਵਿੱਚ ਤੋੜ ਲਈ। ਕੀ ਹੁੰਦਾ ਏ ਕੰਬਲ ਪਿੱਛੇ ਪੂਛ ਮਰੋੜ ਲਈ, ਕੀ ਹੁੰਦਾ ਏ ਕੰਬਲ ਪਿੱਛੇ ਪੂਛ ਮਰੋੜ ਲਈ, ਆ ਕੀ ਹੁੰਦਾ ਏ 100 ਰੁਪਏ ਦਾ ਕੰਬਲ ਭਾਈ ਕੰਬਲ ਪਿੱਛੇ ਪੂਛ ਮਰੋੜ ਲਈ। ਫਿਟੇ ਮੋਹ ਜੇ ਮਾਸੜ ਦੇ ਸੁਹਾਨਪੁਰ ਵਾਲਾ ਮਾਸੜ ਵਾਲਾ ਘੈਂਟ ਭਾਬੀ ਜੀ, ਆਪਣਾ ਸੁਹਾਨਪੁਰ ਵਾਲਾ ਮਾਸੜ ਰੁੱਸ ਗਿਆ, ਕੋਈ ਸਕੀਮ ਹੈਗੀ ਹੈ? ਹਾਏ ਜਦੋਂ ਮੇਰੀ ਭਾਬੀ ਪੁੜਪੜੀ ਨਾਲ ਉਂਗਲੀ ਲਾ ਕੇ ਚੁਟਕੀਆਂ ਵਜਾਉਂਦੀ ਹੋਵੇ ਨਾ, ਉਦੋਂ ਪੂਰੀ ਮੌਜ 'ਚ ਹੁੰਦੀ ਹੈ ਇਹ। ਮੇਰੀ ਭਾਬੀ ਕੋਲ ਸਕੀਮਾਂ ਹੀ ਸਕੀਮਾਂ, ਸਕੀਮਾਂ ਹੀ ਸਕੀਮਾਂ, ਨਾਲੇ ਨੂਰਪੁਰ ਜੱਟਾਂ ਵਾਲੇ। ਮੈਂ ਹੋਰ ਦੱਸਾਂ, ਮੇਰੀ ਭਾਬੀ ਦਾ ਸਿਰ ਬਹੁਤ ਵੱਡਾ। ਨਹੀਂ 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 ਆਪਾਂ ਪਫ ਕਰਕੇ ਆਉਂ ਤਾਂ ਠੀਕ ਹੈ। ਆਪਾਂ ਘਰੇ ਬੁਲਾ ਕੇ ਮਾਸੜ ਜੀ ਦਾ ਹਰਖ ਮਟਾ ਦਾਂਗੇ,
ਬੇਘਰੇ ਬੁਲਾ ਕੇ ਮਾਸੜ ਜੀ ਦਾ ਹਰਖ ਮਟਾ ਦਾਂਗੇ, ਚੱਲ ਕੰਬਲ ਦੇ ਨਾਲ ਨਕਲੀ ਉਹਨੂੰ ਮੁੰਦੀ ਪਾ ਦਾਂਗੇ। ਮੇਰੇ ਵਰਗੀ ਆ ਭਾਬੀ ਜਵਾਂ ਆਪਾਂ ਘਰੇ ਬੁਲਾ ਕੇ ਮਾਸੜ ਜੀ ਦਾ ਹਰਖ ਮਟਾ ਦਾਂਗੇ, ਚੱਲ ਕੰਬਲ ਦੀ ਨਾਲ ਨਕਲੀ ਉਹਨੂੰ ਮੁੰਦੀ ਪਾ ਦਾਂਗੇ, ਬੇ ਕੰਬਲ ਦੀ ਨਾਲ ਨਕਲੀ ਉਹਨੂੰ ਮੁੰਦੀ ਪਾ ਦਾਂਗੇ। ਗੱਲ ਮੁਕਾ ਤੂੰ ਤੈਨੂੰ ਹਾਂ ਗੱਲ ਮੁਕਾ ਤੂੰ ਤੈਨੂੰ ਘਰੇ ਬੁਲਾਇਆ ਹੋਣਾ ਏ, ਬੇ ਬੁਲਾਇਆ ਹੋਣਾ ਏ, ਥਾਲੀਆਂ ਨੇ ਫਿਰ ਬਹਿ ਕੇ ਦੁੱਧ ਪਿਆਇਆ ਹੋਣਾ ਏ, ਬੇ ਤੈਨੂੰ ਸਾਰੇ ਫਿਰ ਬਹਿ ਕੇ ਦੁੱਧ ਪਿਆਇਆ ਹੋਣਾ। ਭਾਬੀ ਤੂੰ ਦੁੱਧ ਦੀ ਗੱਲ ਕਰਦੀ ਆ, ਸਾਡੇ ਮੂਹਰੇ ਜੱਗ ਭਰ ਕੇ ਰੱਖਤਾ ਜੱਗ, ਅਸੀਂ ਸਾਰੇ ਨੂਰਪੁਰ ਜੱਟਾਂ ਵਾਲੇ ਜੱਗ ਨੂੰ ਦੇਖ ਕੇ ਐਂ ਡਰੀਏ, ਐਂ ਡਰੀਏ ਜਿਵੇਂ ਫਾਟਕਾਂ ਨੂੰ ਦੇਖ ਕੇ ਗਾਂ ਡਰਦੀ ਹੁੰਦੀ ਹੈ। ਫਿਰ ਮੈਂ ਸਾਡੇ ਸਾਡੇ ਪ੍ਰਧਾਨ ਜੀ ਨਹੀਂ ਹੈਗੇ ਹਰਜੀਤ ਸਿੰਘ, ਮੈਂ ਕਿਹਾ ਪ੍ਰਧਾਨ ਜੀ ਦੁੱਧ ਨੂੰ ਤੁਸੀਂ ਚੈੱਕ ਕਰੋ, ਸਾਲੀਆਂ ਬਹੁਤ ਟਿੱਚਰਾਂ ਕਰੀ ਜਾਂਦੀਆਂ। ਇਹ ਕਹਿੰਦੇ ਸਾਰੇ ਜਾਣੇ ਪਾਸੇ ਹੋ ਜਾਓ, ਪਿੱਛੇ ਹੋ ਜਾਓ, ਪਿੱਛੋ। ਭਾਈ ਪ੍ਰਧਾਨ ਸਾਹਿਬ ਨੇ ਭਾਈ ਆਪਣਾ ਹੱਥ ਡਬੋਇਆ, ਡਬੋ ਕੇ ਵੱਡੀ ਉਂਗਲ ਤਿੰਨ ਵਾਰੀ ਚੱਟ ਕੇ ਦੇਖੀ। ਪ੍ਰਧਾਨ ਸਾਹਿਬ ਕਹਿੰਦੇ ਦੁੱਧ ਤਾਂ ਮੈਨੂੰ ਗਿੱਲ ਬਾਈ ਠੀਕ ਲੱਗਦਾ, ਕਹਿੰਦੇ ਉਹ ਮਾੜਾ ਜਿਹਾ ਥੱਲੇ ਲੱਗਿਆ ਵਾ, ਕਹਿੰਦੇ ਪੀਲਾ ਪੀਲਾ ਖਿੱਚਲਾ ਖਿੱਚਲਾ ਕੋਈ ਨਹੀਂ। ਇਹ ਸਾਲੀਆਂ ਟਿੱਚਰਾਂ ਕਰਦੀਆਂ ਹੁੰਦੀਆਂ, ਮੇਰੇ ਵਿਆਹ ਵੇਲੇ ਮੇਰਾ ਬੁਰਾ ਹਾਲ ਕਰਕੇ ਰੱਖਦਾ ਜੀ, ਪੀਲਾ 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 ਪੀਲਾ। ਪਰ ਪ੍ਰਧਾਨ ਸਾਹਿਬ ਦੇ ਪਿੱਛੇ ਲੱਗ ਕੇ ਦੁੱਧ ਪੀ ਕੇ ਜਿਹੜੀ ਮੇਰੇ ਨਾਲ ਜੱਗੋਂ ਤੇਰਵੀਂ ਹੋਈ ਆ, ਖੇਤ 'ਚ ਪਏ ਗਧੇ ਲਾਲ ਨਾ ਹੋਵੇ ਭਾਬੀ। ਹਾਈ ਕਰੀ ਚਲਾਕੀ, ਉਹ ਕਰੀ ਚਲਾਕੀ, ਉਹ ਕਰੀ ਚਲਾਕੀ, ਹਾਂ ਕਰੀ ਚਲਾਕੀ, ਉਹ ਕਰੀ ਚਲਾਕੀ, ਸਾਲੀਆਂ ਨੇ ਮੇਰਾ ਡੈਲ ਘਮਾਤਾ ਨੀ, ਆ ਮਿੱਠਾ ਸੋਡਾ ਪਾ ਕੇ ਮੈਨੂੰ ਦੁੱਧ ਪਿਆ ਤਾ ਨੀ। ਹਾਏ ਹਾਏ ਰੱਬਾ, ਉਹ ਕਰੀ ਚਲਾਕੀ, ਸਾਲੀਆਂ ਨੇ ਮੇਰਾ ਡੈਲ ਘਮਾਤਾ ਨੀ, ਆ ਮਿੱਠਾ ਸੋਡਾ ਪਾ ਕੇ ਮੈਨੂੰ ਦੁੱਧ ਪਿਆ ਤਾ ਨੀ। ਦੋ ਤਿੰਨ ਵਾਰੀ, ਦੋ ਤਿੰਨ ਵਾਰੀ, ਦੋ ਤਿੰਨ ਵਾਰੀ ਕਾਰ ਨੂੰ ਰਸਤੇ ਵਿੱਚ ਰੁਕਾਇਆ ਨੀ, ਦੋ ਤਿੰਨ ਵਾਰੀ ਕਾਰ ਨੂੰ ਰਸਤੇ ਵਿੱਚ ਰੁਕਾਇਆ ਨੀ, ਹਾਂ ਵਿੱਚ ਰੁਕਾਇਆ ਨੀ, ਆ ਲਾਭ ਚ ਤਾਂ ਮਲੀਵਾਣਾ ਘਰ ਨੂੰ ਔਖਾ ਹੀ ਆਇਆ ਨੀ, ਲਾਭ ਚ ਤਾਂ ਮਲੀਵਾਣਾ ਘਰ ਨੂੰ ਔਖਾ ਹੀ ਆਇਆ ਨੀ। ਭਾਬੀ ਜੀ ਮੇਰੀ ਪਿਆਰੀ ਪਿਆਰੀ ਭਾਬੀ ਜੀ, ਕਮਲਾ ਤੇਰਾ ਦਿਓਰ ਮਸਾਹੀ ਘਰ ਨੂੰ ਆਇਆ ਨੀ, ਭਾਬੀਏ ਘਰ ਨੂੰ ਆਇਆ ਨੀ, ਭਾਬੀਏ ਘਰ ਨੂੰ ਆਇਆ ਨੀ, ਭਾਬੀਏ। ਨਾਲੇ ਗੱਲ ਸੁਣ ਲਾ ਭਾਬੀ, ਆ ਪਿੱਛੇ ਚਾਦਰੇ ਨੂੰ ਮਸਰੀ ਦੀ ਦਾਲ ਨਹੀਂ ਲੱਗੀ ਹੋਈ, ਕਮਲਾ ਤੇਰਾ ਦਿਓਰ ਮਸਾਹੀ ਘਰ ਨੂੰ ਆਇਆ ਨੀ, ਉਹੀ ਹਮ ਵਾਲੀ ਪ੍ਰੋਬਲਮ ਆਉਣ ਲੱਗੀ। ਹਾਂ ਉਹ ਕਮਲਾ ਤੇਰਾ ਦਿਓਰ ਮਸਾਹੀ ਘਰ ਨੂੰ ਆਇਆ ਨੀ, ਭਾਬੀਏ ਘਰ ਨੂੰ ਆਇਆ ਨੀ, ਭਾਬੀ ਜੀ ਘਰ ਨੂੰ ਆਇਆ ਨੀ, ਭਾਬੀਏ ਘਰ ਨੂੰ ਆਇਆ ਨੀ, ਭਾਬੀਏ ਘਰ ਨੂੰ ਆਇਆ ਨੀ। ਹਾਏ ਭਾਬੀ ਮੇਰੇ ਢਿੱਡ 'ਚ ਹਜੇ ਵੀ ਗੁੜ 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 ਹੋ ਜਾਂਦੀ ਆ। ਤਾੜੀਆਂ ਮਾਰ ਦਿਓ ਭਾਈ, ਸ਼ਾਇਦ ਠੀਕ ਹੀ ਹੋ ਜੇ। ਉਹੀ ਹਮ ਫੇਰ ਆ ਰਹੀ ਆ ਬਈ, ਸਟੇਜ 'ਤੇ ਪ੍ਰੋਬਲਮ ਆ ਰਹੀ ਹੈ, ਇਹਨੂੰ ਸੈਣੀ ਸਾਹਿਬ ਸੈੱਟ ਕਰੋ ਅੱਗੇ ਬਈ ਤਰੀਕੇ ਦੇ ਨਾਲ। ਲਓ ਜੀ ਨਾਲ ਦੀ ਨਾਲ ਅਗਲਾ ਗਾਣਾ ਰੱਖੀ ਭਾਈ ਸਵਰ। ਆ ਮਹੀਨੇ ਦੇ ਦਿਨ ਤੀਹ ਹੁੰਦੇ ਜਾਂ ਇਕੱਤੀ, ਬੋਤਲਾਂ ਚਾਲੀ ਵੇ ਢੋਲਾ, ਘਰ ਪੱਟ ਦੂ ਦਾਰੂ ਪੀਆ ਨਾ ਕਰ ਬਾਣੀ ਵੇ ਢੋਲਾ। ਪਹਿਲੀ ਗੱਲ ਇਹ ਹੈ ਮਹਾਰਾਜ ਦੀ ਸਹੁੰ ਲੱਗੇ ਇਹੋ ਜਿਹੀ ਟੈਂਟ ਸੁਭਾਅ ਦੀ ਕਿਸੇ ਦੀ ਜਨਾਨੀ ਨਹੀਂ ਹੋਣੀ ਚਾਹੀਦੀ। ਐਡੀ ਦੁੱਖ ਦੇਣੀ ਆ ਜਦੋਂ ਪੈਂਦੀ ਹੈ, ਮੇਰੀ ਦਾਰੂ ਨੂੰ ਪੈਂਦੀ ਹੈ ਨਾ, ਮੇਰੀ ਦਾਰੂ ਤੇਰੇ ਸਿੰਗ ਮਾਰਦੀ ਹੈ,
ਅਖੇ ਤੈਂ ਪਿੰਡ 'ਚ ਪ੍ਰਧਾਨ ਕੋਲੇ ਨਹੀਂ ਬੈਠਣਾ, ਤੈਂ ਆਪਣੇ ਭੱਟੀ ਹੋਣਾ ਕੋਲੇ ਬੈਠਣਾ, ਤਾਂ ਇੱਥੇ ਨਹੀਂ ਜਾਣਾ, ਤਾਂ ਖੁੰਡਾਂ 'ਤੇ ਨਹੀਂ ਬੈਠਣਾ, ਤੈਂ ਧਰਮਸ਼ਾਲਾ 'ਚ ਨਹੀਂ ਜਾਣਾ, ਤੈਂ ਖੁੰਡ ਚੜ੍ਹਦਾ 'ਤੇ ਬਿਲਕੁਲ ਨਹੀਂ, ਹੋਰ ਮੈਂ ਹੱਡਾਂ ਰੋੜੀ 'ਚ ਬੈਠਾਂ। ਆ ਮਹੀਨੇ ਦੇ ਦਿਨ 30 ਹੁੰਦੇ ਜਾਂ 31, ਆ ਮਹੀਨੇ ਦੇ ਦਿਨ 30 ਹੁੰਦੇ ਜਾਂ 31, ਬੋਤਲਾ ਝਾਲੀ ਵੇ ਢੋਲਾ, ਧਰਪਟ ਤੂੰ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ ਵੇ, ਧਰਪਟ ਤੂੰ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ। ਇੱਕ ਤਾਂ ਮੇਰੇ ਮੰਗਲਵਾਰ ਵੀਰਵਾਰ ਸਾਰੇ ਛੁਡਾਈ ਜਾਂਦੀ ਹੈ ਨਾ, ਤੇਰੇ ਚਿੱਤ 'ਚ ਮਹੀਨੇ ਦੇ ਦਿਨ 30 ਹੁੰਦੇ ਜਾਂ 31 ਹੁੰਦੇ, 30 ਹੁੰਦੇ ਜਾਂ 31 ਹੁੰਦੇ, ਜਿਹੜਾ ਫਰਵਰੀ ਮਹੀਨਾ 28 ਦਾ ਹੁੰਦਾ ਮੈਨੂੰ 2 ਦਿਨ ਦਾ ਘਾਟਾ ਪੈਂਦਾ। ਓਹੋ ਸਾਡੀ ਵੀ ਪੀਣ ਵਾਲਿਆਂ ਦੀ ਪੋਜੀਸ਼ਨ ਹੈ, ਅਸੀਂ ਹਿਸਾਬ ਕਿਤਾਬ ਪੂਰਾ ਰੱਖੀਦਾ ਉਂਗਲਾਂ 'ਤੇ, ਗੱਲਾਂ ਮਾਰਦੀ ਹੈ। ਕਹਿੰਦੀ ਆ ਮਹੀਨੇ ਦੇ ਦਿਨ 30 ਹੁੰਦੇ ਜਾਂ 31, ਬੋਤਲਾਂ 40 ਵੇ ਟੋਲਾ, ਬੋਤਲਾਂ 40 ਵੇ ਟੋਲਾ, ਘਰ ਤੱਕ ਤੂੰ ਦਾਰੂ ਪੀਆ ਨਾ ਕਰ ਬਾਲੀ ਵੇ ਟੋਲਾ ਵੇ ਟੋਲਾ, ਟੋਲਾ 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 ਬੋਤਲਾ ਝਾਲੀ ਵੇ ਢੋਲਾ, ਆ ਮਹੀਨੇ ਦੇ ਦਿਨ 30 ਹੁੰਦੇ ਜਾਂ 31, ਬੋਤਲਾ ਝਾਲੀ ਵੇ ਢੋਲਾ, ਬੋਤਲਾ ਝਾਲੀ ਵੇ ਢੋਲਾ, ਤੂੰ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ, ਧਰਪਟ ਤੂੰ ਦਾਰੂ ਪੀਆ ਨਾ ਕਰ ਬਾਲੀ ਵੇ ਢੋਲਾ। ਲੈ ਵੱਡੇ ਮਹਾਰਾਜ ਦੀ ਸਹੁੰ ਲੱਗੇ, ਮੈਂ ਦਾਰੂ ਛੱਡ ਦੂੰਗਾ, ਆ ਦੁੱਖ ਦੇਣੀਏ ਮੇਰੀ ਦਾਰੂ ਛੁਡਾ ਕੇ ਕਿਵੇਂ ਤਾੜੀਆਂ ਮਾਰਦੀਆਂ, ਕਹਿਣ ਦਾ ਭਾਵ ਨਹੀਂ ਸਮਝੀ, ਸਾਰੀ ਬੋਤਲ ਪੀ ਕੇ ਥੱਲੇ 'ਚ ਭੁਰਾ ਕੇ ਛੱਡ ਦੂੰਗਾ। ਉਹ ਰੱਚ ਗਈ ਹੱਡੀ ਉਹ ਜਾਏ ਨਾ ਛੱਡੀ, ਉਹ ਰੱਚ ਗਈ ਹੱਡੀ ਜਾਏ ਨਾ ਛੱਡੀ, ਹੁਣ ਤਾਂ ਸਾਥ ਨਿਭਾਊ ਲਾਲ ਪਰੀ, ਉਹ ਰੱਚ ਗਈ ਹੱਡੀ ਜਾਏ ਨਾ ਛੱਡੀ, ਹੁਣ ਤਾਂ ਸਾਥ ਨਿਭਾਊ ਲਾਲ ਪਰੀ, ਸਾਥ ਨਿਭਾਊ ਲਾਲ ਪਰੀ, ਜਿਵੇਂ ਕਹਿੰਦਾ ਬਾਈ ਚਮਕੀਲਾ ਨਾਲੇ ਜਾਊ ਲਾਲ ਪਰੀ, ਜਿਵੇਂ ਕਹਿੰਦਾ ਬਾਈ ਚਮਕੀਲਾ ਨਾਲੇ ਜਾਊ ਲਾਲ ਪਰੀ, ਜਿਵੇਂ ਕਹਿੰਦਾ ਬਾਈ ਚਮਕੀਲਾ ਨਾਲੇ ਜਾਊ ਲਾਲ ਪਰੀ, ਉਹ ਹੱਟ ਪਿੱਛੇ ਹਾਏ ਹਾਏ ਬਾਈ ਮੇਰਾ ਸਿੱਟ ਗਿਆ ਪੈਸੇ, ਹੁਣ ਨਾ ਭੁਜੀਏ ਨਾ ਲਾਊਂ ਪੈਗ। ਨੋਟ ਖਰਚ ਦਾ ਠੇਕੇ ਦੀ ਮੇਰੇ ਸੀਨੇ ਰੜਕਣ ਵੇ, ਜਦ ਝਾੜੂ ਪੋਚੇ ਮਾਰਾਂ ਇਹਦੀ ਪੂਏ ਖੜਕਣ ਵੇ, ਨੋਟ ਖਰਚ ਦਾ ਠੇਕੇ ਦੀ ਮੇਰੇ ਸੀਨੇ ਰੜਕਣ ਵੇ,
ਉੱਚੇ ਮਾਰਾ ਇਹਦੀ ਬੂਏ ਖੜਕਣ ਵੇ ਤੇਰਾ ਰੰਗ ਸੀ ਲਾਲ ਗੁਲਾਬੀ ਹਾਏ ਰੰਗ ਸੀ ਲਾਲ ਗੁਲਾਬੀ ਹੋ ਗਈ ਭੋਲੀ ਵੇ ਠੋਲਾ ਹੋ ਗਈ ਕਾਲੀ ਵੇ ਠੋਲਾ ਸਰਪਟ ਤੂੰ ਦਾਰੂ ਪੀਆ ਨਾ ਕਰ ਬਾੜੀ ਵੇ ਠੋਲਾ ਸਰਪਟ ਤੂੰ ਦਾਰੂ ਪੀਆ ਨਾ ਕਰ ਬਾੜੀ ਵੇ ਠੋਲਾ ਆ ਦੋ ਪੈਗ ਲਾ ਕੇ ਬਣ ਜੇ ਬੰਦਾ ਸ਼ੇਰ ਗੋਰੀਏ ਨੀ ਆ ਲੈਣ ਦੇਣ ਦਾ ਫਿਕਰ ਨਾ ਰਹਿੰਦਾ ਫੇਰ ਗੋਰੀਏ ਨੀ ਦੋ ਪੈਗ ਲਾ ਕੇ ਬਣ ਜੇ ਬੰਦਾ ਸ਼ੇਰ ਗੋਰੀਏ ਨੀ ਆ ਲੈਣ ਦੇਣ ਦਾ ਫਿਕਰ ਨਾ ਰਹਿੰਦਾ ਫੇਰ ਗੋਰੀਏ ਨੀ ਉਹ ਅਜੇ ਪਤਾ ਨੀ ਉਹ ਅਜੇ ਪਤਾ ਨੀ ਕੀ ਰੰਗ ਵਿਖਾਊ ਲਾਲ ਪਰੀ ਉਹ ਅਜੇ ਪਤਾ ਨੀ ਕੀ ਰੰਗ ਵਿਖਾਊ ਲਾਲ ਪਰੀ ਉਹ ਰੰਗ ਵਿਖਾਊ ਲਾਲ ਪਰੀ ਹੁਣ ਨੀ ਛੁੱਟਦੀ ਲੱਗਦਾ ਨਾਲੇ ਜਾਊ ਲਾਲ ਪਰੀ ਹੁਣ ਨੀ ਛੁੱਟਦੀ ਲੱਗਦਾ ਨਾਲੇ ਜਾਊ ਲਾਲ ਪਰੀ ਹੱਡ ਵਿੱਚ ਵੈਸੇ ਨੂਰਪੁਰ ਜੱਟਾਂ ਵਾਲੇ ਨਿਆਣੇ ਚਾਹੇ ਕਾਲੇ ਹੋਣ ਚਾਹੇ ਪੀਲੇ ਹੋਣ ਚਾਹੇ ਸਰੋਂ ਫੁੱਲੇ ਹੋਣ ਚਾਹੇ ਪਿੰਕ ਕਲਰ ਦੇ ਹੋਣ ਨਿਆਣੇ ਨਿਆਣੇ ਹੁੰਦੇ ਇਸ ਕਰਕੇ ਗੋਦੀ ਨਾ ਲੱਗ ਜਾਂਦਾ ਇਹ ਕੀ ਨੀ ਕਰਦਾ ਓਏ ਇੱਕ ਤਾਂ ਇਹ ਸਾਈਕਲ ਮੰਗਦਾ ਹੈ ਅੱਛਾ ਇੱਕ ਇਹ ਪੜਦਾ ਹੈ ਨਹੀਂ ਲੈ ਤੇ ਨਾਲੇ ਆਪਣੀ ਮੰਮੀ ਨੂੰ ਤੰਗ ਬਹੁਤ ਕਰਦਾ ਚੱਲ ਕੋਈ ਗੱਲ ਨਹੀਂ ਤੇਰਾ ਕਾਹਤੋਂ ਗੇਰ ਅੜਦਾ ਇੱਕ ਹੋਰ ਮੈਨੂੰ ਸਮਝ ਨਹੀਂ ਆਉਂਦੀ ਨੂਰਪੁਰ ਜੱਟਾਂ ਵਾਲਿਓ ਇਹ ਸਹੁਰਾ ਰਾਤ ਨੂੰ 12 ਵਜੇ
ਸਾਡੇ ਵਿਚਾਲੇ ਬਹਿ ਕੇ ਉੱਤੇ ਨੂੰ ਮੂੰਹ ਚੱਕ ਕੇ ਰਾਤ ਨੂੰ ਰੋਣ ਲੱਗਿਆ ਪਿਆ ਹੁੰਦਾ, ਪਤਾ ਕੀ ਕਹਿੰਦਾ, ਹਾਏ ਪਾਪਾ ਜੀ ਮੇਰਾ ਰੰਗ ਕਾਲਾ ਹੈ, ਡੈਡੀ ਉੱਠ ਮੇਰਾ ਰੰਗ ਕਾਲਾ। ਮੈਂ ਕੰਨ ਦੀ ਜੜ ਚ ਮਾਰੂ, ਮੈਂ ਕਿਹਾ ਮੈਂ ਨੂਰਪੁਰ ਜੱਟਾਂ ਮੇਲੇ ਤੇ ਜਾਣਾ, ਰਾਤ ਨੂੰ ਉੱਠ ਕੇ ਤੇਰੇ ਮੈਂ ਹੁਣ ਕਲੀ ਕਰਾਂ ਓਏ। ਤੇ ਫਿਰ ਸਹੁਰੇ ਨਿਆਣੇ ਨਿਆਣੇ ਹੁੰਦੇ, ਫਿਰ ਮੈਨੂੰ ਬੜੇ ਪਿਆਰ ਨਾਲ ਸਮਝਾਉਂਦਾ ਹੁੰਦਾ, ਮੈਂ ਕਿਹਾ ਪੁੱਤ ਉਹਦੇ 'ਚ ਮੇਰਾ ਕੋਈ ਕਸੂਰ ਨਹੀਂ, ਅਸਲ 'ਚ ਨਾ ਤੇਰੀ ਮਾਂ ਨੂੰ ਸਬਜ਼ੀ ਵਾਂਗੂ ਹਰ ਇੱਕ ਚੀਜ਼ ਥੱਲੇ ਲਾਉਣ ਦੀ ਆਦਤ 'ਚ ਮੇਰਾ ਹੀ ਕਸੂਰ, ਕੀ ਨਹੀਂ ਕਰਦਾ ਓਏ। ਇੱਕ ਤਾਂ ਸਾਈਕਲ ਮੰਗਦਾ, ਇੱਕ ਪੜ੍ਹਦਾ ਹੈ ਨਹੀਂ, ਪੜ੍ਹਲਾ ਚਾਰ ਅੱਖਰ ਪੜ੍ਹਲਾ, ਕੈਸਾ ਤੇਰਾ ਚਿਲ ਮਰਗਾ ਮੂੰਹ ਹੋਇਆ ਪਿਆ ਉਹ ਬੀੜੀਆਂ ਪੀ ਪੀ ਕੇ, ਪੜ੍ਹਲਾ ਚਾਰ ਅੱਖਰ ਜੇ ਤਾਂ ਪੜ੍ਹੇਗਾ ਪੁੱਤ ਤੈਨੂੰ ਮੈਂ ਸਕੂਟਰ ਲੈ ਕੇ ਦੇਊਂਗਾ, ਜੇ ਨਹੀਂ ਪੜ੍ਹੇਗਾ ਮੈਂ ਤੈਨੂੰ ਤਿੰਨ ਟਾਇਰਾਂ ਵਾਲਾ ਵਹੀਕਲ ਲੈ ਕੇ ਦੇਊਂ, ਮੈਂ ਤੈਨੂੰ ਕੰਜਰਾ ਰਿਕਸ਼ਾ ਲੈ ਕੇ ਦੇਊਂ ਰਿਕਸ਼ਾ। ਆਹ ਸੁਭਾਨਪੁਰ ਅੱਡੇ 'ਤੇ ਖੜਾ ਪਿਆ ਬਾਜਾ ਮਾਰੀ ਜਾ ਕੇ, ਉਹ ਥਾਣੇ ਵਾਲੇ ਕਚਹਿਰੀ ਵਾਲੇ ਕਚਹਿਰੀ ਵਾਲੇ, ਬਾਈ ਤਿੰਨ ਨਾ ਚੜੋ ਦਾ ਟਾਇਰ ਮਾੜਾ ਬਾਈ, ਉਹ ਪੜਾਕਾ ਬਾਈ ਬਹਿਣ ਦਿਓ ਯਾਰ। ਨਿਆਣੀ ਮੰਗਦੀ ਸਾਈਕਲ, ਆ ਨਿਆਣੀ ਮੰਗਦੀ ਸਾਈਕਲ, ਜਾ ਮਾ ਟਾਰੀ ਵੇ ਟੋਲਾ, ਜਾ ਮਾ ਟਾਰੀ ਵੇ ਟੋਲਾ, ਕਰ ਪੱਟੂ ਦਾਰੂ ਪੀਆ ਨਾ ਕਰ ਬਾਲੀ ਵੇ ਟੋਲਾ, ਪੱਟੂ ਦਾਰੂ ਪੀਆ ਨਾ ਕਰ ਬਾਲੀ ਵੇ ਟੋਲਾ। ਜਦ ਲਾਂਭ ਚ ਤਾਮਲੀ ਵਾਲਾ ਗੇੜਾ ਸੁਭਾਨਪੁਰ ਦਾ ਲਾਉਂਦਾ ਨੀ, ਸੁਭਾਨਪੁਰ ਅੱਡੇ ਜੀ ਪੈਂਦਾ ਨਾਲ ਹੈ ਖੱਬੇ ਪਾਸੇ, ਨਹੀਂ ਸਮਝੀ, ਉਹ ਗੌਰਮੈਂਟ ਹਾਈਵੇ ਤੋਂ ਜਿੰਨਾ ਮਰਜ਼ੀ ਪਿੱਛੇ ਨੂੰ ਲੈ ਜੇ ਲੱਭਣ ਵਾਲੇ ਲੱਭ ਹੀ ਲੈਂਦੇ ਆ, ਨਹੀਂ ਸਮਝੀ। ਜਦ ਲਾਂਭ ਚ ਤਾਮਲੀ ਵਾਲਾ ਗੇੜਾ ਸੁਭਾਨਪੁਰ ਦਾ ਲਾਉਂਦਾ ਨੀ, ਫਿਰ ਠੇਕੇ ਵੱਲ ਨੂੰ ਝਾ ਕੇ ਮੂੰਹ ਵਿੱਚ ਪਾਣੀ ਆਉਂਦਾ ਨੀ, ਜਦ ਲਾਂ ਵਿੱਚ ਤਾਮਲੀ ਵਾਲਾ ਗੇੜਾ ਸ਼ਹਿਰ ਦਾ ਲਾਉਂਦਾ ਨੀ, ਫਿਰ ਠੇਕੇ ਵੱਲ ਨੂੰ ਝਾ ਕੇ ਮੂੰਹ ਵਿੱਚ ਪਾਣੀ ਆਉਂਦਾ ਨੀ, ਉਹ ਅਜੇ ਪਤਾ ਨੀ, ਉਹ ਅਜੇ ਪਤਾ ਨੀ, ਅਜੇ ਪਤਾ ਨੀ ਕੀ ਰੰਗ ਵਿਖਾਊ ਲਾਲ ਪਰੀ, ਰੰਗ ਵਿਖਾਊ ਲਾਲ ਪਰੀ, ਹੁਣ ਨੀ ਛੁੱਟਦੀ ਲੱਗਦਾ ਨਾਲੇ ਜਾਊ ਲਾਲ ਪਰੀ, ਹੁਣ ਨੀ ਛੁੱਟਦੀ ਲੱਗਦਾ ਨਾਲੇ ਜਾਊ ਲਾਲ ਪਰੀ। ਬਾਈ ਜੀ ਗੱਲ ਇਹ ਹੈ, ਮੈਂ ਇਸ ਗਾਣੇ ਦੇ ਵਿੱਚ ਬਾਈ ਚਮਕੀਲੇ ਦਾ ਨਾਂ ਪਾਇਆ ਸੀ, ਬਾਈ ਚਮਕੀਲੇ ਨੂੰ ਅਤੇ ਅਮਰਜੋਤ ਨੂੰ ਸਾਡੇ ਕੋਲੋਂ ਗਿਆ ਨੂੰ ਤਕਰੀਬਨ 26-27-28 ਸਾਲ ਹੋ ਗਏ, ਇੱਕ ਵਾਰੀ ਖੁੱਲ੍ਹ ਕੇ ਤਾੜੀਆਂ ਮਾਰ ਦਿਓ ਅੱਜ ਬਾਬੇ ਦੇ ਦਰਬਾਰ 'ਤੇ, ਉਹਨਾਂ ਦੀ ਵੀ ਹਾਜ਼ਰੀ ਲੱਗ ਜੂ। ਜਿਨ੍ਹਾਂ ਬੰਦਿਆਂ ਦੀ ਉਮਰ ਹੈਗੀ ਆ 58 ਸਾਲ ਦੀ, ਉਹ ਚਮਕੀਲੇ ਬਾਰੇ ਥੋੜ੍ਹਾ ਜਿਹਾ ਵੱਧ ਜਾਣਦੇ ਆ, ਕਿਉਂਕਿ ਉਹਨਾਂ ਦੇ ਖਾੜੇ ਖੂੜੇ ਦੇਖੇ ਹੋਣਗੇ ਉਹਨਾਂ ਨੇ। ਮੈਂ ਤਾਂ ਦੇਖੇ ਨਹੀਂ, ਵੈਸੇ ਮੇਰਾ ਬਾਪੂ ਕਹਿੰਦਾ ਹੁੰਦਾ ਸੀ, ਕਹਿੰਦਾ ਕੇਲੀ ਕੱਟ ਦਿੰਦਾ ਸੀ, ਦੁੱਗਰੀ ਵਾਲਾ ਚਮਕੀਲਾ ਲੁਧਿਆਣੇ ਦੀ ਕੁੱਖ ਦੇ ਵਿੱਚ ਵੱਸਦਾ ਛੋਟਾ ਜਿਹਾ ਪਿੰਡ ਦੁੱਗਰੀ। ਬਾਈ ਦਾ ਇੱਕ ਗਾਣਾ ਹਿੱਟ ਹੋਇਆ ਸੀ ਪਤਾ ਕਿਹੜਾ, ਚੁੰਬੜ ਗਏ ਭੂਤ ਵੈਰ ਨੇ, ਚੁੰਬੜ ਗਏ ਭੂਤ ਵੈਰ ਨੇ, ਚੁੰਬੜ ਗਏ ਭੂਤ ਵੈਰ ਨੇ। ਨਾਲੇ ਬਾਈ ਚਮਕੀਲੇ ਨੇ ਬਾਬਾ ਬੜਭਾਗ ਸਿੰਘ ਵਾਲੀਆਂ ਭੂਤਾਂ ਦੀ ਗੱਲ ਨਹੀਂ ਸੀ ਕੀਤੀ, ਉਹ ਦੂਜੀਆਂ ਭੂਤਾਂ ਦੀ ਕੀਤੀ ਜਿਹੜੇ ਮੋਬਾਈਲ ਫੋਨ ਤੇ ਚੁੰਬੜਦੇ ਆ, ਬਾਈ ਆ ਜਾ ਕਿੱਥੇ ਆ, ਸਮਾਨ ਠੰਡਾ ਹੋਈ ਜਾਂਦਾ, ਚੁੰਬੜ ਗਏ ਭੂਤ ਵੈਰ ਨੇ।
ਜੁੰਡੀ ਦੇ ਯਾਰ ਵੈਰ ਨੇ ਚੁੰਬੜ ਗਏ ਭੂਤ ਵੈਰ ਨੇ, ਜੁੰਡੀ ਦੇ ਯਾਰ ਵੈਰ ਨੇ ਚੁੰਬੜ ਗਏ ਭੂਤ ਵੈਰ ਨੇ, ਕੌਣ ਗਲੋਂ ਲਾਊ ਨੀ ਦਾਰੂ ਤਾਂ, ਦਾਰੂ ਤਾਂ, ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਊ ਨੀ, ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਊ ਨੀ, ਦਾਰੂ ਤਾਂ ਨਾਲ ਜੱਟ ਦੇ ਹੁਣੀ ਛੁੱਟਦੀ ਲੱਗਦਾ ਨਾਲੇ ਜਾਊ ਲਾਲ ਪਰੀ ਮੇਰੇ ਨਾਲ, ਮੇਰੇ ਨਾਲ ਸਾਡੇ ਨਾਲ ਉਹ ਸਾਡੇ ਪੀਣ ਵਾਲਿਆਂ ਨਾਲ, ਜਾਊ ਲਾਲ ਪਰੀ ਪੀਣ ਵਾਲਿਆਂ ਨਾਲ, ਜਾਊ ਲਾਲ ਪਰੀ ਉਹ ਪੀਣ ਵਾਲਿਆਂ ਨਾਲ, ਜਾਊ ਲਾਲ ਪਰੀ ਉਹ ਪੀਣ ਵਾਲਿਆਂ ਨਾਲ, ਜਾਊ ਲਾਲ ਪਰੀ ਬਈ ਤਾੜੀਆਂ ਮਾਰਦਾ ਕਰੋ, ਤੁਹਾਡੀਆਂ ਤਾੜੀਆਂ ਸਾਡੇ ਲਈ ਆਕਸੀਜਨ ਦਾ ਕੰਮ ਕਰਦੀਆਂ। ਨਾਲ ਦੀ ਨਾਲ ਅਗਲਾ ਗਾਣਾ ਮੇਰਾ ਨਵਾਂ ਗਾਣਾ ਲਾਲਚ ਲਿਆ ਵੀ ਕਾਕਾ ਸਟੈਂਡ ਦੀ ਕਰ ਕਿੱਥੇ ਯਾਰ, ਮੈਂ ਗੱਲ ਸੁਣ ਲਾ, ਜੇ ਪੈਣ ਲੱਗੇ ਨੇ ਪੱਗ ਨਹੀਂ ਲਾਉਣੀ ਤੈਂ। ਅੱਛਾ ਜੇ ਕਿਤੇ ਸਹੁਰੀ ਪੱਗ ਗਿਆ ਵੀਰ, ਪੱਗ ਸੁਣੀ ਨਾਲ ਹੀ ਮੈਨੂੰ ਪਤਾ ਪੱਗ ਤੇਰੇ ਲੋਟ ਨਹੀਂ ਹੋਣੀ, ਤੂੰ ਬੰਨ ਨਹੀਂ ਹੋਣੀ ਬਾਅਦ 'ਚ, ਅਸਾਂ ਐਂ ਡੱਬੇ ਐਂ ਸਿੱਟੀ ਜਾਈ ਮਤਲਬ ਆਇਆ। ਅਤੇ ਜੇ ਸਾਲੀਆਂ ਟਿੱਚਰਾਂ ਕਰਕੇ ਦੇਖੋ ਵੀ ਪੱਗ, ਮੈਂ ਬਿਲਕੁਲ ਮੈਂ ਅੰਦਰੋਂ ਬੰਨ ਕੇ ਆਇਆ ਜੀ, ਮੈਨੂੰ ਪਤਾ ਅੰਦਰ ਵਾਸ਼ਰੂਮ ਸ਼ੀਸ਼ਾ ਲੱਗਿਆ ਵਾ, ਇਹ ਜੀ ਕਿਹੜੀ ਗੱਲ ਹੈ, ਪਰ ਨਾਲ ਹੀ ਆਈ ਤਾਂ ਬੰਦ ਨਹੀਂ ਹੋਣੀ ਮੈਨੂੰ ਲੱਗਦਾ ਬਾਅਦ 'ਚ, ਅੱਜ ਟੌਰ ਵੱਖਰੀ ਹੈ ਪੱਗ ਦੀ। ਹਾਂ, ਤੇਰੀ ਪੱਗ ਦੀ ਚਰਚਾ ਹਾਣ ਦੇ ਅੱਜ ਕੁੜੀਆਂ ਦੇ ਵਿੱਚ ਹੋਈ ਵੇ, ਮੇਰੇ ਦੁਪੱਟਿਆਂ ਵਰਗਾ ਰੰਗ ਨਾ ਬੰਨਣਾ ਛੱਡਿਓ ਕੋਈ ਵੇ, ਮੇਰਾ ਵੀਰ ਪ੍ਰਿੰਸ ਬਹੁਤ ਸੋਹਣਾ ਸੁਨੱਖਾ ਮੁੰਡਾ। ਲਓ ਜੀ ਗਾਣਾ ਪੇਸ਼ ਕਰਦੇ ਹਾਂ ਲਾਲਚ। ਵੀ ਗਾਣੇ ਦਾ ਮਤਲਬ ਇਹ ਨਿਕਲਦਾ, ਕਿਉਂਕਿ ਮੇਰਾ ਪ੍ਰੋਗਰਾਮ ਸਾਡਾ ਖਾੜਾ ਟਿਕਵਾਂ ਜਿਹਾ ਹੁੰਦਾ, ਜਿਹੜੇ ਇਕੱਲੀ ਇਕੱਲੀ ਗੱਲ ਇਕੱਲਾ ਇਕੱਲਾ ਬੋਲ। ਬਾਈ ਜੀ ਪਿੱਛੇ ਸਾਰਿਆਂ ਨੂੰ ਸਾਊਂਡ ਵਧੀਆ ਸੁਣਦੀ ਹੈ, ਇੱਕ ਵਾਰੀ ਬਾਹਾਂ ਖੜੀਆਂ ਕਰਕੇ ਦੱਸ ਦਿਓ ਮਾੜਾ ਜਿਹਾ, ਮਿਹਰਬਾਨੀ, ਸ਼ੁਕਰੀਆ। ਇਹ ਸੈਣੀ ਸਾਊਂਡ ਸਰਵਿਸ ਬਹੁਤ ਅੱਛੀ ਸਾਊਂਡ ਹੈ, ਮੁੰਡਾ ਸਰੀਰ ਦਾ ਹਲਕਾ ਜਿਹਾ ਪਰ ਸਾਊਂਡ ਬਹੁਤ ਸੋਹਣੀ ਲਾਉਂਦਾ। ਮੈਨੂੰ ਪਹਿਲਾਂ ਯਕੀਨ ਨਹੀਂ, ਮੈਂ ਕਿਹਾ ਮੁੰਡਾ ਇਹ ਕੰਮ ਕਰਦਾ, ਕਹਿੰਦੇ ਹਾਂ। ਮੈਂ ਕਿਹਾ ਕਮਾਲ ਹੋ ਗਈ, ਗੱਭਰੂ ਜਵਾਨ ਮੁੰਡਾ। ਇੱਕ ਵਾਰੀ ਸਾਊਂਡ ਦੇ ਨਾਂ 'ਤੇ ਤਾੜੀਆਂ ਮਾਰ ਦਿਓ ਜਿਨ੍ਹਾਂ ਦੇ ਜ਼ਰੀਏ ਸਾਡੀ ਆਵਾਜ਼ ਤੁਹਾਡੇ ਤੱਕ ਆਉਂਦੀ ਹੈ। ਲਓ ਜੀ ਗਾਣਾ ਪੇਸ਼ ਕਰਦੇ ਹਾਂ ਲਾਲਚ। ਦੋ ਸਕੇ ਭਰਾਵਾਂ ਦੀ ਗੱਲ, ਦੋਨੇ ਵਿਆਹੇ ਵੇ ਹੈ, ਸੁੱਖ ਨਾਲ ਬਾਪੂ ਵੀ ਹੈਗਾ। ਇੱਕ ਦਿਨ ਰੌਲਾ ਜਿਹਾ ਪੈ ਗਿਆ ਪਰਿਵਾਰ 'ਚ, ਕਹਿੰਦੇ ਅਸੀਂ ਤਾਂ ਅੱਡ ਹੋਣਾ, ਵੀ ਅੱਡ ਹੋਣਾ, ਅੱਡ ਹੋਣਾ, ਰਿਸ਼ਤੇਦਾਰ ਸਕੀਰੀਆਂ ਵਾਲੇ ਸਾਰੇ ਬੁਲਾ ਲਏ। ਅਤੇ ਬਾਪੂ ਕਹਿੰਦਾ, ਭਾਈ ਕਹਿੰਦਾ ਇਹਨਾਂ ਦਾ ਕੀ ਪਤਾ ਨਕੰਮਿਆਂ ਦਾ, ਮੈਨੂੰ ਰੋਟੀ ਦੇਣ ਚਾਹੇ ਨਾ ਦੇਣ, ਮੈਂ ਤਾਂ ਆਪਣੇ 4 ਕਿੱਲੇ ਰੱਖੂੰਗਾ। 12 ਕਿੱਲੇ ਪੈਲੀ ਦੇ ਸੀ। ਰਿਸ਼ਤੇਦਾਰ ਕਹਿੰਦੇ, ਚੱਲ ਬਾਪੂ ਤੂੰ 4 ਕਿੱਲੇ ਰੱਖ ਲੈ, ਭਾਈ ਜਿਹਨੂੰ ਮਰਜ਼ੀ ਦੇਈ ਜਾਈ ਪਿੰਡ 'ਚ ਠੇਕੇ 'ਤੇ। ਨਹੀਂ 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 ਨਹੀਂ, ਐਡਾ ਵੀ ਮੈਂ ਮਾੜਾ ਨਹੀਂ, ਮੈਂ ਛੋਟੇ ਮੁੰਡੇ ਨੂੰ ਠੇਕੇ 'ਤੇ ਦਿਆ ਕਰੂੰਗਾ, ਨਾਲੇ ਰੋਟੀ ਖਾਈ ਜਾਊਂਗਾ। ਚਲੋ ਜੀ, ਕਹਿੰਦੇ ਠੀਕ ਆ ਜੀ। 2 ਕੁ ਸਾਲ ਲੰਘ ਗਏ, 2 ਸਾਲਾਂ ਬਾਅਦ ਬਜ਼ੁਰਗਾਂ ਦੀ, ਬਾਪੂ ਦੀ ਲੜਾਈ ਹੋ ਗਈ ਛੋਟੀ ਨੂੰਹ ਨਾਲ। ਉਹ ਬਜ਼ੁਰਗਾਂ ਦੀ ਕਾਹਦੀ ਲੜਾਈ ਹੁੰਦੀ ਹੈ, ਕਿਤੇ ਟਾਈਮ 'ਤੇ ਚਾਹ ਪਾਣੀ ਨਾ ਪੁੱਛਿਆ, ਇੰਨੀ ਕੁ ਗੱਲ ਹੁੰਦੀ ਹੈ, ਹੋਰ ਬਜ਼ੁਰਗਾਂ ਦਾ ਕਿੱਥੇ ਕੀ ਲੈ ਜਾਣਾ। ਔਰ ਬਜ਼ੁਰਗ ਥੋੜ੍ਹਾ ਜਿਹਾ ਗੁੱਸੇ 'ਚ ਆ ਗਿਆ, ਖੂੰਡਾ ਚੱਕਿਆ, ਨਾਲ ਹੀ ਵੱਡੇ ਦਾ ਘਰ ਸੀ ਉੱਥੇ ਅੰਦਰ ਜਾ ਵੜਿਆ। ਉਹਦੀ ਵੱਡੀ ਨੂੰਹ ਵਿਹੜੇ ਦੇ ਵਿੱਚ ਝਾੜੂ ਮਾਰੀ ਜਾਂਦੀ ਹੈ, ਕਹਿੰਦੀ ਬਾਪੂ ਜੀ ਆਉਂਦੇ, ਬਾਪੂ ਜੀ ਆਉਂਦੇ, ਪੱਲਾ ਕਰਕੇ ਖੜੀ ਹੋ ਗਈ। ਕਹਿੰਦਾ ਗੱਲ ਸੁਣ ਲਾ ਸਹੁਰੀ, ਇਹ ਮੇਰੀ ਗੱਲ ਪੂਰੀ, ਮੇਰੇ ਵਾਲੇ 4 ਕਿੱਲੇ ਹੁਣ ਤੁਸੀਂ ਵਾਹੁਣੇ ਆ, ਮੈਂ 4 ਕਿੱਲੇ ਤੁਹਾਨੂੰ ਦਿੱਤੇ, ਮੈਂ ਰੋਟੀ ਵੀ ਤੁਹਾਡੇ ਕੋਲ ਖਾਣੀ ਹੈ। ਉਹ ਥੋੜ੍ਹੀ ਜਿਹੀ ਲਾਲਚਣ ਹੈ, ਕਹਿੰਦੀ ਅੱਛਾ 4 ਕਿੱਲੇ ਸਾਡੇ ਵਾਲੇ, 4 ਤੇ 4 8 ਬਾਪੂ ਵਾਲੇ, 2 4 ਹਾਏ 12 ਕਿੱਲੇ। ਕਹਿੰਦੀ ਆ ਜਾਓ ਆ ਜਾਓ ਬਾਪੂ ਜੀ, ਆ ਜਾਓ, ਮੈਂ ਅੰਦਰ ਚਾਹ ਚੂਹ ਪਿਲਾਉਣੀ ਸੀ, ਮੈਂ ਤੁਹਾਨੂੰ ਜੂਸ ਜਾਸ ਪਿਲਾਉਣੀ, ਐਂ ਕਿਉਂ ਕਰਦੇ ਤੁਸੀਂ, ਆ ਜਾਓ ਬਾਪੂ ਜੀ, ਆ ਜਾਓ, ਲੰਘੇ ਲੰਘੇ ਲੋ। ਐਡੀ ਲਾਲਚਣ, ਆਹ ਖੜੀ ਹੈ ਤੇ ਕਾਂਟੇ ਜੇ ਪਾ ਕੇ, ਹੁਣ ਦੇਖਦੇ ਹਾਂ ਲਾਲਚਣ ਕੀ ਕਹਿੰਦੀ ਹੈ। ਮੇਰੀ ਲਾਲਚਣ ਤਾਂ ਖੜੀ। ਹਾਂ ਕਿਵੇਂ ਆ ਲੋਟਾ,
ਚੱਲ ਦਿਓਰ ਨਾ ਬਾਪੂ ਲੜਕੇ ਵੇ। ਕੀ ਕਿਹਾ? ਕੱਲ ਦਿਓਰ ਨਾ ਬਾਪੂ ਲੜਕੇ ਵੇ, ਘਰ ਆ ਗਿਆ ਆਪਣੇ ਧੜਕੇ ਵੇ। ਨਹੀਂ ਨਹੀਂ ਵੈਸੇ ਹੀ ਆਇਆ ਹੋਣਾ। ਨਹੀਂ, ਕੱਲ ਦਿਓਰ ਨਾ ਬਾਪੂ ਲੜਕੇ ਵੇ, ਘਰ ਆ ਗਿਆ ਆਪਣੇ ਧੜਕੇ ਵੇ। ਕਹਿੰਦਾ ਜੀ ਰੋਟੀ ਦੇ ਦਿਓਗੇ ਮੈਂ ਥੋਥੋ ਖੇਤ ਬਹਾਉਣਾ, ਬਾਪੂ ਦੇ ਚਾਰੇ ਕਿੱਲਿਆਂ ਤੇ ਵੀ ਹੁਣ ਆਪਾਂ ਹੀ ਫੋੜ ਚਲਾਉਣਾ, ਬਾਪੂ ਦੇ ਚਾਰੇ ਕਿੱਲਿਆਂ ਤੇ ਵੀ ਹੁਣ ਆਪਾਂ ਹੀ ਫੋੜ ਚਲਾਉਣਾ। ਨੀ ਲਾਲਚਣੇ ਨੀ ਲਾਲਚਣੇ, ਤੇਰੀ ਲੱਗ ਜੇ ਤਾਲੂਏ ਨਾ ਜੀਵ ਨੀ, ਤੂੰ ਸੁੱਤੀ ਪਈ ਨਾ ਉੱਠੇ ਐਡਾ ਲਾਲਚ। ਕੋਈ ਗੱਲ ਅਕਲ ਦੀ ਕਰਿਆ ਕਰ, ਉਸ ਮਾਲਕ ਕੋਲੋਂ ਡਰਿਆ ਕਰ। ਕੋਈ ਗੱਲ ਅਕਲ ਦੀ ਕਰਿਆ ਕਰ, ਉਸ ਰੱਬ ਦੇ ਕੋਲੋਂ ਡਰਿਆ ਕਰ। ਤੇਰੀ ਪੁੱਠੀ ਸੋਚਣ ਸ਼ਕਤੀ ਨਹੀਂ, ਸਕਿਆਂ ਵਿੱਚ ਸਿੰਘ ਪਸਾ ਦੂ। ਤੇਰਾ ਮੂੰਹ ਮੁੱਠ ਗਣੀਏ ਲਾਲਚ ਨਹੀਂ, ਭਾਈਆਂ ਵਿੱਚ ਬੈਰ ਪਵਾ ਦੂ। ਭਾਈ ਤਾੜੀਆਂ ਤੂੜੀਆਂ ਮਾਰਦਾ ਗੁਰੂ ਨਾਲ। ਬਈ ਗੱਲ ਇਹ ਹੈ, ਇਹ ਜਿਹੜਾ ਪ੍ਰੋਗਰਾਮ ਹੈ ਪੂਰੇ ਵਰਲਡ ਦੇ ਵਿੱਚ ਲਾਈਵ ਚੱਲ ਰਿਹਾ। ਤੁਹਾਡੀਆਂ ਜਿਹੜੀਆਂ ਪਿਕਚਰਾਂ, ਜਿਹੜੀਆਂ ਤੁਹਾਡੀਆਂ ਮੂਰਤਾਂ, ਇਹ ਪੂਰੇ ਵਰਲਡ ਦੇ ਵਿੱਚ ਜਾ ਰਹੀਆਂ। ਜਿੱਥੇ ਜਿੱਥੇ ਨੂੰ ਕੋਈ ਪ੍ਰੋਗਰਾਮ ਦੇਖ ਰਿਹਾ ਹੈ, ਮੇਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ। ਲਾਈਵ ਸਾਰਾ ਪ੍ਰੋਗਰਾਮ ਚੱਲ ਰਿਹਾ, ਮੈਨੂੰ ਲੱਗਦਾ ਸਾਰੇ ਬਾਈ ਬਾਹਰ ਕਿਸੇ ਕੰਟਰੀ 'ਚ ਇਸ ਟਾਈਮ ਭਾਈ ਦਿਨ ਹੋਣਾ ਕਿਤੇ ਹਨੇਰਾ ਹੋਣਾ, ਅਤੇ ਸਾਡੇ ਨੂਰਪੁਰੇ ਤਾਂ ਭਾਈ ਐਂ ਸੂਰਜ ਚੜ੍ਹਿਆ, ਭਾਈ ਦਾ ਨਜ਼ਾਰੇ ਲਈ ਜਾਂਦੇ ਪਿੰਡਾਂ ਵਾਲੇ ਦੇ ਵਾਸਤੇ। ਅਤੇ ਬਾਕੀ ਤੁਸੀਂ ਵੀ ਭਾਈ ਜਿੱਥੇ ਦੇਖ ਰਹੇ ਹੋ ਨਜ਼ਾਰੇ ਲਓ ਇੱਕ ਵਾਰੀ ਤਾੜੀਆਂ ਮਾਰ ਕੇ ਨਾਲ ਨਾਲ। ਕਿਵੇਂ? 1 2 3 ਸਟਾਰਟ। ਅਕਲ ਦੀ ਕਰਿਆ ਕਰ, ਉਸ ਮਾਲਕ ਕੋਲੋਂ ਡਰਿਆ ਕਰ। ਗੱਲ ਅਕਲ ਦੀ ਕਰਿਆ ਕਰ, ਉਸ ਮਾਲਕ ਕੋਲੋਂ ਡਰਿਆ ਕਰ। ਤੇਰੀ ਪੁੱਠੀ ਸੋਚਣ ਸ਼ਕਤੀ ਨਹੀਂ, ਸਕਿਆਂ ਵਿੱਚ ਸਿੰਘ ਪਸਾ ਦੂ। ਤੇਰਾ ਮੂੰਹ ਮੁੱਠ ਗਣੀਏ ਲਾਲਚ ਨਹੀਂ, ਭਾਈਆਂ ਵਿੱਚ ਵੈਰ ਪਵਾ ਦੂ। ਤੇਰਾ ਮੂੰਹ ਮੁੱਠ ਗਣੀਏ ਲਾਲਚ ਨਹੀਂ, ਭਾਈਆਂ ਵਿੱਚ ਵੈਰ ਪਵਾ ਦੂ। ਫਰੂਟ ਰੱਖਾਂਗੇ ਤਾਜ਼ੇ ਤਾਜ਼ੇ ਲਿਆ ਕੇ ਵੇ, ਮੈਂ ਹੁਣ ਵਿੱਚ ਫਰਿੱਜ ਫਰੂਟ ਰੱਖਾਂਗੇ ਤਾਜ਼ੇ ਤਾਜ਼ੇ ਲਿਆ ਕੇ ਵੇ। ਮੈਂ ਬਾਪੂ ਨੂੰ ਖੁਸ਼ ਕਰ ਦੇਣਾ ਹੈ ਡੇਲੀ ਜੂਸ ਬਣਾ ਕੇ ਵੇ। ਅੱਗੇ ਕਿਤੇ ਪਾਣੀ ਨਹੀਂ ਪੁੱਛਿਆ, ਅੱਜ ਜੂਸ। ਮੈਨੂੰ ਪਤਾ 4 ਕਿੱਲੇ ਦਿੰਦੇ ਆ ਤੈਨੂੰ, ਹੁਣ ਮੇਰੇ ਬਾਪੂ ਨੂੰ ਲੂਜ ਮੋਸ਼ਨ ਲਵਾਏਗੀ ਤੂੰ। ਫਰਿੱਜ ਫਰੂਟ ਰੱਖਾਂਗੇ ਤਾਜ਼ੇ ਤਾਜ਼ੇ ਲਿਆ ਕੇ ਵੇ, ਮੈਂ
ਚੰਗੀ ਵੱਡੀ ਨੂੰ ਮੇਰੀ, ਹਾਂ ਚੰਗੀ ਵੱਡੀ ਨੂੰ ਮੇਰੀ ਬੁੱਢੇ ਨੇ ਬਾਪੂ ਦੇ ਚਾਰੇ ਕਿਲਿਆਂ ਤੇ ਵੀ ਹੁਣ ਆਪਾਂ ਹੀ ਫੋੜ ਚਲਾਉਣਾ, ਬਾਪੂ ਦੇ ਚਾਰੇ ਕਿਲਿਆਂ ਤੇ ਵੀ ਹੁਣ ਆਪਾਂ ਹੀ ਫੋੜ ਚਲਾਉਣਾ। ਮੇਰਾ ਵਿਆਹ ਕਰਵਾਉਣਾ, ਆ ਜਾਓ ਖੁੰਡਾਂ ਦੀ ਚਰਚਾ ਬਣ ਜੇ ਨਾ, ਖੁੰਡਾਂ ਦੀ ਚਰਚਾ ਬਣ ਜੇ ਨਾ, ਸਾਡੇ ਘਰ ਦੀ ਇਹ ਕਹਾਣੀ ਨੀ, ਕਿਉਂ ਇੱਕੋ ਗੱਲ ਨੂੰ ਰੱਟਦੀਆਂ ਤੂੰ ਬਣ ਜਾ ਕਮਲੀਏ ਸਿਆਣੀ ਨੀ। ਖੁੰਡਾਂ ਦੀ ਚਰਚਾ ਬਣ ਜੇ ਨਾ, ਸਾਡੇ ਘਰ ਦੀ ਇਹ ਕਹਾਣੀ ਨੀ, ਕਿਉਂ ਇੱਕੋ ਗੱਲ ਨੂੰ ਰੱਟਦੀਆਂ ਤੂੰ ਬਣ ਜਾ ਕਮਲੀਏ ਸਿਆਣੀ ਨੀ। ਆਓ ਆਈ ਗਵਾਂਢਣ ਲੱਸੀ ਨੂੰ, ਆਓ ਆਈ ਗਵਾਂਢਣ ਲੱਸੀ ਨੂੰ, ਆਓ ਆਈ ਗਵਾਂਢਣ ਲੱਸੀ ਨੂੰ, ਗੱਲ ਪਿੰਡ ਦੇ ਵਿੱਚ ਫੈਲਾ ਦੂ। ਆਓ ਆਈ ਗਵਾਂਢਣ ਲੱਸੀ ਨੂੰ, ਗੱਲ ਪਿੰਡ ਦੇ ਵਿੱਚ ਫੈਲਾ ਦੂ। ਆਓ ਆਈ ਗਵਾਂਢਣ ਲੱਸੀ ਨੂੰ, ਉਹਦੇ ਡੋਲੂ ਵਾਲੀ। ਆਓ ਆਈ ਗਵਾਂਢਣ ਲੱਸੀ ਨੂੰ, ਗੱਲ ਪਿੰਡ ਦੇ ਵਿੱਚ ਫੈਲਾ ਦੂ। ਗੱਲ ਸਹੀ ਹੈ, ਕਈ ਵਾਰੀ ਗੁਆਂਢਣ ਲੱਸੀ ਲੈਣ ਆਉਂਦੀ ਹੈ, ਐਸੀ ਰੇਖ ਚਮੇਖ ਮਾਰਦੀ ਹੈ, ਨੀ ਚਾਰ ਕਿੱਲੇ ਆ ਬਾਪੂ ਤਾਂ ਮਰਨ ਵਾਲਾ, ਛੱਡਿਓ ਨਾ। ਆਓ ਆਈ ਗਵਾਂਢਣ ਲੱਸੀ ਨੂੰ, ਆਈ ਗਵਾਂਢਣ ਲੱਸੀ ਨੂੰ, ਗੱਲ ਪਿੰਡ ਦੇ ਵਿੱਚ ਫਲਾ ਦੂ। ਤੇਰਾ ਮੋਮੋ ਠਗਣੀਏ ਲਾਲਚ ਨੀ, ਭਾਈਆਂ ਵਿੱਚ ਵਹਿਰ ਪਵਾ ਦੂ। ਤੇਰਾ ਮੋਮੋ ਠਗਣੀਏ ਲਾਲਚ ਨੀ, ਭਾਈਆਂ ਵਿੱਚ ਵਹਿਰ ਪਵਾ ਦੂ। ਸੋਨੇ ਦੇ ਆਂਡੇ ਦੇਣ ਵਾਲੀ ਨਾ ਮੁਰਗੀ ਦਰ ਤੋਂ ਮੋੜ ਚੰਨਾ। ਸੋਨੀ ਦੇ ਆਂਡੇ ਦੇਣ ਵਾਲੀ ਨਾ ਮੁਰਗੀ ਦਰ ਤੋਂ ਮੋੜ ਚੰਨਾ। ਅੱਛਾ, ਹੁਣ ਤੈਨੂੰ ਬਾਪੂ ਬਾਪੂ ਨੀ ਲੱਗਦਾ, ਤੈਨੂੰ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਲੱਗਦੀ ਹੈ। ਨਾ ਨਾ ਨਾ, ਮੇਰਾ ਬਾਪੂ ਕੁੱਕੜ ਆ, ਤੈਨੂੰ ਮੈਂ ਦੱਸਾਂ। ਹਾਂ, ਸੋਨੇ ਦੇ ਆਂਡੇ ਦੇਣ ਵਾਲੀ ਨਾ ਮੁਰਗੀ ਦਰ ਤੋਂ ਮੋੜ ਚੰਨਾ, ਆਪਾਂ ਵਿਆਹ ਕੁੜੀਆਂ ਤੇ ਕਰਨੇ ਪੈਸੇ ਦੀ ਬਾਰੀ ਲੋੜ ਚੰਨਾ। ਸੋਨੇ ਦੇ ਆਂਡੇ ਦੇਣ ਵਾਲੀ ਨਾ ਮੁਰਗੀ ਦਰ ਤੋਂ ਮੋੜ ਚੰਨਾ, ਵਿਆਹ ਕੁੜੀਆਂ ਦੇ ਕਰਨੇ ਪੈਸੇ ਦੀ ਬਾਲੀ ਲੋੜ ਚੰਨਾ। ਤੂੰ ਹੱਥ ਮੱਥੇ ਤੇ ਮਾਰੇਗਾ, ਹੱਥ ਮੱਥੇ ਤੇ ਮਾਰੇਗਾ, ਫਿਰ ਵੇਲੇ ਨੂੰ ਪੁਛਕਾਉਣਾ, ਬਾਪੂ ਦੇ ਚਾਰੇ ਕਿਲਿਆਂ ਤੇ ਹੁਣ ਆਪਾਂ ਹੀ ਫੋੜ ਚਲਾਉਣਾ, ਬਾਪੂ ਦੇ ਚਾਰੇ ਕਿਲਿਆਂ ਤੇ ਹੁਣ ਆਪਾਂ ਹੀ ਫੋੜ ਚਲਾਉਣਾ। ਵਿਆਹ
ਮੇਰਾ ਪਾਰਾ ਹਾਈ ਹੋ ਜੇ ਨਾ, ਮੇਰਾ ਪਾਰਾ ਹਾਈ ਹੋ ਜੇ ਨਾ, ਅੱਖਾਂ ਤੋਂ ਹੋ ਜਾ ਦੂਰ ਬਿਲੋ, ਕਿਉਂ ਬੁਗਰਾਂ ਵਾਲੇ ਦਵਿੰਦਰ ਨੂੰ ਤੂੰ ਕਰਦੀ ਐ ਮਜਬੂਰ ਬਿਲੋ। ਮੇਰਾ ਪਾਰਾ ਹਾਈ ਹੋ ਜੇ ਨਾ, ਅੱਖਾਂ ਤੋਂ ਹੋ ਜਾ ਦੂਰ ਬਿਲੋ, ਕਿਉਂ ਬੁਗਰਾਂ ਵਾਲੇ ਦਵਿੰਦਰ ਨੂੰ ਤੂੰ ਕਰਦੀ ਐ ਮਜਬੂਰ ਬਿਲੋ। ਚੱਲ ਗਿੱਲਬਾਈ ਕੋਲ ਚੱਲਦੇ ਐ, ਚੱਲ ਗਿੱਲਬਾਈ ਕੋਲ ਚੱਲਦੇ ਐ, ਕੋਈ ਚੰਗੀ ਗੱਲ ਸਮਝਾ ਦੂ, ਤੇਰਾ ਮੂੰਹ ਮੁੱਠ ਗਣੀਏ ਲਾਲਚ ਨਹੀਂ ਭਾਈਆਂ ਵਿੱਚ ਵੈਰ ਪਵਾ ਦੂ, ਤੇਰਾ ਮੂੰਹ ਮੁੱਠ ਗਣੀਏ ਲਾਲਚ ਨਹੀਂ ਭਾਈਆਂ ਵਿੱਚ ਵੈਰ ਪਵਾ ਦੂ। ਬਾਪੂ ਦੇ ਚਾਰ ਕਿਲਿਆਂ ਦੀ ਹੁਣ ਆਪਾਂ ਹੀ ਫੋੜ ਚਲਾਉ ਹੋਣਾ, ਤੇਰਾ ਮੂੰਹ ਮੁੱਠ ਗਣੀਏ ਲਾਲਚ ਨਹੀਂ ਭਾਈਆਂ ਵਿੱਚ ਵੈਰ ਪਵਾ ਦੂ। ਤੇਰਾ ਮੂੰਹ ਮੁੱਠ ਗਣੀਏ ਲਾਲਚ ਨਹੀਂ ਭਾਈਆਂ ਵਿੱਚ ਵੈਰ ਪਵਾ ਦੂ। ਇੱਕ ਵਾਰੀ ਬਾਈ ਜੀ ਤਾੜੀਆਂ ਮਾਰਦਾ ਕਰੋ, ਤੁਹਾਡੀਆਂ ਤਾੜੀਆਂ ਸਾਡੇ ਲਈ ਆਕਸੀਜਨ ਦਾ ਕੰਮ ਕਰਦੀਆਂ, ਜਿਵੇਂ ਟੁੱਟੇ ਹੋਏ ਸ਼ਰਾਬੀ ਨੂੰ ਵੀਕਸ ਹੁੰਦਾ ਕੈਪਸੂਲ ਜ਼ਰੂਰੀ ਹੈ, ਇਸੇ ਤਰ੍ਹਾਂ ਤਾੜੀਆਂ। ਹਾਂ ਬਾਈ, ਸਾਡੇ ਲਈ ਬਹੁਤ ਸਤਿਕਾਰਯੋਗ ਹਰਭਜਨ ਸਿੰਘ ਜੀ ਪਟਵਾਰੀ ਸਾਹਿਬ, ਉਹਨਾਂ ਵੱਲੋਂ ਮਾਣ ਭੇਜੇ ਗਏ, ਧੰਨਵਾਦ ਕਰਦੇ ਹਾਂ। ਕਰਮਜੀਤ ਸਿੰਘ ਜੀ ਜਰਮਨ ਵਾਲੇ, ਉਹਨਾਂ ਵੱਲੋਂ ਬਹੁਤ ਸਾਰਾ ਮਾਣ। ਜਸਪਾਲ ਸਿੰਘ ਜੀ, ਪ੍ਰਤਾਪ ਸਿੰਘ ਜੀ, ਠਾਕੁਰ ਸਿੰਘ ਜੀ, ਜਗਦੇਵ ਸਿੰਘ ਜੀ ਇਟਲੀ ਵਾਲੇ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਭੇਜੇ ਗਏ, ਧੰਨਵਾਦ ਕਰਦੇ ਹਾਂ। ਨਿਰਮਲ ਸਿੰਘ ਜੀ ਸਰਪੰਚ ਸਾਹਿਬ, ਉਹਨਾਂ ਦੇ ਵੱਲੋਂ ਸਪੈਸ਼ਲ 500 ਰੁਪਇਆ ਮਾਣ ਭੇਜੇ ਗਏ, ਧੰਨਵਾਦ ਕਰਦੇ ਹਾਂ। ਸੂਬੇਦਾਰ ਦਲਵੀਰ ਸਿੰਘ ਜੀ, ਮਨਜੀਤ ਸਿੰਘ ਜੀ ਮੈਂਬਰ ਪੰਚਾਇਤ, ਅਮਰ ਸਿੰਘ ਜੀ ਔਰ ਕਰਨੈਲ ਸਿੰਘ ਜੀ ਪੰਡਾਲਵੇਟ ਤੋਂ, ਨੰਬਰਦਾਰ ਜਰਨੈਲ ਸਿੰਘ ਜੀ, ASI ਸਾਹਿਬ ਖਜਾਨ ਸਿੰਘ ਜੀ, ਬੂਟਾ ਸਿੰਘ ਜੀ ਨੰਬਰਦਾਰ, ਸੂਬੇਦਾਰ ਸੁਖਦੇਵ ਸਿੰਘ ਜੀ ਨੂਰਪੁਰ ਲਵਾਣਾ ਤੋਂ ਬਹੁਤ ਸਾਰਾ ਮਾਣ ਕਰ ਰਹੇ ਹੈ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਹਾਂਜੀ ਬਾਈ ਜੀ, ਨਾਲ ਦੀ ਨਾਲ ਅਗਲਾ ਗਾਣਾ। ਥੈਂਕ ਯੂ ਬਾਈ ਜੀ, ਥੈਂਕ ਯੂ ਬਾਈ ਜੀ, ਮੇਰੇ ਕੋਲ ਕੰਨ 'ਚ ਕਹਿ ਕੇ ਗਏ ਸੀ, ਮੈਂ ਸਮਝ ਗਿਆ ਸੀ, ਥੈਂਕ ਯੂ। ਲਓ ਜੀ ਗਾਣਾ, ਸਾਨੂੰ ਫਰਮਾਇਸ਼ ਹੋ ਸੀ ਕਿ ਦਿਓਰ ਤਰੇ ਦੇ ਘਰ ਨਹੀਂ ਜੇ ਛਣ ਛਣ ਹੋ ਜਾਏ, ਮੇਰਾ 12-13 ਸਾਲ ਪੁਰਾਣਾ ਗੀਤ, ਕਿਉਂਕਿ ਤੁਹਾਡੀਆਂ ਫਰਮਾਇਸ਼ਾਂ ਹੁੰਦੀਆਂ ਉਹ ਆਪਾਂ ਪੂਰੀਆਂ ਕਰਕੇ ਜਾਵਾਂਗੇ। ਵੀ ਗੱਲ ਇਹ ਹੈ, ਇਹ ਜਿਨ੍ਹਾਂ ਮੁੰਡਿਆਂ ਦੀਆਂ ਸ਼ਾਦੀਆਂ ਨਹੀਂ ਹੋਈਆਂ, ਜਿਹੜੇ ਕੁਆਰੇ ਹੈ, ਕਿਉਂਕਿ ਛੜੇ ਨੂੰ ਆਸ ਨਹੀਂ ਹੁੰਦੀ, ਜਿਨ੍ਹਾਂ ਮੁੰਡਿਆਂ ਦੀਆਂ ਸ਼ਾਦੀਆਂ ਨਹੀਂ ਹੋਈਆਂ, ਇੱਕ ਵਾਰੀ ਖੁੱਲ੍ਹ ਕੇ ਤਾੜੀਆਂ ਮਾਰੋ, ਪਤਾ ਲੱਗੇ ਵਿਆਹੁਣ ਵਾਲੇ ਮੁੰਡੇ ਕਿੰਨੇ ਕਹਿ। ਉਹ ਕੀ ਗੱਲ ਹੋ ਗਈ ਜੀਤੂ, ਇੱਕ ਪਿੱਛੇ ਬਾਬਾ ਵੀ ਤਾੜੀ ਮਾਰੀ ਜਾਂਦਾ। ਚੱਲ ਕੋਈ ਗੱਲ ਨਹੀਂ, ਨੂਰਪੁਰ ਵਾਲੇ ਕਈ ਵਾਰੀ ਕੰਮ ਰਹਿ ਵੀ ਜਾਂਦਾ ਹੁੰਦਾ। ਆਹ ਭਾਬੀ ਬੜੀ ਕਾਰੀਗਰ ਨੇ, ਬਠਿੰਡੇ ਵਾਲੇ ਟਿੱਬਿਆਂ ਦੇ ਪਾਣੀ ਚੜ੍ਹਾ ਦੇਣਾ, ਦੇਖ ਹੀ ਜਾਇਓ। ਭਾਬੀ ਜੀ ਅਸੀਂ ਰਿਸਪੈਕਟ ਕਰਦੇ ਹਾਂ, ਭਾਬੀ ਜੀ ਇੱਦਾਂ ਦੀ ਗੱਲ ਨਹੀਂ, ਇੱਥੇ ਕੁਰਸੀ 'ਤੇ ਬੈਠੋ ਜੀ, ਲੈ 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 ਭਾਬੀ ਜੀ, ਇੱਦਾਂ ਥੋੜ੍ਹੀ ਹੈ। ਹਾਂ ਜੱਗ ਜਿਉਣ ਵੱਡੀਆਂ ਭਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ, ਸੋ ਇੱਕ ਵਾਰੀ ਆਪਣੀਆਂ ਭਾਬੀਆਂ ਦੇ ਨਾਂ 'ਤੇ ਤਾੜੀਆਂ ਮਾਰ ਦਿਓ। ਭਾਬੀਆਂ ਜਿਹੜੀਆਂ ਹੁੰਦੀਆਂ ਮਾਵਾਂ ਵਰਗੀਆਂ ਵੱਡੀਆਂ ਭਾਬੀਆਂ, ਕਿਉਂਕਿ ਗਿੱਧਿਆਂ ਦੇ ਵਿੱਚ ਨੱਚ ਨੱਚ ਕੇ ਆਪਣੇ ਦਿਓਰਾਂ ਦੇ ਰਿਸ਼ਤੇ ਕਰਵਾਉਂਦੀਆਂ। ਅਤੇ ਇੱਕ ਮੇਰੀ ਆਹ ਭਾਬੀ ਬੈਠੀ ਹੈ ਇੱਧਰ, ਜਦੋਂ ਮੈਂ ਕਹਿੰਦਾ ਮੇਰੀ ਛਣ ਛਣ ਕਰਾ ਦੇ, ਐਵੇਂ ਮੈਨੂੰ ਲੱਤਾਂ ਘੁੱਟਣ ਲਈ ਰੱਖਦੀ ਹੈ, ਕਦੇ ਬੂਟਾਂ ਨੂੰ ਪਾਲਿਸ਼ ਕਰਨ ਲਈ ਰੱਖਦੀ ਹੈ, ਨਾਲੇ ਕਹਿੰਦੀ ਵਾਸ਼ਰੂਮ ਦੇ ਵਿੱਚ ਬਾਲਟੀ ਭਰ ਕੇ ਧਰਕੇ ਆ ਨਾਲ। ਅਤੇ ਜਦੋਂ ਮੈਂ ਕਹਿੰਦਾ ਮੇਰੀ ਛਣ ਛਣ ਕਰਾ ਦੇ, ਕਹਿੰਦੀ ਕੀ ਮਤਲਬ? ਮੈਂ ਕਿਹਾ ਮੇਰਾ ਵਿਆਹ ਕਰਵਾ ਦੇ, ਮੇਰੇ ਨਾਲ ਦੇ ਸਾਰੇ ਵਿਆਹ ਹੈਗੇ, ਸੁੱਖ ਨਾਲ ਤਿੰਨ ਤਿੰਨ ਚਾਰ ਚਾਰ ਨਿਆਣੇ ਵਾਲੇ ਹੋ ਗਏ, ਮੈਂ ਐਂ ਘੁੰਮੀ ਜਾਣਾ। ਕਹਿੰਦੀ ਜਾ ਜਾ ਖੇਤ ਮੁੰਡਿਆਂ ਨਾਲ, ਨਾ ਦੂਜਾ ਨਾਲੇ ਬਾਈ ਦੀ ਰੋਟੀ ਲੈ ਜਾ ਆਪਣੇ ਦੀ, ਨਾਲੇ ਖੇਤ ਮੁੰਡਿਆਂ ਨਾਲ ਉੱਧਰ ਕੌਡੀ ਕੁਡੀ ਖੇਡਿਆ, ਲੈ ਕੌਡੀ ਖੇਡਿਆ ਕੌਡੀ ਖੇਡਿਆ, ਲੱਤਾਂ ਤੜਵਾਉਣ ਲਈ ਰੱਖਦਾ, ਮੈਨੂੰ ਛਣ ਛਣ ਕਰਵਾਉਂਦੀ ਨਹੀਂ ਮੇਰੀ। ਭਾਬੀਏ ਨੀ ਦੋਵੇਂ ਹੱਥ ਜੋੜਾਂ, ਮੈਂ ਤੇਰੀ ਕਦੇ ਗੱਲ ਨਾ ਮੋੜਾਂ, ਕਰ ਹੀਲਾ ਕੋਈ ਕਰਨੀ
ਜੇ ਛਣ ਛਣ ਹੋ ਜੇ ਆਵਾਜ਼ ਸੁਣਦੀ ਹੈ ਦੇਖੇ ਆਏ ਆਏ ਓ ਦਿਓਰ ਤੇਰੇ ਦੇ ਕਰਨੀ ਭਾਬੀਏ 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 ਪੱਖੀ ਦੀ ਗੱਲ ਕਰਦੇ ਹੋ ਕੋਈ ਆਹ ਝੱਲ ਦੀ ਗੱਲ ਕਰਦੇ ਹੋ ਉਹ ਚਾਹੇ ਸੱਤ ਦਿਨ ਲਾਈਟ ਨਾ ਆਵੇ ਜੱਟ ਦਾ ਪੱਖਾ ਆਈ ਜੱਲੂ ਆਈ ਛਣ ਛਣ ਕਰਵਾਵੇ ਨਾਲੇ ਗੱਲ ਸੁਣ ਲਾ ਭਾਬੀ ਤੂੰ ਮੇਰੀ ਅੱਜ ਗੱਲ ਤੋਰੀ ਹੈ ਵਿਆਹ ਦੀ 4 ਸਤੰਬਰ ਨੂੰ ਇੰਨੀ ਗਰਮੀ 'ਚ ਜੇ ਕਿਤੇ ਮੇਰੇ ਵਿਆਹ ਦੀ ਗੱਲ ਤੋਰਦੀ ਨਾ ਜਨਵਰੀ ਫਰਵਰੀ 'ਚ ਜਦੋਂ ਧੁੰਦਾਂ ਜੀਆਂ ਹੁੰਦੀਆਂ ਮੈਂ ਤਾਂ ਪੱਖੀ ਦੀ ਝੱਲ ਮਾਰ ਕੇ ਤੇਰੀਆਂ ਨਲੀਆਂ ਕੱਢ ਦਿੰਦਾ ਭਾਬੀ ਤੇਰੇ ਓ ਭਾਬੀਏ ਨੀ ਦੋਵੇਂ ਹੱਥ ਜੋੜਾ ਓ ਮੈਂ ਤੇਰੀ ਕਦ ਗੱਲ ਨਾ ਮੋੜਾ ਓ ਭਾਬੀਏ ਨੀ ਦੋਵੇਂ ਹੱਥ ਜੋੜਾ ਓ ਮੈਂ ਤੇਰੀ ਕਦ ਗੱਲ ਨਾ ਮੋੜਾ ਨਾ ਮੈਂ ਤੇਰੀ ਕਦ ਗੱਲ ਨਾ ਮੋੜਾ ਓ ਕਰ ਹੀ ਲਾ ਕੋਈ ਕਰਨੀ ਪਿਓਰ ਤੇਰੇ ਦੇ ਦਿਓਰ ਤੇਰੇ ਦੇ ਘਰ ਨਹੀਂ ਓ ਛੋਟੇ ਦਿਓਰ ਦੇ ਘਰ ਨਹੀਂ ਨਿੱਕੇ ਦਿਓਰ ਦੇ ਘਰ ਨਹੀਂ ਤੇਰੇ
ਹੱਥ ਵਿੱਚ ਡੋਰ ਭਾਬੀਏ ਲਾ ਦੇ ਸਿਰੇ ਕਹਾਣੀ ਨੂੰ ਜਿੱਦਾਂ ਬਾਈ ਨੇ ਰੱਖਿਆ ਤੈਨੂੰ ਰੱਖੂ ਤੇਰੀ ਦਰਾਣੀ ਨੂੰ ਜਿੱਦਾਂ ਬਾਈ ਨੇ ਰੱਖਿਆ ਤੈਨੂੰ ਰੱਖੂ ਤੇਰੀ ਦਰਾਣੀ ਨੂੰ ਮੈਂ ਕਿਹਾ ਹੁਣ ਤਾਂ ਹਾਮੀ ਭਰਨੀ ਜੇ ਛਣ ਛਣ ਹੋ ਜੇ ਹਾਂ ਭਾਬੀ ਜੇ ਐ ਜੇ ਹੋ ਜੇ ਆ ਦਿਓਰ ਤੇਰੇ ਦੇ ਕਰਨੀ ਹੀ ਦੇ ਛਣ ਛਣ ਹੋ ਜੇ ਦਿਓਰ ਤੇਰੇ ਦੇ ਕਰਨੀ ਜੇ ਛਣ ਛਣ ਹੋ ਜੇ ਕੱਦੂ ਵਿੱਚ ਤੀਰ ਭਾਬੀਏ ਦਿਓਰ ਤੇਰੇ ਗੁਣ ਗਾਊਗਾ ਓ ਮਾਰ ਕੱਦੂ ਵਿੱਚ ਤੀਰ ਭਾਬੀਏ ਦਿਓਰ ਤੇਰੇ ਗੁਣ ਗਾਊਗਾ ਓ ਜਿੰਦ ਸਵਾੜੇ ਵਾਲਾ ਤੈਨੂੰ ਤੋਲੇ ਦੀ ਮੁੰਦਰੀ ਪਾਊਗਾ ਮੈਂ ਕਿਹਾ ਹੁਣ ਤਾਂ ਹਾਮੀ ਭਰਨੀ ਦਿਓਰ ਤੇਰੇ ਦੇ ਦਿਓਰ ਤੇਰੇ ਦੇ ਕਰਨੀ ਨਿੱਕੇ ਦਿਓਰ ਦੇ ਕਰਨੀ ਹਾਏ ਘਰੇ ਪੱਖੀ ਜੀ ਚੱਲ ਵੇ ਨਿੱਤ ਬੈਠ ਸਰਾਣੇ ਦਿਓਰ ਤੇਰੇ ਦੇ ਕਰਨੀ ਜੇ ਛਣ ਛਣ ਹੋ ਜੇ ਬਾਈ ਜੀ ਨਵਾਂ ਗਾਣਾ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ ਤੂੰ ਨਾ ਨਾਰ ਬਗਾਨੀ ਉਹ ਗਾਣਾ ਪੇਸ਼ ਕਰਦੇ ਹਾਂ ਹਾਂ ਵੀ ਮੁੰਡਿਓ ਸਾਢੇ ਤਿੰਨ ਬੰਦਾ ਆਪਣੇ ਘਰ ਵਾਲੀ ਨਾਲ ਗੱਲਾਂ ਕਰਦਾ ਘਰ ਵਾਲੀ ਕਹਿੰਦੀ ਗੱਲ ਸੁਣ ਲਾ ਅੱਜ ਮੇਲਾ ਲੱਗਣਾ ਕਹਿੰਦੀ ਮੈਂ ਤਾਂ ਮੇਲਾ ਵੇਖਣ ਜਾਣਾ ਕਹਿੰਦਾ ਕੋਈ ਗੱਲ ਨਹੀਂ ਭਾਗਵਾਨ ਦਿਖਾ ਲੈਂਦਾ ਮੇਲਾ ਸਾਡੇ ਰੰਧਾਵਾ ਬਾਈ ਜੀ ਮਾਨ ਰੰਧਾਵਾ ਸਾਹਿਬ ਬਹੁਤ ਸਾਰਾ ਮਾਣ ਕਰਕੇ ਗਏ ਬਾਈ ਜੀ 100 ਰੁਪਏ ਮਾਣ ਕਰਕੇ ਗਏ ਥੈਂਕ ਯੂ ਰੰਧਾਵਾ ਸਾਹਿਬ ਥੈਂਕ ਯੂ ਤੇਰੇ ਮਿੱਤਰਾਂ ਦਾ ਵੀ ਸਾਰਿਆਂ ਦਾ ਬਾਈ ਮਿਹਰਬਾਨੀ ਸ਼ੁਕਰੀਆ ਲਓ ਜੀ ਗਾਣਾ ਘਰ ਵਾਲੀ ਕਹਿੰਦੀ ਗੱਲ ਇਹ ਹੈ ਰੋਜ਼ ਤੂੰ ਕੰਮ ਕਰਦਾ ਰਹਿੰਦਾ ਖੇਤਾਂ ਦੇ ਵਿੱਚ ਰੋਜ਼ ਲਿਬੜਿਆ ਤਿਬੜਿਆ ਫਿਰਦਾ ਰਹਿੰਦਾ ਕਹਿੰਦੀ ਮੈਨੂੰ ਨਹੀਂ ਪਤਾ ਅੱਜ ਮੇਲਾ ਲੱਗਣਾ
ਨੂਰਪੁਰ ਜੱਟਾਂ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਤਾਂ ਮੇਲਾ ਵਿਖਾ ਕੇ ਲਿਖਿਆ। ਕਹਿੰਦਾ ਚੱਲ ਫਿਰ ਕਿਹੜੀ ਗੱਲ ਹੈ, ਚੱਲ ਚੱਲ ਦੇ ਲਓ ਵੀ ਟਰੈਕਟਰ ਕੀਤਾ ਸਟਾਰਟ, ਘਰ ਵਾਲੀ ਨੂੰ ਬਿਠਾਇਆ ਨਾਲ, ਮੇਲੇ ਦੇ ਵਿੱਚ ਆ ਗਿਆ। ਮੇਲੇ ਦੇ ਵਿੱਚ ਕਹਿੰਦਾ ਲੈ ਭਾਗਵਾਨ ਨੇ ਤੇਰਾ ਜੋ ਜੀ ਕਰਦਾ ਖਰੀਦ ਲਾ ਲਓ। ਕੀ ਮੇਲੇ ਦੇ ਵਿੱਚ ਘੁੰਮਦੇ ਆ, ਕੀ ਕਰਦੇ ਜਗੀਤ ਰਾਹੀਂ? ਹਾਂ ਮੈਂ ਮੁੰਡਿਆ ਨੀ ਕੰਮ ਘਰ ਤੋਂ ਅੱਜ ਮੈਂ ਵੇਲਾ, ਹਾਈ ਜੱਟ ਵਿਖਾਊ ਸਾਰਾ ਮੇਲਾ। ਨੀ ਕੰਮ ਘਰ ਤੋਂ ਅੱਜ ਮੈਂ ਵੇਲਾ, ਉਹ ਜੱਟ ਵਿਖਾਊ ਸਾਰਾ ਮੇਲਾ। ਨੀ ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲਾ ਮੂੰਹ ਵੇਖਣ ਨੂੰ, ਉਹ ਸੁਰਮਾ ਸਰਮਾ ਪਾ ਲਿਆ ਕਰੀ। ਉਹ ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲਾ ਗੋਰੀ ਧੌਣ ਨੂੰ ਗਾਨੀ, ਲੈ ਲਾ ਜੋ ਚਾਹੁੰਦੀ ਹੈ ਤੂੰ ਨਾ ਨਾਰ ਬਗਾਨੀ। ਨੀ ਲੈ ਲਾ ਜੋ ਚਾਹੁੰਦੀ ਬਈ ਮੁੰਡਿਓ ਬੰਨ ਕੇ। ਉਹ ਕੰਮ ਘਰ ਤੋਂ ਅੱਜ ਮੈਂ ਵੇਲਾ, ਚੰਦ ਲੈਣਾ ਤੁਹਾਡੇ ਵਾਸਤੇ ਕਿਉਂਕਿ ਸਾਰੇ ਆਪਾਂ ਮੇਲੇ ਤੇ ਇਕੱਠੇ ਹੋਏ ਹਾਂ। ਇਹ ਗੱਲ ਤੇ ਦੁਨੀਆ ਜਾਣਦੀ ਏ ਕਿ ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਦਾ। ਅਸਾਂ ਪਰਦੇਸੀਆਂ ਨੇ ਇੱਕ ਦਿਨ ਟੁਰ ਜਾਣਾ ਹੈ, ਅਸਾਂ ਪਰਦੇਸੀਆਂ ਨੇ ਇੱਕ ਦਿਨ ਟੁਰ ਜਾਣਾ ਹੈ ਤੇ ਕੁੰਡਾ ਮਾਰ ਕੇ ਨਾ ਹਵੇਲੀਆਂ ਦਾ। ਕੰਮ ਘਰ ਤੋਂ ਅੱਜ ਮੈਂ ਵੇਲਾ, ਨੀ ਜੱਟ ਵਿਖਾਊ ਸਾਰਾ ਮੇਲਾ। ਉਹ ਕੰਮ ਘਰ ਤੋਂ ਅੱਜ ਮੈਂ ਵੇਲਾ, ਜੱਟ ਵਿਖਾਊ ਸਾਰਾ ਮੇਲਾ। ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲਾ ਮੂੰਹ ਵੇਖਣ ਨੂੰ, ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲਾ ਗੋਰੀ ਧੌਣ ਨੂੰ ਗਾਨੀ, ਲੈ ਲਾ ਜੋ ਚਾਹੁੰਦੀ ਤੂੰ ਨਾ ਨਾਰ ਬਗਾਨੀ, ਲੈ ਲਾ ਜੋ ਚਾਹੁੰਦੀ ਤੂੰ ਨਾ ਨਾਰ ਬਗਾਨੀ, ਲੈ ਲਾ ਜੋ ਚਾਹੁੰਦੀ ਨੀ ਸੋਹਣੀਏ ਨੀ। ਮੈਨੂੰ ਸੁਰਮੇ ਤਾਨੀ ਮਾਰਦੀ ਜੋ ਨਿਸ਼ਕਾਰੇ ਦਿਲ ਦੇ ਜਾ ਮਾਇਆ, ਕਰਦੇ ਪੂਰੇ ਸਾਰੇ ਦਿਲ ਦੇ ਜਾ ਮਾਇਆ, ਕਰਦੇ ਪੂਰੇ ਸਾਰੇ ਦਿਲ ਦੇ ਜਾ ਮਾਇਆ। ਤੂੰ ਅੱਜ ਮੈਂ ਵੇਲਾ, ਜੱਟ ਵਿਖਾਊ ਸਾਰਾ ਮੇਲਾ।
ਚਾਰ ਤੋਂ ਅੱਜ ਮੈਂ ਬੇਲਾ ਜੱਟ ਵਿਖਾਊ ਸਾਰਾ ਮੇਲਾ ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲਾ ਮੂੰਹ ਵੇਖਣ ਨੂੰ ਸ਼ੀਸ਼ਾ ਲੈ ਲਾ ਗੋਰੀ ਧੌਣ ਨੂੰ ਗਾਨੀ ਲੈ ਲਾ ਜੋ ਚਾਹੁੰਦੀ ਤੂੰ ਨਾ ਨਾਰ ਬਗਾਨੀ ਲੈ ਲਾ ਜੋ ਚਾਹੁੰਦੀ ਤੂੰ ਨਾ ਨਾਰ ਬਗਾਨੀ ਲੈ ਲਾ ਜੋ ਚਾਹੁੰਦੀ ਉਹ ਆ ਜਾ ਘਰ ਜਾ ਕੇ ਨਾ ਆਖੀ ਉਹ ਘਰ ਜਾ ਕੇ ਨਾ ਆਖੀ ਝੂਟੇ ਲੈ ਲਾ ਚੰਡੋਲ ਤੇ ਚੜ ਕੇ ਨੀ ਆ ਤੂੰਬੇ ਵਾਲੇ ਬਾਬਿਆਂ ਤੋਂ ਮੈਂ ਸੁਣ ਲਾ ਕਲੀਆਂ ਖੜਕੇ ਨੀ ਉਹ ਘਰ ਜਾ ਕੇ ਨਾ ਆਖੀ ਝੂਟੇ ਲੈ ਲਾ ਚੰਡੋਲ ਤੇ ਚੜ ਕੇ ਨੀ ਆ ਤੂੰਬੇ ਵਾਲੇ ਬਾਬਿਆਂ ਤੋਂ ਮੈਂ ਸੁਣ ਲਾ ਕਲੀਆਂ ਖੜਕੇ ਨੀ ਫੇਰ ਖਚਾਈਏ ਇਕੱਠੇ ਫੋਟੋ ਉਹ ਫੇਰ ਖਚਾਈਏ ਇਕੱਠੇ ਫੋਟੋ ਉਹ ਫੇਰ ਖਚਾਈਏ ਇਕੱਠੇ ਫੋਟੋ ਫੇਰ ਖਚਾਈਏ ਦੋਨੇ ਫੇਰ ਖਚਾਈਏ ਇਕੱਠੇ ਫੋਟੋ ਰਹਿ ਜੂ ਯਾਦ ਨਿਸ਼ਾਨੀ ਲੈ ਲਾ ਜੋ ਚਾਹੁੰਦੀ ਤੂੰ ਨਾ ਨਾਰ ਬਗਾਨੀ ਲੈ ਲਾ ਜੋ ਚਾਹੁੰਦੀ ਤੂੰ ਨਾ ਨਾਰ ਬਗਾਨੀ ਲੈ ਲਾ ਜੋ ਚਾਹੁੰਦੀ ਨੀ ਸੋਹਣੀਏ ਨੀ ਆਜਾ ਖਾਏਗੀ ਉਹ ਕੀ ਖਾਏਗੀ ਗੋਲ ਗੱਪੇ ਜਾਂ ਟਿੱਕੀਆਂ ਚਾਟ ਲਵਾਈਏ ਕੀ ਖਾਏਗੀ ਗੋਲ ਗੱਪੇ ਜਾਂ ਟਿੱਕੀਆਂ ਚਾਟ ਲਵਾਈਏ ਜਾਂ ਫਿਰ ਆਪਾਂ ਹਲਵਾਈ ਕੋਲੇ ਗਰਮ ਜਲੇਬੀਆਂ ਖਾਈਏ
ਭੁੱਕੀ ਖਾਏਗੀ ਗੋਲ ਗੱਪੇ ਜਾਂ ਟਿੱਕੀਆਂ ਝਾਟ ਲਵਾਈਏ, ਜੇ ਆਖੇ ਹਲਵਾਈ ਕੋਲੇ ਗਰਮ ਜਲੇਬੀਆਂ ਖਾਈਏ। ਉਹ ਦਿਲ ਵਿੱਚ ਰਹਿ ਜੇ ਮੰਗ ਨਾ ਕੋਈ, ਦਿਲ ਵਿੱਚ ਰਹਿ ਜੇ ਤੇਰੇ, ਦਿਲ ਵਿੱਚ ਰਹਿ ਜੇ ਮੰਗ ਨਾ ਕੋਈ, ਕਹਿੰਦਾ ਏ ਦਿਲ ਜਾਨੀ ਲੈਲਾ ਜੋ ਚਾਹੁੰਦੀ ਤੂੰ ਨਾ ਨਾਰ ਬਗਾਨੀ, ਲੈਲਾ ਜੋ ਚਾਹੁੰਦੀ ਤੂੰ ਨਾ ਨਾਰ ਬਗਾਨੀ, ਲੈਲਾ ਜੋ ਚਾਹੁੰਦੀ ਤੂੰ ਨਾ ਨਾਰ ਬਗਾਨੀ, ਲੈਲਾ ਜੋ ਚਾਹੁੰਦੀ ਨੀ ਸੋਹਣੀਏ ਨੀ। ਨਾਰ ਬਗਾਨੀ ਲੈਲਾ ਜੋ ਚਾਹੁੰਦੀ ਇਹ ਹੋ ਕੇ ਪੂਰੇ ਸਾਰੇ ਦਿਲ ਦੇ ਜਮਾਇਆ, ਤੂੰ ਨਾ ਨਾਰ ਬਗਾਨੀ ਲੈਲਾ ਜੋ ਚਾਹੁੰਦੀ, ਤੂੰ ਨਾ ਨਾਰ ਬਗਾਨੀ ਲੈਲਾ ਜੋ ਚਾਹੁੰਦੀ। ਉਹ ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ, ਮੁੱਕਦੇ ਨਾ ਨੋਟ ਪਏ ਬੈਂਕਾਂ ਚ ਬਥੇਰੇ, ਸਾਡੇ ਲਈ ਬਹੁਤ ਸਤਿਕਾਰਯੋਗ ਜਰਨੈਲ ਸਿੰਘ ਜੀ, ਮੈਂਬਰ ਪੰਚਾਇਤ, ਆਪਣੇ ਪੋਤਰੇ ਸੁਖਜੀਤ ਸਿੰਘ ਗਿੱਲ ਦੇ ਨਾਂ 'ਤੇ ਬੋਸਰਾ ਮਾਨ, ਸੋਹਣ ਸਿੰਘ ਜਾਤੀ ਕੇ ਮਨੀਲਾ ਤੋਂ ਬੋਸਰਾ ਮਾਨ ਦੇ ਰਹੇ ਹੈ, ਸਨਪ੍ਰੀਤ ਪੱਡਾ ਜੀ ਸਪੇਨ ਤੋਂ, ਸੁਖਵੰਤ ਸਿੰਘ ਜੀ ਇੰਗਲੈਂਡ ਤੋਂ, ਭਤੀਜਾ ਗੁਰਜੋਤ ਪੱਡਾ ਜੀ ਔਰ ਭਾਣਜੇ ਗਗਨਦੀਪ ਪੰਡਾਲ ਅਤੇ ਕਮਲਜੀਤ ਯੂਕੇ, ਉਹਨਾਂ ਦੇ ਨਾਂ 'ਤੇ ਬੋਸਰਾ ਮਾਨ, ਸੋਨੂ ਆਸਟ੍ਰੇਲੀਆ ਤੋਂ, ਮਨਜਿੰਦਰ ਕੈਨੇਡਾ ਤੋਂ, ਜੋਗਾ ਕੈਨੇਡਾ ਤੋਂ, ਉਹਨਾਂ ਵੱਲੋਂ 500 ਰੁਪਏ ਮਾਣ, ਗੁਰਪਾਲ ਜੀ ਇੰਗਲੈਂਡ ਤੋਂ, ਉਹਨਾਂ ਵੱਲੋਂ 500 ਰੁਪਏ ਮਾਣ, ਮਨਜੀਤ ਸਿੰਘ ਜੀ ਮੈਂਬਰ, ਜੋਤੀ ਪੱਡਾ, ਮਨਜੀਤ ਗਰੇਵਾਲ, ਹਰਮਨ ਪੱਡਾ, ਇਹਨਾਂ ਦੇ ਵੱਲੋਂ ਬਹੁਤ ਸਾਰਾ ਮਾਣ ਭੇਜਿਆ ਗਿਆ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸੋਹਣ ਸਿੰਘ ਜੀ ਜਾਤੀ ਕੇ ਮਨੀਲਾ ਤੋਂ ਬਹੁਤ ਸਾਰਾ ਮਾਣ, ਮਿਹਰਬਾਨੀ, ਸ਼ੁਕਰੀਆ ਜੀ। ਹਾਂਜੀ, ਗਾਣਾ ਬਟੂਆ ਉਹ ਪੇਸ਼ ਕਰਨ ਲੱਗਿਆ, ਉਸ ਤੋਂ ਬਾਅਦ ਸਾਨੂੰ ਕੈਨੇਡਾ ਤੋਂ ਮੈਸੇਜ ਆਇਆ ਹੁਣੇ ਹੁਣੇ, ਕਿਉਂਕਿ ਨਾਲ ਦੀ ਨਾਲ ਮੈਸੇਜ ਵੀ ਚੱਲ ਰਹੇ ਆ, ਸਾਡੇ ਪੱਡਾ ਬਾਈ ਜੀ ਉਹਨਾਂ ਦੀ ਫਰਮਾਇਸ਼ ਹੈ, ਕਹਿੰਦੇ ਤੇਰੇ ਉੱਤੇ ਮਰਿਆ ਫਿਰੇ ਪੁੱਤ ਜੱਟ ਦਾ, ਮੇਰਾ ਇਕੱਲੇ ਦਾ ਗਾਣਾ ਸੀ ਬਾਈ ਜੀ, ਉਹ ਵੀ ਪੇਸ਼ ਕਰਾਂਗੇ, ਬਸ ਵੇਟ ਕਰੋ ਬਾਈ ਜੀ, ਆਹ ਗਾਣਾ ਬਟੂਆ ਇਹ ਵੀ ਤੁਹਾਡੇ ਵਾਸਤੇ, ਸਾਰਿਆਂ ਵਾਸਤੇ। ਇੱਕ ਵਾਰੀ ਅਸੀਂ ਜਿੰਨੇ ਵੀ ਸਾਡੇ ਪ੍ਰਦੇਸ਼ਾਂ ਦੇ ਵਿੱਚ ਸਾਡੇ ਪਿੰਡ ਤੋਂ ਮੁੰਡੇ ਗਏ ਹੋਏ ਆ, ਅਸੀਂ ਅੱਜ ਤੁਹਾਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ,
ਕੋਈ ਕੈਨੇਡਾ, ਅਮੈਰੀਕਾ, ਜਰਮਨ, ਕੁਵੈਤ, ਬਹਿਰੀਨ, ਦੁਬਈ, ਐਨੀ ਵੀ ਕੰਟਰੀ 'ਚ ਗਿਆ ਵਾ, ਅਸੀਂ ਤੁਹਾਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਸਾਰੇ। ਸੋ ਤੁਸੀਂ ਇੱਥੇ ਹੁੰਦੇ ਹੋਰ ਚਾਰ ਚੰਨ ਲੱਗ ਜਾਣੇ ਸੀ ਮੇਲੇ ਨੂੰ, ਪਰ ਜਿੱਥੇ ਤੁਸੀਂ ਬੈਠੇ ਆਪਣੇ ਇੰਜੋਏ ਕਰੋ। ਗਾਣਾ ਤੁਹਾਡੇ ਵਾਸਤੇ, ਸਾਰਿਆਂ ਵਾਸਤੇ, ਬਟੂਆ ਲਓ ਜੀ, ਗਾਣਾ ਪੇਸ਼ ਕਰਨ ਲੱਗਿਆ। ਲੈ ਵੀ ਢੋਲ ਵਾਲਿਆ ਮੁੰਡਿਆ, ਟੁੱਟ ਕੇ ਪੈ ਜਾ ਉਦੋਂ ਪਹਿਲਾਂ। ਹਾਂ ਬਈ, ਹਾਂ ਬਈ, ਰੜੀਆਂ ਬਈ, ਆ ਜਾ ਵੀ ਕਰਾਂ। ਸਰਦਾਰ ਬਹਾਦਰ ਸਰਦਾਰ ਅਮਰੀਕ ਸਿੰਘ ਜੀ, ਕਿਉਂਕਿ ਜਿਹੜੇ ਸਾਰਿਆਂ ਨੂੰ ਪਾਣੀ ਪਿਆਉਂਦੇ ਆ, ਮੈਨੂੰ ਇਹਨਾਂ ਦੇ ਵਿੱਚੋਂ ਭਾਈ ਘਨੱਈਏ ਦੀ ਵੀ ਕਈ ਵਾਰੀ ਇਹਨਾਂ ਦਾ ਭੁਲੇਖਾ ਪੈਣ ਲੱਗ ਜਾਂਦਾ। ਇੱਕ ਵਾਰੀ ਜ਼ੋਰਦਾਰ ਤਾੜੀਆਂ, ਬਹੁਤ ਵੱਡੇ ਸੇਵਾਦਾਰ ਨੇ, ਮੇਰਾ ਰੰਧਾਵਾ, ਮੇਰਾ ਵੀਰ, ਸਾਡੇ ਕਰਮਜੀਤ ਪੱਡਾ ਸਾਡੇ ਜਰਮਨੀ ਤੋਂ, ਉਹਨਾਂ ਦੇ ਨਾਂ 'ਤੇ ਰੰਧਾਵੇ ਵੀਰ ਵੱਲੋਂ ਬਹੁਤ ਸਾਰਾ ਮਾਣ ਹੈ। ਲਓ ਜੀ ਗਾਣਾ ਬਟੂਆ, 1 2 3 ਸਟਾਰਟ। ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ, ਮੁੱਕਦੇ ਨਾ ਨੋਟ ਪਏ ਬੈਂਕਾਂ 'ਚ ਬਥੇਰੇ। ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ, ਮੁੱਕਦੇ ਨਾ ਨੋਟ ਪਏ ਬੈਂਕਾਂ 'ਚ ਬਥੇਰੇ। ਮੈਨੂੰ ਸਾਲੇ ਦੇ ਛੋਟੇ ਸਾਲੇ ਦੇ ਵਿਆਹ ਦਾ ਮੈਨੂੰ ਚਾਹ ਸਾਲੀਏ। ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋਟ ਤੇਰੇ ਜੀਜੇ ਦਾ ਏ ਦਿਲ ਤੇਰੇ ਹਾਂ ਸਾਲੀਏ। ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋਟ ਜੀਜੇ ਦਾ ਏ ਦਿਲ ਤੇਰੇ ਹਾਂ ਸਾਲੀਏ। ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋਟ ਜੀਜੇ ਦਾ ਏ ਦਿਲ ਤੇਰੇ ਹਾਂ ਸਾਲੀਏ।
ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ ਮੁੱਕਦੇ ਨਾ ਨੋਟ ਪਏ ਬੈਂਕਾਂ ਚ ਬਥੇਰੇ ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ ਮੁੱਕਦੇ ਨਾ ਨੋਟ ਪਏ ਬੈਂਕਾਂ ਚ ਬਥੇਰੇ ਮੈਨੂੰ ਸਾਲੇ ਦੇ ਛੋਟੇ ਸਾਲੇ ਦੇ ਵਿਆਹ ਦਾ ਮੈਨੂੰ ਚਾਹ ਸਾਲੀਏ ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋਟ ਤੇਰੇ ਜੀਜੇ ਦਾ ਦਿਲ ਦਰ ਰਿਹਾ ਸਾਲੀਏ ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋਟ ਜਿਦਾਈ ਦਿਲ ਦਰਿਆ ਸਾਲੀਏ ਉਦੋਂ ਤੱਕ ਨੱਚੀ ਮੈਂ ਮਾਰੀ ਆਵਾਂ ਨੋਟ ਜਿਦਾਈ ਦਿਲ ਦਰਿਆ ਸਾਲੀਏ ਨੱਚਣ ਵਾਲੀ ਬਣ ਜੱਟ ਤਾਂ ਬੰਜ ਪੱਟ ਦੂ ਬੰਜ ਹਾਏ ਨਾ 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 ਓਏ ਕਿਸ ਵੇਰੇ ਜੀ ਚ ਖਾਲੀ ਹੋਏ ਬੱਟੂ ਇਹਨੂੰ ਧੋਰੀ ਵਾਂਗੂ ਮੂਨ ਮੁਕਾ ਕੇ ਬੈਠ ਕਿਸ ਵੇਰੇ ਜੀ ਚ ਖਾਲੀ ਹੋਏ ਬੱਟੂ ਇਹਨੂੰ ਧੋਰੀ ਵਾਂਗੂ ਮੂਨ ਮੁਕਾ ਕੇ ਬੈਠ ਨਾ ਦੱਸਦੇ ਸਾਰੇ ਮੇਲ ਵਿੱਚ ਗੱਲਾਂ ਹੁੰਦੀਆਂ ਨੇ ਤੇਰੀਆਂ ਹੱਥ ਨੱਚ ਗਿੱਧੇ ਚ ਲਿਆਈ ਰਾਮ ਨੇਰੀਆਂ ਲਿਆਈ ਰਾਮ ਨੇਰੀਆਂ ਉਹ ਸਾਰੇ ਮੇਲ ਵਿੱਚ ਗੱਲਾਂ ਹੁੰਦੀਆਂ ਨੇ ਤੇਰੀਆਂ ਉਹ ਨੱਚ ਨੱਚ ਗਿੱਧੇ ਚ ਲਿਆਈ ਜਾ ਮਨੇਰੀਆਂ ਲਿਆਈ ਜਾ ਮਨੇਰੀਆਂ ਉਹ ਦਿਲ ਕਰ ਤੇਰੇ ਉੱਤੋਂ ਉਹ ਵਾਰ ਦੇ ਮਨਤੀਆਂ ਉਹ ਦਿਲ ਕਰ ਤੇਰੇ ਉੱਤੋਂ ਵਾਰ ਦੇ ਮਨਤੀਆਂ ਆਉਂਦਾ ਨਿਤ ਨਿਤ ਨਾ ਵਿਆਹ ਸਾਲੀਏ ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋੜ ਤੇਰੇ ਜੀਜੇ ਦਾ ਦਿਲ ਦਰ ਰਿਹਾ ਸਾਲੀਏ ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋੜ ਜੀਜੇ ਦਾ ਦਿਲ ਦਰ ਰਿਹਾ ਸਾਲੀਏ ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋੜ ਜੀਜੇ ਦਾ ਦਿਲ ਦਰ ਰਿਹਾ ਸਾਲੀਏ ਹੁਣ ਦੀ ਦਲੇਰੀ ਨੂੰ ਸਵੇਰੇ ਚਿੱਤ ਕਰੇਗਾ ਉਹ ਜੂ ਦਿਮਾਗ ਦਾ ਫਿਊ
ਜੀਜਾ ਖਾਲੀ ਹੋਏ ਬੱਟੂ ਇਹਨੂੰ ਧੋਈ ਵਾਂਗੂ ਮੂੰਹ ਲੰਮਕਾ ਕੇ ਬੈਠਣਾ ਗੌਲ ਦਾ ਨਕਦ ਮਾੜੇ ਮੋਟੇ ਜੇ ਹਸਾਬ ਨੂੰ ਪਾਣੀਆਂ ਨਾ ਜਾਣੀ ਤੂੰ ਚਤਾਮਲੀ ਦੇ ਲਾਭ ਨੂੰ ਚਤਾਮਲੀ ਦੇ ਲਾਭ ਨੂੰ ਗੌਲ ਦਾ ਨਕਦ ਮਾੜੇ ਮੋਟੇ ਜੇ ਹਸਾਬ ਨੂੰ ਪਾਣੀਆਂ ਨਾ ਜਾਣੀ ਤੂੰ ਚਤਾਮਲੀ ਦੇ ਲਾਭ ਨੂੰ ਚਤਾਮਲੀ ਦੇ ਲਾਭ ਨੂੰ ਮੋੜ ਦੂੰਗਾ ਮੁੱਲ ਤੇਰੇ ਓਏ ਇੱਕ ਇੱਕ ਨਖਰੇ ਦਾ ਮੋੜ ਦੂੰਗਾ ਮੁੱਲ ਤੇਰੇ ਇੱਕ ਇੱਕ ਨਖਰੇ ਦਾ ਮੋੜ ਦੂੰਗਾ ਮੁੱਲ ਨਹੀਂ ਮੋੜ ਦੂੰਗਾ ਮੁੱਲ ਤੇਰੇ ਇੱਕ ਇੱਕ ਨਖਰੇ ਦਾ ਬਾਂਹ ਵਿੱਚ ਬਾਂਹ ਕੇ ਨਾ ਪਾ ਸਾਲੀਏ ਨਾਲੇ ਲੈ ਮੂਵੀ ਤੂੰ ਬਣਾ ਸਾਲੀਏ ਨਾਲੇ ਲੈ ਫੋਟੋ ਤੂੰ ਲਹਾ ਸਾਲੀਏ ਉਹ ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋੜ ਤੇਰੇ ਜੀਜੇ ਦਾ ਹੀ ਦਿਲ ਕਰ ਰਿਹਾ ਸਾਲੀਏ ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋੜ ਜੀਜੇ ਦਾ ਹੀ ਦਿਲ ਕਰ ਰਿਹਾ ਸਾਲੀਏ ਮਾਰੀ ਆਊਂਗਾ ਨੋੜ ਤੇਰੇ ਬੀਜੇ ਦਾ ਦਿਲ ਕਰ ਰਿਹਾ ਸਾਲੀਏ ਹੋ ਜੋ ਤੱਕ ਨੱਚੇ ਮਾਰੀ ਆਊਂਗਾ ਨੋੜ ਤੇਰੇ ਬੀਜੇ ਦਾ ਦਿਲ ਦਰਿਆ ਸਾਲੀਏ ਬਈ ਮਿੱਤਰਾਂ ਦੀ ਫਰਮਾਇਸ਼ ਆ ਸਾਡੇ ਦਾਰਾ ਸਿੰਘ ਪੱਡਾ ਕੈਨੇਡਾ ਤੋਂ ਬਾਈ ਦੀ ਫਰਮਾਇਸ਼ ਆ ਤੇਰੇ ਉੱਤੇ ਮਰਿਆ ਫਿਰੇ ਪੁੱਤ ਜੱਟ ਦਾ ਲਓ ਜੀ ਗਾਣਾ ਤੁਹਾਡੇ ਵਾਸਤੇ ਹਾਂ ਬਾਈ ਜੀ ਉਹ ਓਕੇ ਮੈਂ ਤੁਹਾਡੀ ਲਿਪ ਸਿੰਘ ਤੋਂ ਪਤਾ ਲੱਗ ਗਿਆ ਸ਼ੁੱਧ ਵੈਸ਼ ਨੂੰ ਉਹ ਵੀ ਗਾ ਕੇ ਜਾਵਾਂ ਗਾਣਾ ਸਾਡੇ ਯੂਕੇ ਤੋਂ ਇੰਗਲੈਂਡ ਤੋਂ ਵੀ ਸਾਨੂੰ ਮੈਸੇਜ ਆਇਆ ਹੈ ਇੰਗਲੈਂਡ ਵਾਲੇ ਵੀਰ ਸਾਡੇ ਪੂਰਾ ਇੰਜੋਏ ਕਰ ਰਹੇ ਆ ਲਾਈਵ ਪ੍ਰੋਗਰਾਮ ਦਾ ਸੋ ਯੂਕੇ ਵਾਲਿਆਂ ਨੂੰ ਅਸੀਂ ਜਿਹੜੇ ਸਾਡੇ ਇੱਥੇ ਪਿੰਡਾਂ ਦੇ ਮੁੰਡੇ ਆ ਜਾਂ ਸਾਡੇ ਪਿੰਡ ਦੇ ਆ ਜਾਂ ਇਲਾਕੇ ਦੇ ਆ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਆ ਸੋ ਮੈਨੂੰ ਇੰਗਲੈਂਡ ਜਾਣ ਦਾ ਮੌਕਾ ਬਹੁਤ ਚਿਰ ਪਹਿਲਾਂ ਮਿਲਿਆ ਸੀ 2000 ਦੇ ਵਿੱਚ ਜਦੋਂ ਮੇਰਾ ਬਟੂਆ ਗਾਣਾ ਆਇਆ ਉਦੋਂ ਤਾਂ ਮੈਂ ਆਇਆ ਹੀ ਨਹੀਂ ਸੋ ਭਰਾਵੋ ਸਾਨੂੰ ਸੱਦ ਵੀ ਲਿਓ ਅਤੇ ਗਾਣਾ ਤੁਹਾਡੀ ਸੇਵਾ 'ਚ ਕਰਦੇ ਹਾਂ ਪੇਸ਼ ਪੁੱਤ ਜੱਟ ਦਾ ਤੇਰੇ 'ਤੇ ਮਰਿਆ ਫਿਰੇ ਪੁੱਤ ਜੱਟ ਦਾ ਕਿਉਂਕਿ ਸਾਡੇ ਬਾਈ ਜੀ ਹੁਣੀ ਹਰਜੀਤ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਉਹਨਾਂ ਨੇ ਦੱਸਿਆ ਕਿਉਂਕਿ ਯੂਕੇ ਵਾਲਿਆਂ ਨੇ ਮੇਲੇ ਦਾ ਮੁੱਢ ਬੰਨਿਆ ਵਿਆਹ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੀਰ ਇੱਥੋਂ ਤਾੜੀਆਂ ਮਾਰ ਲਓ ਬੈਠੇ ਬੈਠੇ ਜਿੱਥੇ ਪ੍ਰੋਗਰਾਮ ਦੇਖ ਰਹੇ ਰੰਧਾਵੇ ਬਾਈ ਅਗਲਾ ਗਾਣਾ ਤੁਹਾਡੇ ਵਾਲਾ ਸੋ ਪਹਿਲਾਂ ਪੁੱਤ ਜੱਟ ਦਾ ਮੇਰਾ ਆਪਣਾ ਰਿਕਾਰਡ ਗੀਤ ਹਾਂਜੀ ਸਾਡੇ ਲਈ ਬਹੁਤ ਸਤਿਕਾਰਯੋਗ ਗੁਰਿੰਦਰ ਸਿੰਘ ਜੀ ਪੱਡਾ ਜੀ ਕਬੱਡੀ ਪਲੇਅਰ ਅਮੈਰੀਕਾ ਤੋਂ ਉਹਨਾਂ ਦੇ ਵੱਲੋਂ 500 ਰੁਪਏ ਮਾਣ ਭੇਜਿਆ ਗਿਆ ਔਰ ਅਮਰਜੀਤ ਸਿੰਘ ਜੀ ਪੱਡਾ ਜੀ ਜਰਮਨ ਤੋਂ ਉਹਨਾਂ ਵੱਲੋਂ 500 ਰੁਪਏ ਮਾਣ ਕਰਮਜੀਤ ਸਿੰਘ ਜੀ ਪੱਡਾ ਜੀ ਜਰਮਨ ਤੋਂ ਉਹਨਾਂ ਵੱਲੋਂ ਵੀ 500 ਰੁਪਏ ਮਾਣ ਦਵਿੰਦਰ ਸਿੰਘ ਜੀ ਯੂਕੇ ਤੋਂ ਗੁਰਪਾਲ ਸਿੰਘ ਜੀ ਯੂਕੇ ਤੋਂ ਉਹਨਾਂ ਦੇ ਵੱਲੋਂ ਵੀ 500 ਰੁਪਏ ਮਾਣ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਹਾਜ਼ਰ ਹੈ ਭੁਪਿੰਦਰ ਗਿੱਲ ਜੰਗਿਆਣਾ ਲੈ ਵੀ ਸਵਰ ਦਿਓ ਬਈ
डीजे लग्या ते नचदे ने सारे डीजे लग्या। अगला गाना थोड़ा भाई पक्का। डीजे लग्या ते नचदे ने सारे डीजे लग्या लग्या ते नचदे ने सारे हुलारा बस तेरे लकदा लकदा हो तेरे उत्ते मरिया फिरे नी पुत जट दा हो तेरे उत्ते मरिया फिरे नी दारा पट्टा पुत जट दा। लो जी गाना तेरे उत्ते मरिया फिरे पुत जट मुंडे तैयार हो भाई। 1 2 3 स्टार्ट। नचदे ने सारे डीजे लग्या डीजे लग्या ते नचदे ने सारे डीजे लग्या डीजे लग्या ते नचदे ने सारे फुलहारा बस तेरे लगदा लगदा हो तेरे उत्ते मरिया फिरे नी पुत जटदा तेरे उत्ते मरिया फिरे नी पुत जटदा तेरे उत्ते डुलिया फिरे नी पुत जटदा। दारू पी के मारा ललकारा ते बोतलां दे डट पटदा पटदा तेरे उत्ते मरिया फिरे नी पुत जटदा तेरे उत्ते मरिया फिरे नी पुत जटदा तेरे उत्ते डुलिया फिरे नी पुत जटदा। ਚਾਵਾਂ ਨੇ ਗਿੱਧੇ ਵਿੱਚੋਂ ਨੱਚਦੀ ਨੂੰ ਨੱਚਦੀ ਨੂੰ ਨੱਚਦੀ ਨੂੰ ਤੈਨੂੰ ਲੈ ਕੇ ਬਾਜ ਬਣ ਜਾਵਾਂ ਗਿੱਧੇ ਵਿੱਚੋਂ ਨੱਚਦੀ ਨੂੰ ਤੈਨੂੰ ਲੈ ਕੇ ਬਾਜ ਬਣ ਜਾਵਾਂ ਗਿੱਧੇ ਵਿੱਚ ਨੱਚਦੀ ਨੂੰ
ਕੱਟ ਕਰਨੀ ਹੈ ਮਾੜੀ। ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ, ਉਹ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ, ਉਹ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ, ਚੀਟੂ ਤੇ ਵਾਇਆ ਵੱਲੀ ਹੈ ਨਵਾਂ ਲੈ ਲੈ ਅੱਠ ਰੱਖ ਤੇਰੇ ਯਾਰ ਨੇ ਨੀ ਬਾਬੇ ਮੈਂ ਬੇਨਤੀ ਕਰਦਾ ਬਾਈ ਜੀ ਪਿੱਛੇ ਕੁਛ ਨਹੀਂ ਹੈਗਾ, ਸਾਰੇ ਜਾਣੇ ਬੈਠ ਜਾਓ, ਬੀਬੀਆਂ ਭੈਣਾਂ ਖਾਸ ਕਰਕੇ ਬਹਿ ਜਾਓ ਭਾਈ ਪਿੱਛੇ ਭੀੜ ਭੜੱਕੇ ਚ, ਲੇਡੀਜ਼ ਲਈ ਹੁੰਦਾ ਵੀ ਤੁਸੀਂ ਆਪਣੀਆਂ ਸੀਟਾਂ 'ਤੇ ਬੈਠ ਜਾਓ। ਸੋ ਕੋਈ ਗੱਲ ਨਹੀਂ ਹੈ, ਮਾੜੀ ਮੋਟੀ ਹੁੰਦੀ ਹੈ ਪ੍ਰੋਬਲਮ ਸੋਲਵ ਹੋ ਜਾਂਦੀ ਹੁੰਦੀ ਹੈ, ਮੇਲਾ ਤਾਂ ਹੀ ਬਣਦਾ ਫਿਰ। ਸੋ ਬਹਿ ਜਾਓ ਸਾਰੇ ਜਾਣੇ ਬਾਈ ਜੀ, ਪਲੀਜ਼ ਹੱਥ ਬੰਨ ਕੇ ਬੇਨਤੀ ਹੈ, ਪਲੀਜ਼ ਸਾਰੇ ਜਾਣੇ ਬਹਿ ਜਾਓ, ਬਹਿ ਜਾਓ ਬਹਿ ਜਾਓ ਬਹਿ ਜਾਓ, ਸਾਰੇ ਬੈਠ ਜਾਓ, ਸਾਰੇ ਜਿੱਥੇ ਜਿੱਥੇ ਹੈਗੇ ਸਾਰੇ ਬੈਠ ਜਾਓ। ਹਾਂਜੀ ਬਾਈ ਕਨੇਡਾ ਵਾਲੇ ਦਾ ਬਾਈ ਦਾਰੇ ਦਾ ਗਾਣਾ ਹੀ ਖਰਾਬ ਹੋ ਗਿਆ, ਕੋਈ ਗੱਲ ਨਹੀਂ ਬਾਈ ਜੀ, ਉਹ ਪਿੱਛੇ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਸੀ ਯਾਰ, ਸੋਰੀ, ਰੀਅਲੀ ਸੋਰੀ ਯਾਰ, ਅਲਾ ਗਾਣਾ ਫੇਰ ਆਉਣ ਲੱਗਿਆ। 1 2 3 ਸਟਾਰਟ। ਅੱਖਾਂ ਦੇ ਵਿੱਚ ਸੁਰਮਾ ਨੀ ਪਾਇਆ ਬਿੱਲੀਆਂ, ਓਏ ਹੋਏ ਪਾਇਆ ਬਿੱਲੀਆਂ, ਅੱਖਾਂ ਦੇ ਵਿੱਚ ਸੁਰਮਾ ਨੀ ਪਾਇਆ ਬਿੱਲੀਆਂ, ਬਿੱਲੀਆਂ ਅੱਖਾਂ ਦੇ ਵਿੱਚ ਸੁਰਮਾ, ਕਮਾਲ ਬਿੱਲੋ ਤੇਰੀ ਅੱਖ ਦਾ ਅੱਖ ਦਾ, ਹੋ ਤੇਰੇ ਉੱਤੇ ਮਰਿਆ ਫਿਰੇ ਨੀ ਪੁੱਤ ਜੱਟ ਦਾ, ਤੇਰੇ ਉੱਤੇ ਮਰਿਆ ਫਿਰੇ ਨੀ ਪੁੱਤ ਜੱਟ ਦਾ, ਤੇਰੇ ਉੱਤੇ ਡੁੱਲਿਆ ਫਿਰੇ ਨੀ ਪੁੱਤ ਜੱਟ ਦਾ, ਮਿਲ ਕੇ ਵਜਾਓ ਬਾਈ ਜੀ। ਗੱਭਰੂ ਦਾ ਦਿਲ ਨੱਚਦਾ, ਦਿਲ ਨੱਚਦਾ, ਦਿਲ ਨੱਚਦਾ ਜਦੋਂ ਨੱਚਦੀ ਪਟੋਲਾ ਬਣ ਕੇ ਨਿਕਲਦਾ, ਦਿਲ ਨੱਚਦਾ ਜਦੋਂ ਨੱਚਦੀ ਪਟੋਲਾ ਬਣ ਕੇ, ਜਦੋਂ ਨੱਚਦੀ ਪਟੋਲਾ ਬਣ ਕੇ ਦਿਲ ਨੱਚਦਾ, ਮੈਂ ਕਹਿੰਦੀ ਹਾਂ
ਛਤਰੀ ਦੀ ਕਰ ਛਤਰੀ ਦੀ ਕਰ ਛਤਰੀ ਦੀ ਸ਼ਾਹਾਂ ਮੈਂ ਛਾਵੇਂ ਪੈਂਦੀ ਆ ਨੱਚਦਾ ਕੋ ਹੱਥ ਤੇਰਾ ਫੜ ਕੇ ਨੀ ਜਦੋਂ ਨੱਚਦਾ ਜਦੋਂ ਨੱਚਦਾ ਕੋ ਹੱਥ ਤੇਰਾ ਫੜ ਕੇ ਨੀ ਜਦੋਂ ਨੱਚਦਾ ਨੱਚਦਾ ਕੋ ਹੱਥ ਤੇਰਾ ਫੜ ਕੇ ਤੇ ਗੱਭਰੂ ਦਾ ਤੇ ਗੱਭਰੂ ਦਾ ਦਿਲ ਘੱਟਦਾ ਘੱਟਦਾ ਹਾਏ ਹੋ ਤੇਰੇ ਉੱਤੇ ਮਰਿਆ ਫਿਰੇ ਨੀ ਪੁੱਤ ਜੱਗਦਾ ਤੇਰੇ ਉੱਤੇ ਡੁੱਲਿਆ ਫਿਰੇ ਨੀ ਪੁੱਤ ਜੱਗਦਾ ਚੱਕਦੇ ਢੋਲੀਆ ਇੱਕ ਬਾਈ ਜੀ ਮੈਂ ਨਵਾਂ ਗਾਣਾ ਰਿਕਾਰਡ ਕਰਵਾਇਆ ਸਾਨੂੰ ਮਾਣ ਪੰਜਾਬੀ ਹੋਣ ਦਾ ਸਾਨੂੰ ਮਾਣ ਪੰਜਾਬੀ ਹੋਣ ਦਾ ਅਸੀਂ ਕਰਕੇ ਫਿੱਟ ਜਗਾੜ ਰੱਖੀ ਦੇ ਹਥਿਆਰ ਰੱਖੀ ਦੇ ਦੋ ਨੰਬਰ ਦੇ ਉਹ ਇੱਕ ਨੰਬਰ ਦੇ ਯਾਰ ਰੱਖੀ ਦੇ ਹਥਿਆਰ ਰੱਖੀ ਦੇ ਦੋ ਨੰਬਰ ਦੇ ਇੱਕ ਨੰਬਰ ਦੇ ਯਾਰ ਰੱਖੀ ਹਥਿਆਰ ਰੱਖੀ ਦੇ ਦੋ ਨੰਬਰ ਦੇ ਇੱਕ ਨੰਬਰ ਦੇ ਯਾਰ ਰੱਖੀ ਦੇ ਚਲਾਕੀ ਆਉਂਦੀ ਹੈ ਨੀ ਸਿੱਧੇ ਸਾਦੇ ਬੰਦੇ ਆ ਓ ਮਾੜਿਆਂ ਦੇ ਨਾਲ ਮਾੜੇ ਆ ਬਾਈ ਚੰਗਿਆਂ ਦੇ ਨਾਲ ਚੰਗੇ ਆ ਸਾਨੂੰ ਆਉਂਦੀ ਭਾਜੀ ਮੋੜਨੀ ਨਹੀਂ ਸਿਰਾਂ ਦੇ ਉੱਤੇ ਭਾਰ ਰੱਖੀ ਦੇ ਹਥਿਆਰ ਰੱਖੀ ਦੇ ਦੋ ਨੰਬਰ ਦੇ ਬਾਈ ਇੱਕ ਨੰਬਰ ਦੇ ਯਾਰ ਰੱਖੀ ਦੇ ਹਥਿਆਰ ਰੱਖੀ ਦੇ ਦੋ ਨੰਬਰ ਦੇ ਯਾਰ ਰੱਖੀ ਬਾਈ ਇੱਕ ਨੰਬਰ ਦੇ ਯਾਰ ਰੱਖੀ ਦੇ ਬਾਈ ਇੱਕ ਨੰਬਰ ਦੇ ਯਾਰ ਰੱਖੀ ਦੇ
ਗਾਣੇ ਵੀ ਸਾਂਝੇ ਕਰ ਲੈਣੇ ਚਾਹੀਦੇ ਆ। ਇੱਕ ਗਾਣਾ ਮੈਂ ਹੋਰ ਰਿਕਾਰਡ ਕਰਵਾਇਆ, ਉਹ ਨਾਂ ਵੀ ਚੱਲੂਗਾ ਸਾਡਾ, ਸਿੱਕਾ ਵੀ ਚੱਲੂਗਾ ਸਾਡਾ। ਬਾਈ ਜਿੱਥੇ ਮੈਂ ਦੁਗਾਣੇ ਗੀਤ ਗਾਉਂਦਾ ਨਾਲ ਨਾਲ ਮੇਰੇ ਸਿੰਗਲ ਟਰੈਕ ਮੈਂ ਕਈ ਰਿਕਾਰਡ ਕੀਤੇ ਆ, ਆਉਣ ਵਾਲੇ ਦਿਨਾਂ 'ਚ ਤੁਹਾਡੇ ਹੱਥਾਂ 'ਚ ਹੋਣੇ ਆ। ਉਹ ਨਾਂ ਵੀ ਚੱਲੂਗਾ ਸਾਡਾ, ਸਿੱਕਾ ਵੀ ਚੱਲੂਗਾ ਸਾਡਾ। ਉਹ ਤੀਰ ਨੂੰ ਟਿਕਾਣੇ ਉੱਤੇ ਵੱਜ ਲੈਣ ਦੇ, ਸਫਾਰੀਆਂ ਨੂੰ ਛੱਡ ਤੂੰ ਫਰਾਰੀਆਂ 'ਚ, ਘੁੰਮੇਗੀ ਨੀ ਜੱਟ ਦਾ ਜਗਾਣ ਕਿਤੇ ਲੱਗ ਲੈਣ ਦੇ। ਸਫਾਰੀਆਂ ਨੂੰ ਛੱਡ ਤੂੰ ਫਰਾਰੀਆਂ 'ਚ, ਘੁੰਮੇਗੀ ਜੱਟ ਦਾ ਜਗਾਣ ਕਿਤੇ ਲੱਗ ਲੈਣ ਦੇ। ਸਫਾਰੀਆਂ ਨੂੰ ਛੱਡ ਤੂੰ ਫਰਾਰੀਆਂ 'ਚ, ਘੁੰਮੇਗੀ ਜੱਟ ਦਾ ਜਗਾਣ ਕਿਤੇ ਲੱਗ ਲੈਣ ਦੇ। ਸਫਾਰੀਆਂ ਨੂੰ ਛੱਡ ਤੂੰ ਫਰਾਰੀਆਂ 'ਚ, ਘੁੰਮੇਗੀ ਜੱਟ ਦਾ ਜਗਾਣ ਕਿਤੇ ਲੱਗ ਲੈਣ ਦੇ। ਘੁੰਮੇਗੀ ਨੀ ਜੱਟ ਦਾ ਜਗਾੜ ਕਿਤੇ ਲੱਗ ਲੈਣ ਦੇ। ਸਫਾਰੀਆਂ ਨੂੰ ਛੱਡ ਤੂੰ ਫਰਾਰੀਆਂ 'ਚ, ਘੁੰਮੇਗੀ ਜੱਟ ਦਾ ਜਗਾੜ ਕਿਤੇ ਲੱਗ ਲੈਣ ਦੇ। ਸਫਾਰੀਆਂ ਨੂੰ ਛੱਡ ਤੂੰ ਫਰਾਰੀਆਂ 'ਚ, ਘੁੰਮੇਗੀ ਜੱਟ ਦਾ ਜਗਾੜ ਕਿਤੇ ਲੱਗ ਲੈਣ ਦੇ। ਸਫਾਰੀਆਂ ਨੂੰ ਛੱਡ ਤੂੰ ਫਰਾਰੀਆਂ 'ਚ, ਘੁੰਮੇਗੀ ਨੀ ਜੱਟ ਦਾ ਜਗਾੜ ਕਿਤੇ ਲੱਗ ਲੈਣ ਦੇ। ਇੱਕ ਮੈਂ ਗਾਣਾ ਹੋਰ ਨਵਾਂ ਰਿਕਾਰਡ ਕਰਵਾਇਆ, ਟਰਾਲੇ ਚੱਲਦੇ ਕੈਨੇਡਾ ਇੰਗਲੈਂਡ ਬਈ, ਟਰਾਲੇ ਚੱਲਦੇ ਕੈਨੇਡਾ ਇੰਗਲੈਂਡ ਬਈ, ਉੱਚਾ ਰੱਖੀਦਾ ਏ ਸਾਰਿਆਂ ਤੋਂ ਮੈਂਡਵੀ, ਚੜਾਈਆਂ ਸਰਦਾਰ ਦੀਆਂ ਮਿੱਤਰੋ, ਜੱਟ ਫੋੜਦੇ ਜ਼ਮੀਨ ਸਾਰੀ ਰੋਡ ਤੇ ਮੇਰਾ ਕਰਤਾਰ ਦੀਆਂ ਮਿੱਤਰੋ, ਜੱਟ ਫੋੜਦੇ ਜ਼ਮੀਨ ਸਾਰੀ ਰੋਡ ਤੇ ਮੇਰਾ ਕਰਤਾਰ ਦੀਆਂ ਮਿੱਤਰੋ, ਜੱਟ ਫੋੜਦੇ ਜ਼ਮੀਨ ਸਾਰੀ ਰੋਡ ਤੇ ਮੇਰਾ ਕਰਤਾਰ ਦੀਆਂ ਮਿੱਤਰੋ, ਮੇਰਾ ਮੇਰਾ ਆਲਾ ਦੇਤਾ ਤੇਰੇ ਨਾਲ ਗੇੜਾ, ਆਲਾ ਦੇਤਾ ਆਲਾ ਦੇਤਾ ਤੇਰੇ ਨਾਲ ਗੇੜਾ, ਆਲਾ ਦੇਤਾ ਆਲਾ ਦੇਤਾ ਤੇਰੇ ਨਾਲ ਗੇੜਾ, ਤੇ ਜੰਗੀ ਹਣਾ ਸਾਰਾ ਮੱਚਦਾ ਤੇਰੇ ਉੱਤੇ, ਮਰਿਆ ਫਿਰੇ ਨੀ ਪੁੱਤ ਜੱਟ ਦਾ ਤੇਰੇ ਉੱਤੇ, ਢੁੱਲਿਆ ਫਿਰੇ ਨੀ ਪੁੱਤ ਜੱਟ ਦਾ ਤੇਰੇ ਉੱਤੇ, ਮਰਿਆ ਫਿਰੇ ਨੀ ਪੁੱਤ ਜੱਟ ਦਾ ਤੇਰੇ ਉੱਤੇ, ਮਰਿਆ ਫਿਰੇ ਨੀ ਪੁੱਤ ਜੱਟ ਦਾ ਉਹ ਗਿੱਲ ਪੁੱਤ ਜੱਟ ਦਾ ਤੇ ਨਹੀਂ ਉਹ ਪਿੱਛੇ ਹੱਟਦਾ। ਹਾਂ ਬਈ, ਬਾਈ ਦੀ ਫਰਮਾਇਸ਼ ਹੈ, ਸ਼ੁੱਧ ਵੈਸ਼ਨੂੰ ਵਿਆਹ ਦਾ ਕਾਰਡ
ਉਹ ਗਾਦਾ ਕਿ ਦੂਜਾ ਹੁਣ ਨਹੀਂ ਛੁੱਟਦੀ ਲੱਗਦਾ ਨਾਲੇ ਜਾਊ ਲਾਲ ਪਰੀ ਚਮਕੀਲਾ। ਅੱਛਾ ਜੀ ਬਾਈ ਮੈਂ ਵੈਸੇ ਕਿਸੇ ਦਾ ਗਾਣਾ ਗਾਉਂਦਾ ਨਹੀਂ। ਉਹ ਨਹੀਂ ਇਹ ਆਦਤ ਵਿਗੜ ਜਾਂਦੀ ਹੈ ਬੰਦੇ ਦੀ। ਮੁੜ ਕੇ ਬਾਈ ਕਹਿੰਦਾ ਬਾਈ ਮੁਹੰਮਦ ਸਦੀਕ ਦਾ ਵੀ ਸੁਣਾਈ ਮਾੜਾ ਜਿਹਾ ਯਾਰ। ਮੈਂ ਕੋਸ਼ਿਸ਼ ਕਰਦਾ ਹੁੰਦਾ ਮੈਂ ਵੀ ਮੈਂ ਕਿਸੇ ਦਾ ਗਾਣਾ ਨਾ ਗਾਵਾਂ ਕਿਉਂਕਿ ਆਪਣੇ ਗਾਣੇ ਮੇਰੇ ਬਹੁਤ ਰਿਕਾਰਡ ਹੋਏ ਆ। ਸੁੱਖ ਨਾਲ ਮੇਰੀਆਂ ਕਈ ਕੈਸਟਾਂ ਆਈਆਂ ਕਈ ਗਾਣੇ ਆਏ ਆ ਅਤੇ ਬਾਈ ਦੀ ਫਰਮਾਇਸ਼ ਹੈ ਮੈਂ ਵਿੱਚੇ ਫਿੱਟ ਕਰ ਦੂੰਗਾ ਮਾੜੀ ਜੀ ਚਿੰਤਾ ਨਾ ਕਰ ਰਹਿੰਦਾ ਪਿਆ। ਖੜਕ ਦੇਖੀ ਜਾਈ ਬਾਈ। ਹਾਂ ਬਾਈ ਬਈ 3.5 ਰੱਖ ਪਹਿਲਾਂ ਸ਼ੁੱਧ ਵੈਸ਼ਨੂੰ ਵਿਆਹ ਦਾ ਕਾਰਡ ਲਾ ਦਈਏ ਪੂਰਾ ਉਦੋਂ ਬਾਅਦ ਜਮਾਂ ਪੀਲ ਫਿੱਟ ਕਰਕੇ ਜਾਊਂ ਬਾਈ ਚਮਕੀਲੇ ਵਾਲਾ ਵੀ ਜਦੋਂ ਜੱਟ ਬਾਈ ਮੂਹਰੇ ਖੜਾ ਫਿਰ ਕੋਈ ਗੱਲ ਹੀ ਨਹੀਂ। ਹਾਂਜੀ ਲਓ ਵੀ ਪਹਿਲਾਂ ਗਾਣਾ ਪੇਸ਼ ਕਰਦੇ ਹਾਂ ਸ਼ੁੱਧ ਵੈਸ਼ਨੂੰ ਵਿਆਹ ਦਾ ਕਾਰਡ। ਵੀ ਗੱਲ ਇਹ ਹੈ ਮੇਰੇ ਗਾਣੇ ਪਰਿਵਾਰਕ ਹੁੰਦੇ ਆ ਮੈਂ ਪਹਿਲਾਂ ਵੀ ਕਹਿ ਕੇ ਹਟਿਆ। ਕਿਉਂ ਪ੍ਰਿੰਸ ਕਿਵੇਂ? ਹਾਂਜੀ ਵੀ ਗਾਣੇ ਦਾ ਮਤਲਬ ਇਹ ਹੈ ਵਿਆਹ ਵਾਲਾ ਮੁੰਡਾ ਅਤੇ ਵਿਚੋਲਣ ਆਪਸ ਮੇਂ ਗੱਲਾਂ ਕਰਦੇ ਆ। ਵਿਆਹ 'ਚ ਦਿਨ ਰਹਿੰਦੇ ਹੁੰਦੇ ਆ 12-13 ਹੀ ਕੁਦਰਤੀ ਵਿਚੋਲਣ ਆ ਜਾਂਦੀ ਆ ਜਾ ਵਿਚੋਲਣੇ ਆ ਗਈ ਵਿਚੋਲਣ ਵਿਚੋਲਣ ਉਮਰ 'ਚ ਵੱਡੀ ਹੈ ਥੋੜ੍ਹੀ ਜੀ ਉਹ ਵਿਆਹ ਵਾਲੇ ਮੁੰਡੇ ਨੂੰ ਕਾਕਾ 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 ਗੱਲ ਸੁਣ ਬੇਟਾ ਗੱਲ ਸੁਣ ਇੱਦਾਂ ਗੱਲ ਕਰਦੀ ਹੈ ਉਮਰ 'ਚ ਵੱਡੀ ਹੈ ਅਤੇ ਦੇਖਦੇ ਹਾਂ ਵਿਚੋਲਣ ਵਿਚੋਲਣੇ ਗੱਲ ਸੁਣਾਉਣਾ ਮੈਂ ਜਾਣਾ ਖੇਤ ਮੋਟਰ 'ਤੇ ਪਾਣੀ ਪੂਣੀ ਲਾਉਣ ਠੀਕ ਆ ਅਤੇ ਜਿਹੜੀ ਗੱਲਬਾਤ ਕਰਨੀ ਹੈ ਕੋਈ ਕਰ ਮੇਰੇ ਨਾਲ ਦੇਖਦੇ ਹਾਂ ਵਿਚੋਲਣ ਆਈ ਹੈ ਵੀ ਦੇਖਦੇ ਹਾਂ ਕੋਈ ਸੁੱਖ ਸੁਨੇਹਾ ਲੈ ਕੇ ਆਈ ਹੋਊਗੀ ਉੱਧਰੋਂ ਆਲੇ ਦੁਆਲੇ ਵਿਚੋਲਾ ਵਿੱਚ ਓਲਾ ਦੇਖਦੇ ਕੀ ਕਹਿੰਦੀ ਆ ਤੇਰੀ ਵਿਚੋਲਣ ਕਾਕਾ ਤੈਨੂੰ ਦੱਸਣੀ ਸੀ ਗੱਲ ਵੇ ਕੀ ਤੇਰੇ ਸਹੁਰਿਆਂ ਨੇ ਮੈਨੂੰ ਪਿੰਡ ਸੱਦਿਆ ਸੀ ਕੱਲ ਵੇ ਓਏ ਵਿਚੋਲੇ ਆ ਮੁੰਦਰੀ ਨਹੀਂ ਪਵਾਉਣੀ। ਅੱਛਾ ਮੈਂ ਤੇਰੀ ਵਿਚੋਲਣ ਕਾਕਾ ਤੈਨੂੰ ਦੱਸਣੀ ਸੀ ਗੱਲ ਵੇ ਤੇਰੇ ਸਹੁਰਿਆਂ ਨੇ ਮੈਨੂੰ ਪਿੰਡ ਸੱਦਿਆ ਸੀ ਕੱਲ ਵੇ ਜਨ ਦੀ ਸੇਵਾ ਟੌਪ ਕਲਾਸ ਕਰਾਂਗੇ ਕਹਿੰਦੇ ਸੀ ਕਲਾਸ ਕਰਾਂਗੇ ਕਹਿੰਦੇ ਸੀ ਪਰ ਹੱਥ ਜੋੜ ਕੇ ਹੱਥ ਜੋੜ ਕੇ ਕੀ ਕਹਿੰਦੇ ਸੀ ਮੇਰੀਆਂ ਲੱਤਾਂ ਕੰਬਣ ਲੱਗ ਗਈਆਂ। ਕੁਛ ਨਹੀਂ ਕਹਿੰਦੇ ਸੀ ਉਹ ਹੱਥ ਜੋੜ ਕੇ ਪੈਗ ਲੈਗ ਤੋਂ ਮੁਆਫੀ ਲੈਂਦੇ ਸੀ ਹੱਥ ਜੋੜ ਕੇ ਮੀਟ ਸ਼ਰਾਬ ਤੋਂ ਮੁਆਫੀ ਲੈਂਦੇ ਸੀ। ਮੀਟ ਸ਼ਰਾਬ ਹੈ ਨੀ ਹੈ ਨੀ ਫਿਰ ਨੂਰਪੁਰ ਜੱਟਾਂ ਵਾਲੇ ਨੇ ਉੱਥੇ ਕੀ ਲੈਣ ਜਾਣਾ। ਖੜ ਜਾਓ ਮੈਂ ਜਵਾਬ ਦਿੰਦਾ ਭਾਈ ਇਹ ਹਾਲ ਹੈ ਹੁਣੇ ਕਿਰਾਇਆ ਦਿੰਦਾ ਨੋਟ ਤੜਾ ਕੇ ਨੀ ਜਾ ਸਾਡੇ ਵੱਲੋਂ ਸਾਫ਼ ਜਵਾਬ ਤੂੰ ਦੇ ਦੇ ਜਾ ਕੇ ਨੀ ਹੁਣ ਸੱਚੀ ਗੱਲ ਮੈਂ ਦੱਸਾਂ ਤੈਥੋਂ ਘਾ ਦਾ ਪਰਦਾ ਨੀ ਤੈਥੋਂ ਘਾ ਦਾ ਪਰਦਾ ਨੀ ਆ ਸ਼ੁੱਧ ਵੈਸ਼ਨੂੰ ਵਿਆਹ ਦਾ ਤਾਂ ਕੋਈ ਕਾਲਡ ਹੀ ਫੜਦਾ ਨੀ ਆ ਸ਼ੁੱਧ ਵੈਸ਼ਨੂੰ ਵਿਆਹ ਦਾ ਤਾਂ ਕੋਈ ਕਾਲਡ ਹੀ ਫੜਦਾ ਨੀ ਬਈ ਖੁੱਲ੍ਹ ਕੇ ਤਾੜੀਆਂ ਮਾਰਦਾ ਕਰੋ ਵਜੇ ਖੁਸ਼ ਹੋਣਾ ਹੁੰਦਾ ਹਾਂ ਗੱਲ ਸੁਣ ਲਾ ਆ ਨੂਰਪੁਰ ਜੱਟਾਂ ਵਾਲੇ ਇਹ ਤਾਂ ਮਾੜੀ ਮੋਟੀ ਘਰ ਦੀ ਬਣਾਉਣ ਦੇ ਵੀ ਸ਼ੌਕੀਨ ਹੈ ਜੇ ਉੱਥੇ ਖਾਣ ਪੀਣ ਨਾ ਹੋਇਆ ਇਹਨਾਂ ਨੇ ਬਾਪੂ ਨੂੰ ਭੇਜ ਦੇਣ ਬਾਪੂ ਤੂੰ ਹੀ ਸ਼ਗਨ ਦੇ ਆ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਕਿਉਂ ਰਹਿੰਦਾ ਵੇ ਹਾਂਜੀ ਦੇਖਦੇ ਕੀ ਕਹਿੰਦੀ ਆ ਮੈਂ ਤੇਰੀ ਵਿਚੋਲਣ ਕਾਕਾ ਤੈਨੂੰ ਦੱਸਣੀ ਸੀ ਗੱਲ ਵੇ ਦੱਸਣੀ ਸੀ ਗੱਲ ਵੇ ਤੇਰੇ ਸਹੁਰਿਆਂ ਨੇ ਮੈਨੂੰ ਪਿੰਡ ਸੱਦਿਆ ਸੀ ਗੱਲ ਵੇ ਸੱਦਿਆ ਸੀ ਗੱਲ ਵੇ ਜਨ ਦੀ ਸੇਵਾ ਓ ਜਨ ਦੀ ਸੇਵਾ ਟੌਪ ਕਲਾਸ ਕਰਾਂਗੇ ਕਹਿੰਦੇ ਸੀ ਟੌਪ ਕਰਾਂਗੇ ਕਹਿੰਦੇ ਸੀ
ਪਰ ਹੱਥ ਜੋੜ ਕੇ ਪੈਗ ਲੈਗ ਤੋਂ ਮਾਫੀ ਲੈਂਦੇ ਸੀ, ਜੋੜ ਕੇ ਪੈਗ ਲੈਗ ਤੋਂ ਮਾਫੀ ਲੈਂਦੇ ਸੀ। ਤੇਰੀ ਪਚੋਲਣ ਕਾਕਾ ਤੈਨੂੰ ਦੱਸਣੀ ਸੀ ਗੱਲ ਵੇ, ਤੇਰੇ ਸਹੁਰਿਆਂ ਨੇ ਮੈਨੂੰ ਪਿੰਡ ਸੱਦਿਆ ਸੀ ਕੱਲ ਵੇ। ਮੈਂ ਤੇਰੀ ਪਚੋਲਣ ਕਾਕਾ ਤੈਨੂੰ ਦੱਸਣੀ ਸੀ ਗੱਲ ਵੇ, ਤੇਰੇ ਸਹੁਰਿਆਂ ਨੇ ਮੈਨੂੰ ਪਿੰਡ ਸੱਦਿਆ ਸੀ ਕੱਲ ਵੇ। ਜਨ ਦੀ ਸੇਵਾ ਹੋ ਜਨ ਦੀ ਸੇਵਾ, ਟੌਪ ਕਲਾਸ ਕਰਾਂਗੇ ਕਹਿੰਦੇ ਸੀ, ਕਲਾਸ ਕਰਾਂਗੇ ਕਹਿੰਦੇ ਸੀ। ਹੱਥ ਜੋੜ ਕੇ ਪੈਗ ਲੈਗ ਤੋਂ ਮਾਫੀ ਲੈਂਦੇ ਸੀ, ਹੱਥ ਜੋੜ ਕੇ ਮੀਟ ਸ਼ਰਾਬ ਤੋਂ ਮਾਫੀ ਲੈਂਦੇ ਸੀ। ਉਹ ਆਲਾ ਹੁਣੇ ਕਰਾਇਆ ਦਿਨਾ ਨੋਟ ਤੜਾ ਕੇ ਨੀ, ਜਾਂ ਸਾਡੇ ਵੱਲੋਂ ਸਾਫ਼ ਜਵਾਬ ਤੂੰ ਦੇ ਦੇ ਜਾ ਕੇ ਨੀ। ਆਲਾ ਹੁਣੇ ਕਰਾਇਆ ਤਿੰਨਾ ਨੋਟ ਤੜਾ ਕੇ ਨੀ, ਜਾਂ ਸਾਡੇ ਵੱਲੋਂ ਸਾਫ਼ ਜਵਾਬ ਤੂੰ ਦੇ ਦੇ ਜਾ ਕੇ ਨੀ। ਹੁਣ ਸੱਚੀ ਗੱਲ ਮੈਂ ਦੱਸਾਂ, ਤੈਥੋਂ ਕਾਦਾ ਪਰਦਾ ਨੀ, ਤੈਥੋਂ ਕਾਦਾ ਪਰਦਾ ਨੀ। ਆ ਸ਼ੁੱਧ ਵੈਸ਼ਨੂ, ਆ ਸ਼ੁੱਧ ਵੈਸ਼ਨੂ ਵਿਆਹ ਦਾ ਤਾਂ ਕੋਈ ਕਾਰਡ ਹੀ ਫੜਦਾ ਨੀ, ਸ਼ੁੱਧ ਵੈਸ਼ਨੂ ਵਿਆਹ ਦਾ ਤਾਂ ਕੋਈ ਕਾਰਡ ਹੀ ਫੜਦਾ ਨੀ। ਆ ਸ਼ੁੱਧ ਵੈਸ਼ਨੂ ਵਿਆਹ ਦਾ ਤਾਂ ਕੋਈ ਕਾਰਡ ਹੀ ਫੜਦਾ ਨੀ। ਜਾਂ ਤੂੰ ਰੰਧਾਵੇ ਨੂੰ ਕਾਰਡ ਦੇ ਦੇ। ਟਕਾ ਕੇ ਦੱਸ, ਅਰੇਂਜਮੈਂਟ ਵਧੀਆ ਕਰਿਆ ਲਓ ਵੀ ਵਿਚੋਲਣ ਤੋਂ ਦੇਖਦੇ ਹਾਂ ਨੇ ਅਰੇਂਜਮੈਂਟ ਕੀ ਕਰਵਾਇਆ। ਹਾਂ ਦੱਸੀ ਮਾੜਾ ਜਿਹਾ। ਦੋ ਚੀਜ਼ਾਂ ਤੋਂ ਬਿਨਾਂ ਐਟਮਾਂ ਸਾਰੀਆਂ ਹੋਣਗੀਆਂ, ਬੇਟਰ ਕੁੜੀਆਂ ਕਰੀਆਂ ਵੇ ਖਾਣਾ ਵਰਤਾਉਣਗੀਆਂ। ਬੇਟਰ ਕੁੜੀਆਂ, ਉਹ ਨੂਰਪੁਰ ਜੱਟਾਂ ਵਾਲਾ ਤਾਂ ਕੰਮ ਨਵਾਂ ਕਰਿਆ ਵਿਚੋਲਣ ਨੇ। ਦੇਖ ਲਾ ਨੂਰਪੁਰ ਜੱਟਾਂ ਵਾਲਿਆਂ ਨੇ, ਇਹਨਾਂ ਨੇ ਕੁੜੀ ਨੂੰ ਦੇ ਕੇ 50 ਰੁਪਏ ਨਾ, ਪਿੱਛੇ ਪੈਗ ਹੀ ਨਹੀਂ ਜਾਣ ਦੇਣਾ, ਮੂਹਰੇ ਗੋਲ ਜਿਹੇ ਟੇਬਲਾਂ 'ਤੇ ਰੁਕ ਜਾਣਗੇ। ਉਹ ਬਿੱਲੂ ਇੱਧਰ ਆ, ਬਿੱਲੂ ਇੱਧਰ ਲਿਆ, ਇੱਧਰ ਆ, ਇੱਧਰ ਆ, ਇੱਧਰ ਆ। ਦੋ ਚੀਜ਼ਾਂ ਤੋਂ ਬਿਨਾਂ ਐਟਮਾਂ ਸਾਰੀਆਂ ਹੋਣਗੀਆਂ, ਬੇਟੇ ਦੀ ਕੁੜੀਆਂ ਕਰੀਆਂ ਵੇ ਖਾਣਾ ਵਰਤਾਉਣਗੀਆਂ। ਚੀਜ਼ਾਂ ਤੋਂ ਬਿਨਾਂ ਐਟਮਾਂ ਸਾਰੀਆਂ ਹੋਣਗੀਆਂ, ਬੇਟੇ ਦੀ ਕੁੜੀਆਂ ਕਰੀਆਂ ਵੇ ਖਾਣਾ ਵਰਤਾਉਣਗੀਆਂ। ਸਿਫਤਾਂ ਤੇਰੀਆਂ, ਓ ਸਿਫਤਾਂ ਤੇਰੀਆਂ, ਸਿਫਤਾਂ ਤੇਰੀਆਂ ਕਰਦੇ ਉਹ ਉੱਠਦੇ ਬਹਿੰਦੇ ਸੀ, ਹਾਏ ਵੇ ਉੱਠਦੇ ਬਹਿੰਦੇ ਸੀ। ਪਰ ਹੱਥ ਜੋੜ ਕੇ, ਉਹ ਹੱਥ ਜੋੜ ਕੇ, ਹੱਥ ਜੋੜ ਕੇ ਪੈਗ ਲੈਗ ਤੋਂ ਮਾਫੀ ਲੈਂਦੇ ਸੀ, ਹੱਥ ਜੋੜ ਕੇ ਮੀਟ ਸ਼ਰਾਬ ਤੋਂ ਮਾਫੀ ਲੈਂਦੇ ਸੀ। ਪੇਸ਼ ਪਦਾਰਥ ਹੋਣ ਭਾਵੇਂ ਛੱਤੀਆਂ ਪ੍ਰਕਾਰਾਂ ਦੇ, ਇੱਕ ਗੱਲ ਸੁਣ ਲਾ, ਮਿੱਠੇ ਦੀ ਸਾਨੂੰ ਕੋਈ ਲੋੜ ਨਹੀਂ। ਅੱਜ ਕੱਲ੍ਹ ਹਰ ਇੱਕ ਬੰਦੇ ਨੂੰ ਸ਼ੂਗਰ ਹੈ,
ਜੇ ਮੂਹਰੇ ਪਲੇਟ ਪਈ ਹੋਵੇ ਮਿੱਠਾ ਪਿਆ ਉਹ ਸ਼ੂਗਰ ਪਈ ਇੱਧਰ ਹੋ ਜਾਓ ਇੱਧਰ ਹੋ ਜਾਓ। ਵਿਚੋਲਣੇ ਸਾਨੂੰ ਤਾਂ ਕੌੜੇ ਦਾ ਅਰੇਂਜਮੈਂਟ ਕਰਦੇ ਆ, ਕਿਉਂ ਕਰਦੀ ਆ ਤੋੜਦੇ ਦੁੱਖੜੇ ਅਗੇ ਨਾ 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 ਨੀ ਹਾਂ ਹਾਂ ਕਰ। ਪੇਸ਼ ਪਦਾਰਥ ਹੋਣ ਭਾਵੇਂ ਛੱਤੀਆਂ ਪ੍ਰਕਾਰਾਂ ਦੇ, ਪਰ ਲਾਲ ਪਰੀ ਬਿਨਾਂ ਖੁਸ਼ ਨਹੀਂ ਹੁੰਦੇ ਪੁੱਤ ਸਰਦਾਰਾਂ ਦੇ, ਪਰ ਲਾਲ ਪਰੀ ਬਿਨਾਂ ਖੁਸ਼ ਨਹੀਂ ਹੁੰਦੇ ਪੁੱਤ ਸਰਦਾਰਾਂ ਦੇ। ਪੇਸ਼ ਪਦਾਰਥ ਹੋਣ ਭਾਵੇਂ ਛੱਤੀਆਂ ਪ੍ਰਕਾਰਾਂ ਦੇ, ਪਰ ਲਾਲ ਪਰੀ ਬਿਨਾਂ ਖੁਸ਼ ਨਹੀਂ ਹੁੰਦੇ ਪੁੱਤ ਸਰਦਾਰਾਂ ਦੇ। ਆ ਦਾਰੂ ਦੇਵਿਨ ਆ ਦਾਰੂ ਦੇਵਿਨ ਆ ਦਾਰੂ ਬਿਨਾਂ ਬਰਾਤੀ ਕੋਈ ਪੈਲਸ ਵਿੱਚ ਖੜਦਾ ਨਹੀਂ, ਦਾਰੂ ਬਿਨਾਂ ਬਰਾਤੀ ਕੋਈ ਪੈਲਸ ਵਿੱਚ ਖੜਦਾ ਨਹੀਂ, ਪੈਲਸ ਵਿੱਚ ਖੜਦਾ ਨਹੀਂ। ਉਹ ਪਿੰਡ ਵਾਲਿਓ ਜੇ ਵਿਆਹ 'ਚ ਖਾਣ ਪੀਣ ਜਾਂ ਨਾ ਹੋਵੇ ਨਾ, ਕਈ ਬੰਦੇ ਪਿੱਛੇ ਜੇ ਖੁਰ ਕਰਕੇ ਬਾਹਰ ਨੂੰ ਚਲੋ ਯਾਰ ਨੰਗਾਂ ਦਾ ਵਿਆਹ ਠੇਕ ਜਾ ਕੇ ਪੈਕ ਪੁੱਗ ਲਾਉਂਦੇ ਯਾਰ, ਆ ਸ਼ੁੱਧ ਵੈਸ਼ ਨੂੰ ਵਿਆਹ ਦਾ ਤਾਂ ਕੋਈ ਕਾਲ ਨਹੀਂ ਫੜਦਾ ਨਹੀਂ, ਸ਼ੁੱਧ ਵੈਸ਼ ਨੂੰ ਵਿਆਹ ਦਾ ਤਾਂ ਕੋਈ ਕਾਲ ਨਹੀਂ ਫੜਦਾ ਨਹੀਂ, ਆ ਸ਼ੁੱਧ ਵੈਸ਼ ਨੂੰ ਵਿਆਹ ਦਾ ਤਾਂ ਕੋਈ ਕਾਲ ਨਹੀਂ ਫੜਦਾ ਨਹੀਂ। ਬਾਕੀ ਗੱਲ ਛੱਡ ਵਿਚੋਲਣੇ, ਮੇਰੇ ਘਰ ਵਾਲੀ ਨੇ ਸੁਨੇਹਾ ਨਹੀਂ ਭੇਜਿਆ ਕੋਈ ਭੇਜਿਆ, ਹਾਏ ਮੇਰੇ ਘਰ ਵਾਲੀ ਨੇ ਸੁਨੇਹਾ ਭੇਜਿਆ ਵਿਚੋਲਣ ਕੋਲ, ਕੀ ਕਹਿੰਦੀ ਦੱਸੀ? ਜਾਨ ਤੇਰੀ ਗੱਲ ਪੁੱਛਦੀ ਸੀ ਮੈਨੂੰ ਸੰਗਦੀ ਸੰਗਦੀ ਵੇ। ਕੀ ਕਹਿੰਦੀ ਹੈ? ਜਾਨ ਤੇਰੀ ਗੱਲ ਪੁੱਛਦੀ ਸੀ ਮੈਨੂੰ ਸੰਗਦੀ ਸੰਗਦੀ ਵੇ। ਹਾਂ ਹਾਏ ਕੀ ਪੁੱਛਦੀ ਸੀ? ਵਿਆਹ ਵਾਲੇ ਦਿਨ ਪੱਗ ਬੰਨੇਗਾ ਕਿਹੜੇ ਰੰਗ ਦੀ ਵੇ। ਫਿੱਟੇ ਮੂੰਹ ਮੈਂ ਕਿਹਾ ਪਤਾ ਨਹੀਂ ਕੀ ਪੁੱਛਦੀ ਸੀ। ਪੱਗ ਗੁਲਾਬੀ ਪੱਗ ਬੰਨ ਮਿੱਤਰਾ, ਹਾਂ ਪ੍ਰਧਾਨ ਸਾਹਿਬ ਤੋਂ ਟੂਟੀ ਵਾਲੀ ਬਣਾ ਕੇ ਆਊਂਗਾ, ਅੱਖਾਂ 'ਚ ਪਾ ਕੇ ਮੋਟੀ ਲੋ ਤਾਂ ਤੂੰ ਪਛਾਣ ਨਹੀਂ ਹੋਣਾ ਵੀ ਕੌਣ ਹੈ। ਜਾਨ ਤੇਰੀ ਗੱਲ ਪੁੱਛਦੀ ਸੀ ਮੈਨੂੰ ਸੰਗਦੀ ਸੰਗਦੀ ਵੇ, ਵਿਆਹ ਵਾਲੇ ਦਿਨ ਪੱਗ ਬੰਨੇਗਾ ਕਿਹੜੇ ਰੰਗ ਦੀ ਵੇ। ਹਾਂ ਜਾਨ ਤੇਰੀ ਗੱਲ ਪੁੱਛਦੀ ਸੀ ਮੈਨੂੰ ਸੰਗਦੀ ਸੰਗਦੀ ਵੇ, ਵਿਆਹ ਵਾਲੇ ਦਿਨ ਪੱਗ ਬੰਨੇਗਾ ਕਿਹੜੇ ਰੰਗ ਦੀ ਵੇ। ਸਿਫਤਾਂ ਤੇਰੀਆਂ ਹੋ ਸਿਫਤਾਂ ਤੇਰੀਆਂ, ਹਾਂ ਸਿਫਤਾਂ ਤੇਰੀਆਂ ਕਰਦੇ ਉਹ ਉੱਠਦੇ ਬਹਿੰਦੇ ਸੀ, ਹਾਏ ਉੱਠਦੇ ਬਹਿੰਦੇ ਸੀ, ਪਰ ਹੱਥ ਜੋੜ ਕੇ ਉਹ ਹੱਥ ਜੋੜ ਕੇ ਹੱਥ ਜੋੜ ਕੇ ਪੈਗ ਲੈਗ ਤੋਂ ਮਾਫ਼ੀ ਲੈਂਦੇ ਸੀ, ਹੱਥ ਜੋੜ ਕੇ ਮਿੱਠ ਸ਼ਰਾਬ ਤੋਂ ਮਾਫ਼ੀ ਲੈਂਦੇ ਸੀ। ਇੱਕ ਸੁਣਿਆ ਏ ਮਰਦ ਇੱਕ ਸੁਣਿਆ ਏ ਮਰਦ ਇੱਕ ਸੁਣਿਆ ਏ ਮਰਦ ਦੂਸਰਾ ਕਹਿੰਦੇ ਘੋੜਾ ਨੀ, ਇੱਕ ਸੁਣਿਆ ਏ ਮਰਦ ਦੂਸਰਾ ਕਹਿੰਦੇ ਘੋੜਾ ਨੀ, ਹੁੰਦਾ ਰਹੇ ਜੇ ਚੰਗਾ ਮੂੰਹ ਦੋਹਾਂ ਦਾ ਕੌੜਾ ਨੀ। ਇੱਕ ਬਾਈ ਮੈਨੂੰ ਪ੍ਰੋਗਰਾਮ ਲੱਗਿਆ ਵਾ ਅਖਾੜੇ ਦੇ ਵਿੱਚ, ਬਾਈ ਖੜਾ ਹੋ ਗਿਆ ਮੈਨੂੰ ਕਹਿੰਦਾ ਬਾਈ ਗਿੱਲ, ਮੈਂ ਕਿਹਾ ਹਾਂਜੀ, ਕਹਿੰਦਾ ਬਾਈ ਬੰਦੇ ਦਾ ਤਾਂ ਮੂੰਹ ਕੌੜਾ ਕਰਕੇ ਸਰ ਜਾਂਦਾ, ਚੱਲ ਠੀਕ ਹੈ ਬਾਈ ਤੂੰ ਘੋੜੇ ਦਾ ਵੀ ਕਹੀ ਜਾਂਦਾ। ਉਹ ਮੈਂ ਕਿਹਾ ਬਾਈ ਗੱਲ ਇਹ ਆ, ਬਾਈ ਬਚਨ ਬੇਦਲ ਨੇ ਗਾਣਾ ਲਿਖਿਆ, ਸੰਗਰੂਰ ਵਾਲੇ ਨੇ ਬੁਡਰੁੱਖਾਂ ਵਾਲੇ ਨੇ, ਮੈਂ ਕਿਹਾ ਬਾਈ ਗਲਤ ਨਹੀਂ ਲਿਖਦਾ, ਮੈਂ ਕਿਹਾ ਬਾਈ ਨੇ ਲਿਖਿਆ ਕਿਉਂਕਿ ਕਹਿੰਦੇ ਜਦੋਂ ਵੀ ਘੋੜਾ ਮਰਦਾ ਇਹ ਘੋੜ ਸੂਲ ਨਾਲ ਮਰਦਾ, ਐਵੇਂ ਆਪਾਂ ਨਹੀਂ ਕਹਿੰਦੇ ਕੀਦਰ ਘੋੜ ਸੂਲ ਹੁੰਦਾ ਹੋਵੇ,
ਅਤੇ ਫਿਰ ਬਠਿੰਡੇ ਵਾਲੇ ਟਿੱਬਿਆਂ ਤੋਂ ਕੌੜ ਤੁੰਮੇ ਦੇਖਣ ਨੂੰ ਬਹੁਤ ਸੋਹਣੇ ਹੁੰਦੇ, ਉਹ ਕੰਮ ਕਿਸੇ ਨਹੀਂ ਆਉਂਦੇ, ਫਿਰ ਉਹ ਤੋੜ ਕੇ ਲਿਆਉਂਦੇ ਜਾਂਦੇ ਆ, ਲਿਆ ਕੇ ਫਿਰ ਐਨ ਫੱਕੀ ਬਣਾ ਕੇ ਕੌੜੀ ਜੀ ਵਧੀਆ ਫੱਕੀ ਫਿਰ ਘੋੜੇ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਘੋੜਾ ਫਿੱਟ ਹੀ ਰਹੇ। ਬਸ ਇੱਕ ਸੁਣਿਆ ਏ ਮਰਦ ਦੂਸਰਾ ਕਹਿੰਦੇ ਘੋੜਾ ਨਹੀਂ, ਹੁੰਦਾ ਰਹੇ ਜੇ ਚੰਗਾ ਮੂੰਹ ਦੋਹਾਂ ਦਾ ਕੌੜਾ ਨਹੀਂ, ਜ਼ਿੰਮੇਵਾਰੀ ਬੇਦਲ ਦੀ ਕੋਈ ਪੀ ਕੇ ਲੜਦਾ ਨਹੀਂ, ਆ ਸ਼ੁੱਧ ਵੈਸ਼ਨੂੰ ਵਿਆਹ ਦਾ ਤਾਂ ਕੋਈ ਕਾਲ ਹੀ ਫੜਦਾ ਨਹੀਂ, ਸ਼ੁੱਧ ਵੈਸ਼ਨੂੰ ਵਿਆਹ ਦਾ ਤਾਂ ਕੋਈ ਕਾਲ ਹੀ ਫੜਦਾ ਨਹੀਂ। ਸ਼ੁੱਧ ਵੈਸ਼ਨੂੰ ਵਿਆਹ ਦਾ ਤਾਂ ਕੋਈ ਕਾਲ ਹੀ ਫੜਦਾ ਨਹੀਂ, ਰੰਧਾਵਾ ਆਉਂਦਾ ਉਹਨੇ ਉਹੀ ਗਾਣਾ ਲਵਾਉਣਾ ਫਿਰ ਆ ਜਾ ਮੈਂ ਸਮਝ ਗਿਆ। ਸਾਡੇ ਰੰਧਾਵਾ ਫੈਮਿਲੀ ਜਰਮਨ ਵਾਲੇ ਵੱਡੇ ਬਹੁਤ ਸਾਰਾ ਮਾਣ ਕਰਦੇ ਆ। ਥੈਂਕ ਯੂ ਬਾਈ, ਥੈਂਕ ਯੂ ਬਾਈ। ਕਹਿੰਦਾ ਸੀ ਮਾੜੀ ਜੀ ਚਮਕੀਲੇ ਦੀ ਲਾਈਨ ਸੁਣਾ ਦਿਓ। ਹਾਂਜੀ ਰੱਖੀ ਹੋਏ ਕਿਹੜਾ ਬਾਈ? ਹੈ ਹਾਂ ਇੱਕ ਚਮਕੀਲੇ ਦੀ ਲਾਈਨ ਪਤਾ ਕਿਹੜੀ ਹੈ? ਕਈ ਵਾਰੀ ਬੰਦਾ ਲੂਰੀਆਂ ਲੈਂਦਾ ਫਿਰਦਾ ਹੁੰਦਾ, ਘਰ ਵਾਲੀ ਕੋਲ ਚਾਬੀ ਹੁੰਦੀ ਹੈ ਵੀ ਮੈਨੂੰ ਪੈਗ ਪੁੱਗ ਲਾ ਲੈਣ ਦੇ, ਫਿਰ ਬੰਦਾ ਲੂਰੀਆਂ ਲੈਂਦਾ ਫਿਰਦਾ ਹੁੰਦਾ, ਫਿਰ ਨੀ ਪੈਗ ਲਾ ਲੈਣ ਦੇ ਮੈਨੂੰ, ਨੀ ਪੈਗ ਲਾ ਲੈਣ ਦੇ ਮੈਨੂੰ, ਨੀ ਮੇਰੀ ਛਾਈਆਂ ਮਾਈਆਂ, ਨੀ ਮੇਰੀ ਭੂੰਡੋ, ਨੀ ਮੇਰੀ ਚਾਮ ਚਿੜਕ, ਉਹ ਲਾ ਲੈਣ ਦੇ ਮਾਂ ਨਾ ਮੇਰੇ ਬੱਚਿਆਂ ਦੀ। ਇਹ ਫਿਰ ਬਾਈ ਚਮਕੀਲੇ ਦਾ ਗਾਣਾ ਜੇ ਘਰ ਵਾਲੀ ਨਾ ਮੰਨੀ, ਜੇਕਰ ਚਾਰ ਬੇਲੀ ਆ ਜਾਵੇ ਤੇ ਕੇ ਮੱਥੇ ਤਿਉੜੀਆਂ ਪਾਵੇ ਤੇ ਕੰਨ ਮਲ ਦਈਏ, ਘੋਟਣਾ ਤੱਕੜੇ ਵਰਗੀ ਕਰ ਦਈਏ, ਫੜ ਕੇ ਘੋਟਣਾ ਤੱਕੜੇ ਵਰਗੀ ਕਰ ਦਈਏ, ਜੇਕਰ ਚਾਰ ਬੇਲੀ ਆ ਜਾਵੇ ਤੇ ਕੇ ਮੱਥੇ ਤਿਉੜੀਆਂ ਪਾਵੇ, ਜੇਕਰ ਚਾਰ ਬੇਲੀ ਆ ਜਾਵੇ ਤੇ ਕੇ ਮੱਥੇ ਤਿਉੜੀਆਂ ਪਾਵੇ ਤੇ ਕੰਨ ਮਲ ਦਈਏ, ਫੜ ਕੇ ਘੋਟਣਾ ਕਰ ਦਈਏ, ਫੜ ਕੇ ਘੋਟਣਾ ਤੱਕੜੇ ਵਰਗੀ ਕਰ ਦਈਏ, ਨੀ ਫੜ ਕੇ ਘੋਟਣਾ ਤੱਕੜੇ ਵਰਗੀ ਕਰ ਦਈਏ। ਥੈਂਕ ਯੂ ਰੰਧਾਵੇ ਵੀਰ, ਬਾਈ ਚਮਕੀਲੇ ਨੂੰ ਯਾਦ ਕਰਿਆ। ਇੱਕ ਮੈਂ ਹੋਰ ਬੇਨਤੀ ਕਰਨੀ ਹੈ ਬਾਈ, ਬਾਈ ਜੀ ਕਹਿੰਦੇ ਸੀ ਆਪਾਂ ਇਨਾਮ ਵੰਡ ਸਮਾਰੋਹ ਰੱਖਣਾ ਥੋੜ੍ਹਾ ਜਿਹਾ ਆਪਾਂ ਸ਼ਾਰਟ ਦੇ ਵਿੱਚ, ਸੋ ਮੇਰੇ ਬਾਈ ਜਿਹੜੇ ਬੈਠੇ ਆ, ਆਪਾਂ ਇੱਕ ਗਾਣਾ ਮੈਂ ਹੋਰ ਲਾ ਕੇ ਜਾਊਂਗਾ, ਜਾਣਾ ਨਹੀਂ ਆਪਾਂ ਬਾਬਾ ਜੀ ਦੀ ਚੌਂਕੀ ਵੀ ਭਰਨੀ ਹੈ, ਸਾਰੀਆਂ ਬੀਬੀਆਂ ਭੈਣਾਂ ਕਿਉਂਕਿ ਆਪਣੇ ਘਰਾਂ ਦੇ ਪਰਿਵਾਰ ਆ ਇੱਥੋਂ ਸਾਰੇ ਪਿੰਡ 'ਚ ਹੀ ਸਾਰਿਆਂ ਨੇ ਜਾਣਾ, ਅਤੇ ਆਪਾਂ ਇੱਕ ਅੱਧਾ ਗੀਤ ਹੋਰ ਗਾ ਕੇ ਉਸ ਤੋਂ ਬਾਅਦ ਮਾਫ਼ੀ ਮੰਗਾਂਗੇ। ਸੋ ਮੈਂ ਸਮਝਦਾ ਵੀ ਇਨਾਮ ਵੰਡ ਜਿੰਨਾ ਕਿ ਟਰੋਫੀਆਂ ਮੋਮੈਂਟੋ ਦੇਣੀਆਂ, ਤਾਰਾ ਜੀ ਨੂੰ ਬੇਨਤੀ ਕਰਦਾ ਕਲੱਬ ਵਾਲੇ ਵੀਰਾਂ ਨੂੰ ਸੱਦੋ। ਥੈਂਕ ਯੂ, ਬੜੇ ਸ਼ੁਕਰਗੁਜ਼ਾਰ ਹਾਂ ਤੁਹਾਨੂੰ। ਸਾਡੇ ਵੀਰ ਆਸਟ੍ਰੇਲੀਆ ਤੋਂ, ਮਨਜਿੰਦਰ ਕੈਨੇਡਾ ਤੋਂ, ਸੁੱਖਾ ਕਾਲੋ ਦੇ ਨਾਂ 'ਤੇ ਹਰਜੀਤ ਪ੍ਰਧਾਨ ਜੀ ਬਹੁਤ ਸਾਰਾ ਮਾਣ ਦੇ ਰਹੇ ਹੈ, ਔਰ ਗੁਰਜੋਤ ਪੱਡਾ ਜੀ ਇੰਗਲੈਂਡ ਤੋਂ, ਉਹਨਾਂ ਦੇ ਨਾਂ 'ਤੇ 500 ਰੁਪਏ ਮਾਣ, ਹਰਜਿੰਦਰ ਸਿੰਘ ਜੀ ਇੰਗਲੈਂਡ ਤੋਂ, ਉਹਨਾਂ ਦੇ ਵੱਲੋਂ 1100 ਰੁਪਏ ਮਾਣ ਭੇਜੇਗਾ, ਧੰਨਵਾਦ ਕਰਦੇ ਹਾਂ। ਦਾਰਾ ਪੱਡਾ ਦੇ ਨਾਂ 'ਤੇ ਸਰਪੰਚ ਸਾਹਿਬ ਨਿਰਮਲ ਸਿੰਘ ਜੀ, ਉਹਨਾਂ ਵੱਲੋਂ 500 ਰੁਪਏ ਮਾਣ। ਔਰ ਗੁਰਵੀਰ ਕੌਰ ਜੀ ਇੰਗਲੈਂਡ, ਗੁਰਜੋਤ ਸਿੰਘ ਜੀ ਇੰਗਲੈਂਡ,
ਉਹਨਾਂ ਦੇ ਦਾਦੀ ਜੀ ਵੱਲੋਂ ਬਹੁਤ ਸਾਰਾ ਮਾਣ ਭੇਜਿਆ ਗਿਆ। ਧੰਨਵਾਦ ਕਰਦੇ ਹਾਂ, ਸ਼ੁਕਰਗੁਜ਼ਾਰ ਹਾਂ। ਨਿਰਮਲ ਸਰਪੰਚ ਸਾਹਿਬ ਜੋ ਕਿ ਦਾਰਾ ਪੱਟਾ ਦੇ ਨਾਂ 'ਤੇ ਬਹੁਤ ਸਾਰਾ ਮਾਣ ਦੇ ਰਹੇ ਹੈ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਬੜੀ ਮਿਹਰਬਾਨੀ। ਸੋ ਲਾਸਟ ਦੇ ਵਿੱਚ ਪੰਜਾਬ ਦੀਆਂ ਲੋਕ ਬੋਲੀਆਂ ਲੈ ਕੇ ਹਾਜ਼ਰ ਤੁਹਾਡੀ ਸੇਵਾ ਦੇ ਵਿੱਚ ਭੁਪਿੰਦਰ ਗਿੱਲ ਜੰਗਿਆਣਾ, ਮਨਜਿੰਦਰ ਪੱਡਾ ਜੀ ਸਾਡੇ ਨਿਊਜ਼ੀਲੈਂਡ ਤੋਂ, ਉਹਨਾਂ ਦੇ ਵੱਲੋਂ 500 ਰੁਪਏ ਮਾਣ ਭੇਜਿਆ ਗਿਆ, ਬਹੁਤ ਬਹੁਤ ਧੰਨਵਾਦ ਮਨਜਿੰਦਰ ਪੱਡਾ ਜੀ ਨਿਊਜ਼ੀਲੈਂਡ। ਸੋ ਪੰਜਾਬ ਦੀਆਂ ਲੋਕ ਬੋਲੀਆਂ ਲਾਸਟ ਦੇ ਵਿੱਚ ਲੈ ਕੇ ਹਾਜ਼ਰ ਹੈ ਭੁਪਿੰਦਰ ਗਿੱਲ ਜੰਗਿਆਣਾ। ਥੈਂਕ ਯੂ ਭਾਜੀ, ਥੈਂਕ ਯੂ। ਤੇਰੇ ਉੱਤੇ ਮਰਿਆ ਫਿਰੇ ਪੁੱਤ ਜੱਟ ਦਾ, ਉਹ ਫਰਮਾਇਸ਼ ਹੈ ਇੱਕ ਸਾਨੂੰ, ਇੱਕ ਕਾਹਤੋਂ ਹੁਣ ਮੁਖਤਿਆਰ ਕੋਰੇ ਘਿਓ ਦਾਲ ਚ ਪਾਉਣੋਂ ਹਟ ਗਈ ਨਹੀਂ। ਸਾਰੇ ਦਾਣੇ ਗਾਣੇ ਵਾਰੋ ਵਾਰੀ। ਹਾਂਜੀ ਕਾਨਪੁਰੀ, ਮੈਂ ਵੀ ਉੱਥੋਂ ਲੈ ਕੇ ਆਇਆ ਸੀ। ਹਾਂਜੀ ਇੱਕ ਗਾਣਾ ਮੈਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂ। ਕਾਹਤੋਂ ਹੁਣ ਮੁਖਤਿਆਰ ਕੁਰੇ ਘਿਓ ਦਾਲ ਚ ਪਾਉਣੋਂ ਹਟ ਗਈ ਨਹੀਂ, ਫਰਮਾਇਸ਼ ਹੈ ਕਿਉਂਕਿ ਪਰਿਵਾਰ ਕੇ ਜੇ ਗਾਣੇ ਬੀਬੀਆਂ ਭੈਣਾਂ ਸਾਰੀਆਂ ਬੈਠੀਆਂ। ਆ ਜਾ ਭਾਈ ਮੁਖਤਿਆਰ ਕੁਰੇ, ਭਾਈ ਕਿਸੇ ਦਾ ਨਾਂ ਨਾ ਹੋਵੇ ਪਿੰਡ 'ਚ, ਮੈਂ ਤਾਂ ਕੁੜੀ ਨੂੰ ਵੀ ਸੱਦਿਆ, ਮੈਂ ਉਹਦਾ ਨਾਂ ਮੁਖਤਿਆਰ ਕੌਰ ਹੈ। ਕਈ ਵਾਰੀ ਭਾਈ ਬੰਦਾ ਗੁੱਸਾ ਹੀ ਕਰ ਜਾਂਦਾ ਹੁੰਦਾ। ਇਹ ਗਾਣੇ ਦੇ ਵਿੱਚ ਮੁਖਤਿਆਰ ਕੌਰ ਨਾਂ ਭਾਈ, ਆ ਜਾ ਭਾਈ। ਲੈ ਵੀ ਗਾਣੇ ਨੂੰ ਪਿਆਰ ਅਤੇ ਸਤਿਕਾਰ ਨਾਲ ਸੁਣਨਾ। ਇੱਕ ਜੈਲਾ ਬੁੜਾ ਅਤੇ ਮੁਖਤਿਆਰ ਕੌਰ, ਉਹਨਾਂ ਦੇ ਘਰ ਦੀ ਕਹਾਣੀ ਹੈ। ਮੈਂ ਹੈਗਾ ਜੈਲਾ ਬੁੜਾ, ਇਸ ਟਾਈਮ ਮੇਰੀ ਉਮਰ ਹੈਗੀ ਹੈ 75 ਸਾਲਾਂ ਦੀ, 75, ਅਤੇ ਆਹ ਮੇਰੀ ਮੁਖਤਿਆਰ ਕੌਰ ਖੜੀ ਹੈ। ਬਾਹਾਂ ਢਿੱਲੀਆਂ ਛੱਡ, ਤੇਰਾ ਆਈਡੀਆ ਲਾਵਾਂ ਮਾੜਾ ਜਿਹਾ। ਮੇਰੀ 75 ਦੀ, ਇਹਦੀ 70 ਦੀ, ਪੁਰਾਣੇ ਬੁੜੇ ਇੰਨਾ ਕੁ ਫਰਕ ਰੱਖਦੇ ਹੁੰਦੇ ਸੀ। ਅੱਜ ਕੱਲ੍ਹ ਜ਼ਮਾਨਾ ਪੜ੍ਹ ਲਿਖ ਗਿਆ, ਜ਼ਮਾਨਾ ਫਰਕ ਪੈ ਗਿਆ। ਅੱਜ ਕੱਲ੍ਹ ਅਖਬਾਰਾਂ 'ਚ ਪੜ੍ਹਦੇ ਹਾਂ, ਅਖੇ ਵਰ ਨੂੰ ਕੰਨਿਆਂ ਦੀ ਲੋੜ ਆ, ਕੰਨਿਆਂ ਨੂੰ ਵਰ ਦੀ ਲੋੜ ਆ, ਪਟੱਕ ਦੇਣੇ ਰਿਸ਼ਤਾ ਹੋ ਜਾਂਦਾ। ਕਈ ਵਾਰੀ ਅਖਬਾਰਾਂ ਵਾਲੇ ਰਿਸ਼ਤੇ ਵਿਚਾਲੇ ਜੇ ਰਹਿ ਜਾਂਦੇ, ਸਿਰੇ ਨਹੀਂ ਚੜ੍ਹਦੇ। ਇਹ ਤਾਂ 2 ਕੁ ਸਾਲ ਬਾਅਦ ਹੀ ਪਤਾ ਲੱਗਦਾ ਉਹ ਹਾਕਮਾਂ ਕੀ ਬਣਿਆ। ਉਹ ਕੁੜੀ ਵਿਆਹੀ ਸੀ, ਉਹ ਬਸ ਯਾਰ ਮੁੰਡਾ ਕਾਰਡ ਕੂਡ ਜੇ ਵੱਧ ਲਾਉਂਦਾ ਸੀ, ਅਸੀਂ ਤਾਂ ਟਰਾਲੀ ਦੇ ਸਮਾਨ 'ਚ ਹੀ ਚੱਕ ਲਏ। ਗੱਲ ਜੀ ਨਹੀਂ ਬਣੀ ਯਾਰ ਸਾਡੀ, ਕਿਉਂਕਿ ਜਿਹੜੀਆਂ ਰਿਸ਼ਤੇਦਾਰੀਆਂ ਹੁੰਦੀਆਂ, ਰਿਸ਼ਤੇਦਾਰੀਆਂ 'ਚੋਂ ਰਿਸ਼ਤੇਦਾਰੀਆਂ ਬਣਾਇਆ ਕਰੋ। ਪਤਾ ਹੁੰਦਾ ਫਲਾਨਾ ਰਿਸ਼ਤੇਦਾਰ ਕਿੱਦਾਂ ਦਾ, ਕਿਹੜਾ ਕਿੱਦਾਂ ਦਾ। ਲਓ ਵੀ ਮੈਂ ਗਾਣਾ ਪੇਸ਼ ਕਰਦਾ, ਮੈਂ ਹੈਗਾ ਜੈਲਾ ਬੁੜਾ। ਸਾਡੇ ਘਰ 'ਚ 2 ਮੁੰਡੇ ਆ, ਮਹਾਰਾਜ ਦੀ ਸਹੁੰ ਲੱਗੇ ਸੀ ਤਾਂ ਵਿਆਹ ਕੇ ਪਛਤਾਉਂਦੇ ਹਾਂ। ਸਾਡੇ ਘਰ 'ਚ ਨੂੰਹਾਂ ਬੜੀਆਂ ਤੇਜ਼ ਆ ਗਈਆਂ, ਲਾਲ ਮਿਰਚ ਵਰਗੀਆਂ, ਭੋਰਾ ਸੇਵਾ ਨਹੀਂ ਕਰਦੀਆਂ। ਹੁਣ ਆਹ ਖੜੀ ਹੈ ਮੁਖਤਿਆਰ ਕੌਰ, ਮਹਾਰਾਜ ਦੀ ਸਹੁੰ ਲੱਗੇ, ਸਾਡੀਆਂ ਤਾਂ ਦੋਨਾਂ ਦੀਆਂ ਨਾ ਉਹਨਾਂ ਨੇ ਪੂਛਾਂ ਚਕਾਈਆਂ ਪਈਆਂ। ਇਹ ਤੇਰੇ ਵਾਲੀਆਂ ਥੱਲੇ ਕਰ ਦਿਆਂ। ਹਾਂ ਇੱਕ ਵਾਰੀ ਮੈਂ ਇੱਕ ਹਾਸੇ ਵਾਲੀ ਗੱਲ ਸੁਣਾਉਣਾ ਜੀਤੂ। ਕਈ ਵਾਰੀ ਮੈਂ ਸੋਚਦਾ ਹੁੰਦਾ ਵੀ ਜਿਵੇਂ ਕਹਿੰਦੇ ਵੀ ਪਹਿਲਾਂ ਮਾਨਵ ਜੰਗਲਾਂ 'ਚ ਰਹਿੰਦਾ ਸੀ, ਵੀ ਉੱਥੇ ਪੱਤੇ ਪੁੱਤੇ ਖਾ ਕੇ ਗੁਜ਼ਾਰਾ ਕਰਦਾ ਸੀ, ਹੋਰ ਗੋਲਾਂ ਗਾਲਾਂ ਜੀਆਂ ਖਾ ਕੇ, ਮਰੂਦ ਮਰਾਦ ਖਾ ਕੇ। ਹੁਣ ਵੀ ਮੈਂ ਸੋਚਦਾ ਜੇ ਜ਼ਮਾਨਾ ਬਦਲ ਜੇ, ਪਿੱਛੇ ਨੂੰ ਚੱਲਿਆ ਜਾਵੇ, ਸਿੰਗ ਲੱਗੇ ਹੋਣ, ਪੂਛਾਂ ਲੱਗੀਆਂ ਹੋਣ, ਹਾਏ ਸਮਾਂ ਕਿੱਦਾਂ ਦਾ ਹੋਊਗਾ। ਹਾਂ ਆਹ ਦੇਖ ਲਾ, ਬੀਬੀਆਂ ਭੈਣਾਂ ਨੇ ਕਹਿਣਾ ਦੇਖ ਲਾ ਕੁੜੇ, ਮੁੰਡਾ ਅਤੇ ਕੁੜੀ ਸ਼ਰਮ ਨਹੀਂ ਕਰਦੇ, ਕਿਵੇਂ ਸਿੰਗ ਮਾਰ ਮਾਰ ਕੇ ਗਾਈ ਜਾਂਦੇ ਨੇ, ਦੇਖ ਲਾ ਉਹ ਦੇਖ ਲਾ। ਅਤੇ ਇੱਕ ਗੱਲ ਹੋਰ ਹੈ, ਫਿਰ ਜੀਤੂ ਵਰਗੀ ਨੇ ਬਿਊਟੀ ਪਾਰਲਰ 'ਚ ਜਾਣਾ ਸੀ। ਬਿਊਟੀ ਪਾਰਲਰ ਵਾਲੀ ਨੂੰ ਜਾ ਕੇ ਪਤਾ ਕੀ ਕਹਿਣਾ ਸੀ, ਦੀਦੀ 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 ਮੇਰੀ ਦੀਦੀ ਦੀ ਮੈਰਿਜ ਆ, ਮੇਰੀ ਪੂਛ 'ਤੇ ਵਧੀਆ ਜਿਹਾ ਡਿਜ਼ਾਇਨ ਬਣਾ ਦਿਓ ਬਣੋ। ਇਹੋ ਜਿਹਾ ਮਾਹੌਲ ਬਣ ਜਾਣਾ ਸੀਗਾ। ਫਿਰ ਦੇਖ ਲਓ ਕੈਮਰੇ ਵਾਲੇ ਬਾਈ
ਕੈਮਰੇ ਵਾਲੇ ਵੀਰ ਵਿਆਹ ਸ਼ਾਦੀ ਦੇ ਵਿੱਚ ਮੁੰਡੇ ਅਤੇ ਕੁੜੀ ਦਾ ਖਹਿੜਾ ਨਹੀਂ ਛੱਡਦੇ, ਬਸ ਤਿੰਨ ਕੁ ਭੋਜ ਰਹਿ ਗਏ ਜੀ, ਉਦੋਂ ਬਾਅਦ ਮੁੰਡੇ ਅਤੇ ਕੁੜੀ ਆਨੰਦ ਕਾਰਜਾਂ 'ਤੇ ਲੈ ਜਾਵੇ, ਤਿੰਨ ਕੀ ਰਹਿ ਗਏ, ਬਸ ਸਾਹਮਣੇ ਮੇਰਾ ਵੀਰ ਬੈਠਾ ਹੈ ਅਤੇ ਇਹਨਾਂ ਨੇ ਫਿਰ ਕੈਮਰੇ 'ਚ ਫੋਟੋਆਂ ਖਿੱਚਣੀਆਂ ਸੀ, ਪਤਾ ਕਿਵੇਂ, ਮਾਸ਼ਾਲਾ ਕਿੰਨੀ ਸੋਹਣੀ ਜੋੜੀ ਹੈ, ਮਾੜਾ ਜਿਹਾ ਭਾਈ ਨੇੜੇ ਲੱਗੋ, ਨਾ ਨੇੜੇ ਰਹੋ, ਮਾੜਾ ਨੇੜੇ ਹੋਵੋ, ਵੈਰੀ ਗੁੱਡ, ਐਂ ਕਰੋ ਭਾਈ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, ਐਂ ਕਰੋ ਭਾਅ ਜੀ, ਮਾੜਾ ਜਿਹਾ ਸਿੰਘ ਨਾ ਸਿੰਘ ਲਾਓ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, ਹਾਂ ਐਂ ਕਰੋ ਭੈਣ ਜੀ, ਆਪਣੀ ਪੂਛ ਨਾ ਭਾਈ ਦੇ ਮੋਢਿਆਂ 'ਤੇ ਸਿੱਟੋ ਇਹਦੇ ਵਾਸਤੇ, ਇਹਨਾਂ ਨੇ ਪਤਾ ਫੌਜ ਬਹੁਤ ਬਣਵਾਉਂਦੇ ਆ। ਅੱਛਾ ਫਿਰ ਪਿੰਡ ਦੀਆਂ ਬੁੜੀਆਂ ਨੇ ਲੜੀ ਜਾਣਾ ਸੀ, ਪਤਾ ਕਿਵੇਂ, ਨੀ ਆਪਣੇ ਮੁੰਡੇ ਨੂੰ ਸਮਝਾ ਕੇ ਰੱਖਿਆ ਕਰ, ਮੇਰੀ ਕੁੜੀ ਦੀ ਪੂਛ ਤੇ ਤਿੰਨ ਦੰਦੀਆਂ ਵੱਢ ਗਿਆ, ਇਹੋ ਜਿਹਾ ਮਾਹੌਲ ਬਣ ਜਾਣਾ ਸੀਗਾ। ਫਿਰ ਬੱਸਾਂ 'ਚ ਵੀ ਲਿਖ ਕੇ ਲਾ ਦੇਣਾ ਸੀ, ਸਿੰਘ ਤੇ ਪੂਛਾਂ ਬਾਹਰ ਨਾ ਕੱਢੋ, ਰੋਡਵੇਜ਼ ਦੀ ਬੱਸ ਹੈ, ਫਟਾਫਟ ਫਟਾਫਟ ਕਰਦੀ ਜਾ ਰਹੀ ਹੈ, ਇਹੋ ਜਿਹਾ ਮਾਹੌਲ ਬਣ ਜਾਣਾ ਸੀ। ਲਓ ਜੀ ਜੈਲਾ ਬੁੜਾ ਅਤੇ ਮੁਖਤਿਆਰ ਕੌਰ, ਉਹਨਾਂ ਦੇ ਘਰ ਦੀ ਕਹਾਣੀ ਸੁਣਾਉਂਦੇ ਹਾਂ। ਲੈ ਮੁਖਤਿਆਰ ਕੌਰੇ, ਕੈਮਰੇ ਬੰਦੀ ਨੂੰ ਮੂੰਹ ਕਰਕੇ ਖੜੀ ਰਹਿ, ਮੈਂ ਤੇਰੇ ਵਾਸਤੇ ਕੇਲੇ ਲੈ ਕੇ ਆਉਂਦਾ, ਆ ਜਿਦਰੀ ਵਾਲੇ ਕੇਲੇ, ਤਿਆਰ ਕਰੇ ਐਂ ਨਾ ਸੋਚੀ ਵੀ ਜੈਲਾ ਬੜਾ ਇੰਨੀ ਜਲਦੀ ਚ ਕੀ ਬੇਲਾ ਜਿਹਾ ਮਾਰ ਲਿਆ ਆ, ਚਿਤਰੀ ਵਾਲੇ ਕੇਲੇ ਹੈ, ਜਿੱਦਣ ਦਾ ਪ੍ਰੋਗਰਾਮ ਬੁੱਕ ਹੋਇਆ, ਆਪਣੇ ਪ੍ਰਧਾਨ ਸਾਹਿਬ ਨਹੀਂ ਹੈਗੇ, ਇਹਨਾਂ ਨੂੰ ਪਤਾ ਨਹੀਂ ਕਿਹਨੇ ਦੱਸਤਾ ਤੂੰ ਕੇਲਿਆਂ ਦੀ ਸ਼ੌਕੀਨ ਆ, ਕੇਲਿਆਂ ਦੀ ਸ਼ੌਕੀਨ ਆ, ਅਤੇ ਪ੍ਰਧਾਨ ਸਾਹਿਬ ਨੇ ਤਾਂ ਪਿੱਛੇ ਲਿਫਾਫਾ ਭਰ ਕੇ ਰੱਖਿਆ ਪਿਆ, ਊਂ ਕੇਲੇ ਥੋੜ੍ਹੇ ਜਿਹੇ ਨਰਮ ਆ, ਲੱਕ ਜਿਹਾ ਨਹੀਂ ਖੜਦਾ ਉਹਨਾਂ ਦਾ, ਹੋਰ ਤਕੜੀਆਂ ਮੁਖਤਿਆਰ ਕਰੇ। ਲਓ ਵੀ ਪਿੰਡ ਵਾਲਿਓ, ਬੀਬੀਓ, ਭੈਣੋ, ਬਜ਼ੁਰਗੋ, ਬੱਚਿਓ, ਮੈਂ ਵੀ ਹੁਣ 75 ਸਾਲਾਂ ਦਾ ਹੀ ਹਾਂ, ਆਪਣੇ ਘਰ ਦੀ ਕਹਾਣੀ ਸੁਣਾਉਂਦੇ ਹਾਂ ਭਾਈ, ਲੈ ਵੀ ਧਿਆਨ ਦੇ ਨਾਲ ਸੁਣਿਓ, ਸ਼ਾਇਦ ਇਹ ਕਈ ਪਰਿਵਾਰਾਂ 'ਚ ਹੁੰਦੀ ਹੋਊਗੀ। ਨਿਤ ਮੱਝਾਂ ਚਾਰ ਕੇ ਲਿਆਵਾਂ ਨੀ, ਆ ਬੱਚਿਆਂ ਨੂੰ ਰੋਜ਼ ਖੜਾਵਾਂ ਨੀ, ਸਾਡੇ ਮੁੰਡਿਆਂ ਨੇ ਤਿੰਨ ਮੈਸਾਂ ਰੱਖੀਆਂ ਵੀ ਆ, ਮੇਰੇ ਮੂਹਰੇ ਲਾ ਦਿੰਦੇ ਆਖੇ, ਬਾਬਾ ਛੱਪੜ ਚ ਨਵਾ ਕੇ ਲੈ ਕੇ, ਦੱਸ ਬਾਬਾ ਕਿੱਧਰ ਨੂੰ ਜਾਵੇ, ਆ ਕੁਦਰਤੀ ਪ੍ਰਦੀਪ ਭੱਟੀ ਹੁਣੇ ਭਾਈ ਮੇਰੇ ਨਾਲ ਬਹੁਤ ਮੇਰੀ ਮਦਦ ਕਰਦੇ ਆ। ਨਿਤ ਮੱਝਾਂ ਚਾਰ ਕੇ ਲਿਆਵਾਂ ਨੀ, ਲਿਆਵਾਂ ਨੀ, ਲਿਆਵਾਂ ਨੀ, ਬੱਚਿਆਂ ਨੂੰ ਰੋਜ਼ ਖੜਾਵਾਂ ਨੀ, ਆ ਜਾਓ ਪੁੱਤ ਚੜ ਜਾਓ ਬਾਬੇ ਦੇ ਮੋਢਿਆਂ 'ਤੇ, ਆ ਜਾਓ, ਆਓ 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 ਆਓ, ਨਿੱਤ ਮੱਝਾਂ ਚਾਰ ਕੇ ਲਿਆਵਾਂ ਨੀ, ਬੱਚਿਆਂ ਨੂੰ ਰੋਜ਼ ਖੜਾਵਾਂ ਨੀ, ਨਿੱਤ ਮੱਝਾਂ ਚਾਰ ਕੇ ਲਿਆਵਾਂ ਨੀ, ਬੱਚਿਆਂ ਨੂੰ ਰੋਜ਼ ਖੜਾਵਾਂ ਨੀ, ਮੇਰੀ ਕਿੰਨੀ ਸੇਵਾ ਕਰਦੀ ਸੀ, ਹੁਣ ਤੂੰ ਵੀ ਪਾਸਾ ਵੱਟ ਗਈ ਨੀ, ਨਾ ਕਾਹ ਤੋਂ ਹੁਣ ਮੁਖਤਿਆਰ ਕੁਰੇ, ਕਿਉਂ ਦਾਲ 'ਚ ਪਾਉਣੋਂ ਹਟ ਗਈ ਨੀ, ਨਾ ਕਾਹ ਤੋਂ ਹੁਣ ਮੁਖ ਤਿਆਰ ਕੁਰੇ, ਕਿਉਂ ਦਾਲ 'ਚ ਪਾਉਣੋਂ ਹਟ ਗਈ ਨੀ, ਮੇਰੀ ਦਾਲ 'ਚ ਘਿਓ ਪਾਉਣ ਤੋਂ ਘਰ ਦਾ ਕਿਹੜਾ ਮੈਂਬਰ ਰੋਕਦਾ, ਲੈ ਖੁੱਲ ਕੇ ਦੱਸ ਪੜਦੇ ਨਾ ਮੈਕ 'ਚ, ਹੁਣ ਟੱਬਰ ਵੱਧ ਗਿਆ, ਪਾਲਾ ਵੇ ਪਾਲਾ ਵੇ ਪਾਲਾ ਵੇ, ਤੂੰ ਮਿਲਦੀ ਜੇ ਹੋ ਜੀ ਖਾਲਾ ਵੇ, ਹੁਣ ਟੱਬਰ ਵੱਧ ਗਿਆ, ਪਾਲਾ ਵੇ ਤੂੰ ਮਿਲ
ਦੀ ਜਿਹੋ ਜੀ ਖਾ ਲਾਵੇ ਹਾਏ ਬੁੜਿਆਂ ਨੂੰ ਕੋਈ ਸਿਆਣੇ ਨਾ ਹਾਂ ਬੁੜਿਆਂ ਨੂੰ ਕੋਈ ਸਿਆਣੇ ਨਾ ਬੁੜਿਆਂ ਨੂੰ ਕੋਈ ਸਿਆਣੇ ਨਾ ਭੈੜੀ ਰੀਤ ਕਲੀ ਉੱਗਦੀ ਹੈ ਮੈਂ ਕੀ ਕਰਾਂ ਸਰਦਾਰਾ ਵੇ ਨੂੰਹਾਂ ਦੀ ਘਰ ਵਿੱਚ ਉੱਗਦੀ ਹੈ ਮੈਂ ਕੀ ਕਰਾਂ ਸਰਦਾਰਾ ਵੇ ਨੂੰਹਾਂ ਦੀ ਘਰ ਵਿੱਚ ਪੁੱਗਦੀ ਹੈ ਨੀ ਮੁਖਤਿਆਰ ਕੁਰੇ ਸਰਦਾਰ ਬਹਾਦਰ ਸਰਦਾਰ ਸਰਬਣ ਸਿੰਘ ਜੀ ਆਏ ਹਾਏ ਕਿੱਥੇ ਬੈਠੇ ਆ ਸਰਬਣ ਸਿੰਘ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਸਰਬਣ ਸਿੰਘ ਨੂੰ ਪਤਾ ਲੱਗ ਗਿਆ ਵੀ ਬੁੜਾ ਬੁੜੀ ਦੇ ਘਰ 'ਚ ਬਣਦੀ ਨਹੀਂ ਹੈਗੀ ਦੇਖ ਲੈ ਮੁਖਤਿਆਰ ਕੁਰੇ ਭਾਈ ਸਰਬਣ ਸਿਓਂ ਨੇ ਆਪਾਂ ਨੂੰ 400 ਰੁਪਈਏ ਭੇਜਿਆ ਭਾਈ ਸਰਬਣ ਵਾਲੇ 400 ਦੇ ਵਿੱਚੋਂ ਤੈਨੂੰ 100 ਰੁਪਏ ਦੀ ਮੈਂ ਸੁੱਥਣ ਸਵਾ ਦੂੰਗਾ ਕਹਿ ਬੋਲ ਸਾਚੇ ਦਰਬਾਰ ਕੀ ਜੈ ਪਿੱਛੇ ਭਾਈ ਸਰਬਣ ਵਾਲੇ ਬਚ ਗਿਆ 300 ਰੁਪਈਆ 300 ਦੇ ਵਿੱਚੋਂ ਕੁੜਤੀ ਨੂੰ ਹੱਥ ਜਿਹਾ ਲਾਈ ਜਾਂਦੀ ਹੈ ਤੈਨੂੰ ਮੈਂ ਹਲਕੀ ਜਿਹੀ ਕੁੜਤੀ ਸਵਾ ਦੂੰਗਾ 100 ਰੁਪਏ ਦੀ ਬੋਲ ਸਾਚੇ ਦਰਬਾਰ ਕੀ ਜੈ ਜੈ ਹਾਂ ਪਿੱਛੇ ਬਚ ਗਿਆ 200 ਰੁਪਈਆ 200 ਰੁਪਈਆ ਹੁਣ ਦੁਪੱਟਾ ਜਿਹਾ ਲਹਿਰਾਈ ਜਾਂਦੀ ਹੈ 2.5 ਮੀਟਰ ਪਿਓਰ ਦਾ ਦੁਪੱਟਾ ਬਹੁਤ ਮਹਿੰਗਾ ਹੈ ਮੈਂ ਤਾਂ ਤੈਨੂੰ ਹਲਕੀ ਜਿਹੀ ਚੁੰਨੀ ਲੈ ਕੇ ਦੇ ਦੂੰਗਾ ਬੋਲ ਸਾਚੇ ਦਰਬਾਰ ਕੀ ਜੈ ਹਾਏ ਕਿੱਡੀ ਆਵਾਜ਼ ਵੱਧ ਗਈ ਜੈ ਇਹਦਾ ਜੈ ਕਹਿਣ 'ਚ ਕੀ ਜਾਂਦਾ ਭਾਈ ਸਰਬਣ ਦਾ ਕੁੰਡਾ ਹੋਈ ਜਾਂਦਾ ਸਰਬਣ ਵਾਲੇ ਪੈਸੇ ਲੱਗੀ ਜਾਂਦੇ ਸਰਬਣ ਵਾਲਾ 100 ਰੁਪਈਆ ਬਚ ਗਿਆ ਮੈਂ ਆਪਣੇ 'ਤੇ ਲਾਊਂਗਾ ਹੁਣ ਕਿੱਥੇ ਹਾਂ ਹੁਣ ਪੈਰ ਜੇ ਦਿਖਾਈ ਜਾਂਦੀ ਹੈ ਜਿਹੜੇ ਸਰਬਣ ਦਾ 100 ਰੁਪਈਆ ਬਚਦਾ ਸੀ ਗਾਲ ਦੂੰ ਤੈਨੂੰ ਬੂਟ ਲਿਆ ਦੂੰ ਉਹ ਭਾਈ ਪਿੰਡ ਵਾਲਿਓ ਉਹ ਸਰਬਣ ਵਾਲੇ ਸਾਰੇ ਪੈਸੇ ਮੇਰੀ ਮੁਖਤਿਆਰ ਕੌਰ 'ਤੇ ਲੱਗ ਗਏ ਹੁਣ ਇੱਧਰ ਜੈਲੇ ਨੇ ਵੀ ਧੋਤੀ ਲੈਣੀ ਹੈ ਮੇਰੀ ਧੋਤੀ ਫਟੀ ਹੋਈ ਹੈ ਯਾਰ ਉੱਠ ਕੇ ਕਿਹੜਾ ਗੂੜਾ ਦਿਓ ਮਾੜਾ ਮੋਟਾ ਐਨੀ ਗੱਲ ਬਣਦੀ ਹੈ ਜੱਟਾਂ ਵਾਲੇ ਉਹ ਝੋਲੇ ਦਾ ਤਾਂ ਬਹਾਨਾ ਜਿਹਾ ਹੀ ਹੈ ਤੁਹਾਨੂੰ ਪਤਾ ਸਾਡੀਆਂ ਕਿਹੜਾ ਮੋਗੇ ਨੂੰ ਚੱਲਦੀਆਂ ਭਾਈ ਤੁਹਾਡੇ ਸਿਰ 'ਤੇ ਰੋਟੀ ਖਾਣੀ ਹੈ ਅਸੀਂ ਹਾਂਜੀ ਮੇਰੇ ਜਿਉਂਦੇ ਜੀ ਮੁਖਤਿਆਰ ਕੁਰੇ ਘਰ ਵਿੱਚ ਚੱਲੂਗੀ ਮੇਰੀ ਨੀ ਜੱਜ ਦੇ ਰੀਡਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਨੀ ਜੱਜ ਦੇ ਰੀਡਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਨੀ ਆਹਾ ਸਾਰੀ ਕਮੇਟੀ ਵੱਲੋਂ ਸਾਡੇ NRI ਭਰਾ ਜਿੰਨੇ ਸਾਡਾ ਲਾਈਵ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਦੇ ਨਾਂ 'ਤੇ ਸਾਨੂੰ ਸਪੈਸ਼ਲ 2100 ਰੁਪਇਆ ਮਾਣ ਭੇਜਿਆ ਭਾਈ ਜਿਉਂਦੇ ਵਸਦੇ ਰਹੋ ਅੱਲਾ ਰਾਜ਼ੀ ਰੱਖੇ ਬਾਹਲਾ ਬਾਹਲਾ ਦੇਵੇ ਹਰ ਮਦਨ ਫਤਿਹ ਬਖਸ਼ੇ ਅਸੀਂ ਤਾਂ ਮੀਰ ਆਲਮ ਵਾਂਗ ਤੁਹਾਨੂੰ ਵਧਾਈਆਂ ਹੀ ਦੇ ਸਕਦੇ ਹਾਂ ਭਾਈ ਹੋਰ ਤੱਕ ਤੁਹਾਨੂੰ ਪਤਾ ਹੀ ਹੈ ਮੁਖਤਿਆਰ ਕੁਰੇ ਗੱਲ ਸੁਣ ਲਾ ਜੇ ਕਿਤੇ ਕੈਨੇਡਾ ਅਮੈਰੀਕਾ ਇੰਗਲੈਂਡ ਤੋਂ ਇੱਕ ਅੱਧਾ ਹੋਰ ਮੈਸੇਜ ਆ ਗਿਆ ਜੇ ਹੋਰ 4 ਪੈਸੇ ਆ ਗਏ ਮੈਂ ਤਾਂ ਦੁੱਖ ਦੇਣੀ ਹੈ ਤੈਨੂੰ ਟੂਮਾਂ ਟਾਮਾਂ ਵੀ ਕਰਾ ਦੂੰਗਾ ਇੱਕ ਦੋ ਅੱਛਾ ਜੀ ਵਾਹਿਗੁਰੂ ਵਾਹਿਗੁਰੂ ਭਾਈ
ਇੱਧਰ ਸਾਡੇ ਸਾਹਿਬ ਬਹਾਦਰ ਜਾ ਰਹੇ ਆ, ਕਹਿੰਦੇ ਭਾਈ ਤੇਰੀ ਧੋਤੀ ਵਾਸਤੇ 100 ਰੁਪਇਆ। ਭਾਈ ਮਹਾਰਾਜ ਚੜ੍ਹਦੀਆਂ ਕਲਾਂ 'ਚ ਰੱਖੇ ਧੋਤੀ, ਭਾਈ ਮੈਂ ਹਲਕੀ ਜਿਹੀ ਲੈ ਹੀ ਲੈਣੀ ਹੈ ਕੋਈ ਗੱਲ ਨਹੀਂ। ਅਤੇ ਕੀ ਗੱਲ ਭਾਈ, ਇੱਧਰ ਬੀਬੀਆਂ ਭੈਣਾਂ ਬੈਠੀਆਂ, ਤੁਸੀਂ ਕੋਈ ਭਾਈ ਉੱਤਾ ਹੀ ਨਹੀਂ ਕਰਦੀਆਂ ਮਾੜਾ ਮੋਟਾ, ਤੁਸੀਂ ਵੀ ਇੱਧਰ ਬੇਬੇ ਬੈਠੇ ਕੁੜੇ ਲੱਤ ਦੇ ਲੱਤ ਧਰੀ ਬੈਠੇ, ਮਾੜਾ ਮੋਟਾ ਇੱਧਰ ਦਾਨ ਦੂਨ ਦੇ ਦਈਦਾ ਹੁੰਦਾ ਮਾੜਾ ਮੋਟਾ, ਝੋਲਾ ਚੱਕੀ ਫਿਰਦਾ ਭਾਈ ਮਾਤਾ ਆ ਵੀ ਆ ਜਾਓ ਆ ਜਾਓ। ਜਿਹੜੇ ਭਾਈ ਇਹ ਝੋਲੇ ਵਾਲੇ ਪੈਸੇ ਆ ਨਾ, ਇਹ ਅਸੀਂ ਲੰਗਰ 'ਚ ਜਮ੍ਹਾਂ ਕਰਾ ਦੇਣੇ ਜਾ ਕੇ। ਹਾਂ, ਲੰਗਰ ਜਿਹੜਾ ਸਾਡੀ ਰਸੋਈ 'ਚ ਪੱਕਦਾ ਰੋਜ਼, ਉੱਥੇ ਜਮ੍ਹਾਂ ਕਰਾ ਦੇਣੇ ਹੋਵੇਗਾ। ਜਦ ਤੀਰੀ ਨਾਲ ਵਿੱਚ ਪਾਉਂਦੀ ਵੇ, ਕਿਮਲ ਢੋਣੇ ਨੇ ਬਾਪੂ ਨੇ ਮੈਨੂੰ ਵੱਡੀ ਬਹੂ ਸੁਣਾਉਂਦੀ ਵੇ, ਕਿਮਲ ਢੋਣੇ ਨੇ ਬਾਪੂ ਨੇ ਮੈਨੂੰ ਵੱਡੀ ਬਹੂ ਸੁਣਾਉਂਦੀ ਵੇ, ਹਾਏ ਦੁੱਧ ਦਾ ਜਦੋਂ ਗਲਾਸ ਭਰਾ ਮੈਂ ਦੁੱਧ ਦਾ ਜਦੋਂ ਗਲਾਸ ਭਰਾ ਦੁੱਧ ਦਾ ਜਦੋਂ ਗਲਾਸ ਭਰਾ ਛੋਟੀ ਦੀ ਪੁੱਥੀ ਸੁੱਜਦੀ ਹੈ। ਦੁੱਧ ਦਾ ਜਦੋਂ ਗਲਾਸ ਭਰਾਂ ਛੋਟੀ ਦੀ ਬੂਥੀ ਸੀ, ਜਿਹੜੀ ਆਪਣੀ ਪੰਡਾਲ ਵੇਟ ਵਾਲੀ ਆ ਛੋਟੀ, ਇਹ ਤਾਂ ਬਹੁਤ ਤੇਜ਼ ਆ ਮਧਰੋ ਜੀ ਮੁਖਤਿਆਰ ਕੁਰੇ, ਇਹਨੇ ਆਪਣਾ ਬੁਰਾ ਹਾਲ ਕਰਿਆ ਪਿਆ। ਕੋਈ ਗੱਲ ਨਹੀਂ, ਆਪਾਂ ਬਾਬੇ ਦੇ ਪੋਚਾ ਲਾ ਕੇ ਰੋਟੀ ਖਾ ਲਿਆ ਕਰਾਂਗੇ। ਆ ਦੇਖ ਜੈਲਾ ਤੇਰੇ ਕੋਲੇ ਖੜਾ, ਝੋਲਾ ਲੱਗੇ ਬਹੁਤ ਪੈਸੇ। ਕੋਈ ਗੱਲ, ਮੈਂ ਦੁੱਧ ਦਾ ਜਦੋਂ ਗਲਾਸ ਭਰਾਂ ਹਾਏ ਦੁੱਧ ਦਾ ਜਦੋਂ ਗਲਾਸ ਭਰਾਂ ਛੋਟੀ ਦੀ ਬੂਥੀ ਸੁੱਜਦੀ ਹੈ। ਮੈਂ ਕੀ ਕਰਾਂ ਸਰਦਾਰਾ ਮੈਨੂੰ ਹਾਲੀ ਘਰ ਵਿੱਚ ਸੁੱਜਦੀ ਹੈ, ਮੈਂ ਕੀ ਕਰਾਂ ਸਰਦਾਰਾ ਮੈਨੂੰ ਹਾਲੀ ਘਰ ਵਿੱਚ ਪੁੱਗਦੀ ਹੈ। ਮੁਖਤਿਆਰ ਕੁਰੇ, ਜਦੋਂ ਮੈਂ ਝੋਲਾ ਕੱਛ 'ਚ ਪਾਇਆ ਨਾ, ਸਕੀਮ ਦਿਮਾਗ 'ਚ ਆ ਗਈ। ਵੈਸੇ ਭਾਈ ਨੂਰਪੁਰ ਜੱਟਾਂ ਆਏ ਹੋਏ ਆ, ਕਿਤੇ ਮੈਂ ਜੋਸ਼ 'ਤੇ ਆ ਕੇ ਕਿਤੇ ਹੋਰ ਨਾ ਕਿਤੇ ਬਾਂਹ ਜੀ ਮਾਰਦਾ, ਕਿਤੇ ਕੇਲੇ ਫਿਸ ਨਾ ਜਾਣ। ਚੱਲ ਕੋਈ ਗੱਲ ਨਹੀਂ, ਮੈਨੂੰ ਪਤਾ ਤੂੰ 70 ਸਾਲ ਦੀ, ਮੈਨੂੰ ਪਤਾ ਤੇਰੇ ਦੰਦ ਹੈ ਨਹੀਂ, ਮੈਨੂੰ ਪਤਾ। ਕੋਈ ਗੱਲ ਨਹੀਂ, ਮੈਂ ਤੈਨੂੰ ਕੌਲੀ 'ਚ ਪਾ ਕੇ ਦੇ ਦੂੰ, ਚਮਚੇ ਨਾ ਫੱਟੇ ਚੱਕਦੀ ਚੰਗਾ। ਚਾਰ ਕਿੱਲੇ ਆਪਣੇ ਹਿੱਸੇ ਦੀ, ਆਪਣੇ ਕੋਲੇ 12 ਕਿੱਲੇ ਪੈਲੀ ਦੇ ਆ, ਚਾਰ ਚਾਰ ਤਾਂ ਨਕੰਮੇ ਮੁੰਡਿਆਂ ਨੂੰ ਆ ਜਾਣਗੇ। ਜਿਹੜੇ ਆਪਣੇ ਵਾਲੇ 4 ਕਿੱਲੇ ਆ, ਉਹਨਾਂ ਦੀ ਸਕੀਮ ਸੁਣ ਲਾ, ਨੇੜੇ ਰਹਿ, ਕੰਧਾਂ ਦੇ ਕੰਨ ਹੁੰਦੇ ਆ। 4 ਕਿੱਲੇ ਆਪਣੇ ਹਿੱਸੇ ਦੀ ਪੈਲੀ ਠੇਕੇ ਉੱਤੇ ਚੜਾਵਾਂਗੇ, ਡਾਵਾਂਗੇ ਮੰਜੇ ਬੈਠ ਕੇ ਵਿੱਚ ਨਾਲੇ ਟੈਲੀ ਵੀਜਨ ਲਿਆਵਾਂਗੇ, ਡਾਵਾਂਗੇ ਮੰਜੇ ਬੈਠ ਕੇ ਵਿੱਚ ਨਾਲੇ ਟੈਲੀ ਵੀਜਨ ਲਿਆਵਾਂਗੇ, ਪਤਾ ਲੱਗੂ ਸਾਰੀ ਦੁਨੀਆ ਦਾ ਭਾਈ, ਪਤਾ ਲੱਗੂ ਸਾਰੀ ਦੁਨੀਆ ਦਾ। ਚਿੱਤਰਹਾਰ ਵੀ ਵੇਖਿਆ ਕਰਾਂਗੇ, ਨਾਲੇ ਮੁੰਡਾ ਨੀ ਸੁਨੱਖਾ ਜਿਹਾ ਮੁੰਡਾ ਗਾਉਂਦਾ, ਵਾਲ ਖੜੇ ਕਰਕੇ ਗਾਉਂਦਾ,
ਜਿਹਨੇ ਸੋਨੇ ਦਾ ਦੰਦ ਲਵਾਇਆ ਵਾ, ਮੋਢੇ 'ਤੇ ਸ਼ੇਰ ਬਣਾਇਆ ਵਾ ਹੁੰਦਾ, ਕਹਿੰਦਾ ਹੁੰਦਾ ਰੈਂਬੋ 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 ਰੈਂਬੋ, ਉਹ ਵੀ ਆਪਾਂ ਵੇਖਿਆ ਕਰਾਂਗੇ, ਮੈਨੂੰ ਤਾਂ ਗੱਲ ਜੱਚ ਗਈ ਨਹੀਂ। ਮੈਂ ਤਾਂ ਖੁਸ਼ ਹੈ, ਤੂੰ ਵੀ ਖੁਸ਼ ਹੈ, ਦੇ ਜਾਈਲੇ ਨੂੰ ਥਾਪੜਾ। ਤੇ ਤੂੰ ਤਾਂ ਐਂ ਕਰਦੇ ਜਿਵੇਂ ਤੇਰਾ ਮੁੰਡਾ ਲੱਗਦਾ ਹੁਣ, ਹੈ ਨਾ ਤੂੰ ਨਾ ਕਾਹ ਤੋਂ ਹੁਣ ਮੁਖ ਤਿਆਰ ਕੁਰੇ, ਕਿਉਂ ਦਾਲ 'ਚ ਪਾਉਣੋਂ ਹਟ ਗਈ ਨੀ। ਮੈਂ ਕੀ ਕਰਾਂ ਸਰਦਾਰਾ ਮੈਨੂੰ ਹਾਂਦੀ ਘਰ ਵਿੱਚ ਪੁੱਗਦੀ ਐ, ਤਾਂ ਹੀ ਹੁਣ ਮੁਖ ਤਿਆਰ ਕੁਰੇ, ਕਿਉਂ ਦਾਲ 'ਚ ਪਾਉਣੋਂ ਹਟ ਗਈ ਨੀ। ਲਓ ਵੀ ਲਾਸ ਜਿਹੜੀ ਫਰਮਾਇਸ਼ ਹੈ, ਤੇਰੇ ਉੱਤੇ ਮਰਿਆ ਫਿਰੇ ਪੁੱਤ ਜੱਟ ਦਾ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ। ਮੇਰਾ ਵੀਰ ਰੰਧਾਵਾ, ਇਹ ਵੀ ਮੇਰੀ ਧੋਤੀ ਵਾਸਤੇ ਦੇ ਕੇ ਚੱਲੇ ਪੈਸੇ ਬਾਈ। ਕਰਮਜੀਤ ਸਾਡੇ ਜਨਮਪੁਰੀ ਜਰਮਨ ਤੋਂ, ਬਹੁਤ ਸਾਰਾ ਮਾਨ ਜਰਮਨ ਤੋਂ। ਕੀ ਕਰੀਏ, ਸਵੇਰੇ ਮੈਂ ਬ੍ਰੇਕਫਾਸਟ ਦੇ ਵਿੱਚ ਕੇਲਾ ਖਾ ਲਿਆ, ਥੋੜ੍ਹੀ ਜ਼ਬਾਨ ਫਿਸਲਣ ਲੱਗ ਜਾਂਦੀ ਹੈ। ਜਰਮਨ ਤੋਂ ਬਹੁਤ ਸਾਰਾ ਮਾਣ ਕਰਦੇ ਨੇ, ਤਹਿ ਦਿਲ ਸ਼ੁਕਰਗੁਜ਼ਾਰ ਕਰਦਾ ਰੰਧਾਵਾ ਵੀਰ ਮੇਰੇ ਸਾਰੇ। ਲਓ ਜੀ, ਤੇਰੇ ਉੱਤੇ ਮਰਿਆ ਫਿਰੇ ਪੁੱਤ ਜੱਟ ਦਾ। ਹਾਂਜੀ, ਹੁਣ ਤਿਆਰ ਹੋਈ ਬਈ, ਭੰਗੜਾ ਪਾ ਲਿਓ ਆਪਾਂ ਆਪਣੀ ਜਗ੍ਹਾ ਤੇ। ਰੰਧਾਵੇ ਬਾਈ ਕਾਨਪੁਰੀ, ਅੱਛਾ ਜੀ, ਠੀਕ ਹੈ, ਨਹੀਂ ਮੈਨੂੰ ਪਤਾ ਬਾਈ। ਹਾਂ ਬਾਈ, ਆਇਆ 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 ਆਇਆ, ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਬਾਈ, ਐਂ ਕਹਿੰਦੇ ਗਾਣਾ ਆਉਣ ਦੇ ਆਉਣ ਦੇ ਆਉਣ ਦੇ, ਆ ਗਿਆ ਆ ਗਿਆ ਬਾਈ, ਐਂ ਆਉਂਦਾ ਬਸ। ਹਾਂਜੀ, ਤੇਰੇ ਤੇ ਮਰਿਆ ਫਿਰੇ ਪੁੱਤ ਜੱਟ ਦਾ। ਡੀਜੇ ਲੱਗਿਆ ਤੇ ਨੱਚਦੇ ਨੇ ਸਾਰੇ, ਡੀਜੇ ਲੱਗਿਆ ਲੱਗਿਆ ਤੇ ਨੱਚਦੇ ਨੇ ਸਾਰੇ, ਹੁਲਾਰਾ ਬਸ ਤੇਰੇ ਲੱਕਦਾ ਲੱਕਦਾ, ਹੋ ਤੇਰੇ ਉੱਤੇ ਮਰਿਆ ਫਿਰੇ ਨੀ ਪੁੱਤ ਜੱਟ ਦਾ ਜੱਟ ਦਾ ਜੱਟ ਦਾ ਜੱਟ ਦਾ। ਨੱਚਦੇ ਨੇ ਸਾਰੇ, ਹੁਲਾਰਾ ਬਸ ਤੇਰੇ ਲੱਕਦਾ ਲੱਕਦਾ, ਤੇਰੇ ਉੱਤੇ ਮਰਿਆ ਫਿਰੇ ਨੀ ਪੁੱਤ ਜੱਟ ਦਾ, ਤੇਰੇ ਉੱਤੇ ਡੁੱਲਿਆ ਫਿਰੇ ਨੀ ਪੁੱਤ ਜੱਟ ਦਾ, ਤੇਰੇ ਉੱਤੇ ਮਰਿਆ ਫਿਰੇ ਨੀ ਪੁੱਤ ਜੱਟ ਦਾ। Yeah.
ਕੇ ਮਾਰਾ ਲਲਕਾਰਾ ਦਾਰੂ ਪੀ ਕੇ ਦਾਰੂ ਪੀ ਕੇ ਮਾਰਾ ਲਲਕਾਰਾ ਦਾਰੂ ਪੀ ਕੇ ਪੀ ਕੇ ਮਾਰਾ ਲਲਕਾਰਾ ਤੇ ਬਹੁਤ ਰੰਗ ਡੱਟ ਪੱਟਦਾ ਪੱਟਦਾ ਤੇਰੇ ਉੱਤੇ ਮਰਿਆ ਫਿਰ ਪੁੱਤ ਜੱਟਦਾ ਤੇਰੇ ਉੱਤੇ ਡੁੱਲਿਆ ਫਿਰ ਪੁੱਤ ਜੱਟਦਾ ਤੇਰੇ ਉੱਤੇ ਮਰਿਆ ਫਿਰ ਪੁੱਤ ਜੱਟਦਾ ਵੱਡਾ ਬਾਈ ਜੀ ਸਾਡੇ ਜਰਮਨ ਤੋਂ ਬਹੁਤ ਸਾਰਾ ਮਾਣ ਕਰਦੇ ਆ ਤੇ ਕਾਨਪੁਰ ਵਾਲਾ ਜਿਹੜਾ ਕਾਨਪੁਰ ਵਾਲਾ ਗਰਾਰੀ ਵਾਲਾ ਮੈਗਜ਼ੀਨ ਵਾਲਾ ਕਾਨਪੁਰ ਤੋਂ ਲਿਆਂਦਾ ਬੱਤੀ ਬੋਰਦਾ ਕਾਨਪੁਰ ਤੋਂ ਕਾਨਪੁਰ ਤੋਂ ਲਿਆਂਦਾ ਬੱਤੀ ਬੋਰਦਾ ਨੂੰ ਹੁਣ ਨੰਦ ਡੋਲ ਬੱਲੀਏ ਬੱਲੀਏ ਅੰਬਰਾਂ ਨੂੰ ਉੱਡ ਚੱਲੀਏ ਨ ਚੱਲ ਚੱਲੀਏ 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 ਖੁਸਾ ਤਿੱਲੇਦਾਰ ਨੀ ਹੁਣ ਤੈਨੂੰ ਮਿਲਣਾ ਪਊ ਤੇਰਾ ਆ ਗਿਆ ਬੈਲੀ ਯਾਰ ਹੁਣ ਤੈਨੂੰ ਮਿਲਣਾ ਪਊ ਤੇਰਾ ਆ ਗਿਆ ਬੈਲੀ ਯਾਰ ਹੁਣ ਤੈਨੂੰ ਮਿਲਣਾ ਪਊ ਆ ਗਿਆ ਬੈਲੀ ਯਾਰ ਹੁਣ ਤੈਨੂੰ ਮਿਲਣਾ ਪਊ ਕਾਲੇ ਬੁਲਟ ਤੇ ਕਾਲੇ ਕੱਪੜੇ ਕਾਲੇ ਬੁਲਟ ਤੇ ਕਾਲੇ ਕੱਪੜੇ ਖੁਸਾ ਤਿੱਲੇਦਾਰ ਹੁਣ ਤੈਨੂੰ ਮਿਲਣਾ ਪਊ ਤੇਰਾ ਆ ਗਿਆ ਬੈਲੀ ਤੇਰਾ ਆ ਗਿਆ ਬੈਲੀ ਤੇਰਾ ਆ ਗਿਆ ਬੈਲੀ ਯਾਰ ਹੁਣ ਤੈਨੂੰ ਮਿਲਣਾ ਪਊ ਯਾਰ ਹੁਣ ਤੈਨੂੰ ਮਿਲਣਾ ਪਊ ਆ ਗਿਆ ਬੈਲੀ ਯਾਰ
ਬਾਈ ਜੀ ਗੱਲ ਇਹ ਹੈ ਮੈਂ ਰੋਪੜ ਤੋਂ ਚੱਲ ਕੇ ਤੁਹਾਡੀ ਸੇਵਾ ਕਰਨ ਆਇਆ। ਵੈਸੇ ਮੇਰਾ ਜ਼ਿਲ੍ਹਾ ਬਰਨਾਲਾ ਹਲਕਾ ਭਦੌੜ ਜਿੱਥੇ ਮੁਹੰਮਦ ਸਦੀਕ ਸਾਹਿਬ MLA ਬਣੇ ਆ। ਸਾਡੇ ਰੋਪੜ ਸ਼ਹਿਰ ਤੋਂ ਇੱਕ ਬਹੁਤ ਵਧੀਆ ਗਵਈਆ ਸੀ, ਜਦੋਂ ਦਾ ਨਾਂ ਲਵਾਂਗੇ ਚੰਦ ਲੈਣਾ ਛੂ ਲਾਂਗੇ ਫਿਰ ਪਤਾ ਲੱਗ ਜੂਗਾ। ਸਾਡੇ ਸ਼ਹਿਰ ਤੋਂ ਬਾਈ ਸੀ ਬੜੇ ਫੇਮਸ ਕਲਾਕਾਰ, ਪਤਾ ਕਿਹੜੇ? ਜਿਹਦੇ ਹੋਠ ਕਿਹੜਾ ਮੋਢੇ ਦੇ ਨਾਲ ਹੀ ਨੀ ਪੱਗ ਬੰਨਦਾ ਜੇ ਆਉਣੇ ਮੋੜ ਵਾਲੀ ਨੀ। ਹਥਿਆਰ ਰੱਖੀ ਦੇ ਦੋ ਨੰਬਰ ਦੇ ਇੱਕ ਨੰਬਰ ਦੇ ਯਾਰ ਰੱਖੀ ਦੇ ਹਥਿਆਰ ਰੱਖੀ ਦੇ ਦੋ ਨੰਬਰ ਦੇ ਭਾਈ ਇੱਕ ਨੰਬਰ ਦੇ ਭਾਈ ਇੱਕ ਨੰਬਰ ਦੇ ਭਾਈ ਇੱਕ ਨੰਬਰ ਦੇ ਯਾਰ ਰੱਖੀ ਦੇ ਹੋਏ ਹੋਏ ਆਉਂਦੀ ਹੈ ਨੀ ਸਿੱਧੇ ਸਾਦੇ ਬੰਦਿਆਂ ਉਹ ਮਾੜਿਆਂ ਦੇ ਨਾਲ ਮਾੜੇ ਆ ਬਾਈ ਚੰਗਿਆਂ ਦੇ ਨਾਲ ਚੰਗੇ ਆ ਜਾਓ ਬਾਈ ਨੱਚ ਲਓ। ਸਾਨੂੰ ਆਉਂਦੀ ਭਾਜੀ ਮੋੜਨੀ ਨਹੀਂ ਸਿਰਾਂ ਦੇ ਉੱਤੇ ਭਾਰ ਰੱਖੀ ਦੇ ਹਥਿਆਰ ਰੱਖੀ ਦੇ ਦੋ ਨੰਬਰ ਦੇ ਇੱਕ ਨੰਬਰ ਦੇ ਸਾਡੇ ਮਨਮਿੰਦਰ ਪੱਡਾ ਜੀ ਨਿਊਜ਼ੀਲੈਂਡ ਤੋਂ ਉਹਨਾਂ ਦੇ ਨਾਂ ਤੇ ਬਹੁਤ ਸਾਰਾ ਮਾਣ। ਥੈਂਕ ਯੂ। ਇੱਕ ਬਾਈ ਜੀ ਕਹਿੰਦੇ ਨਵੇਂ ਗਾਣੇ ਦਾ ਟੋਟਕਾ ਉਹ ਵੀ ਸੁਣਾ ਦਿਓ। ਹੁਣ ਨਾਂ ਵੀ ਚੱਲੂਗਾ ਸਾਡਾ ਸਿੱਕਾ ਵੀ ਚੱਲੂਗਾ ਸਾਡਾ ਕਰਮਜੀਤ ਪੱਡਾ ਸਾਡੇ ਜਰਮਨ ਤੋਂ ਬਹੁਤ ਸਾਰਾ ਮਾਣ। ਥੈਂਕ ਯੂ ਬਾਈ ਜੀ। ਨਾ ਵੀ ਚੱਲੂਗਾ ਸਾਡਾ ਸਿੱਕਾ ਵੀ ਚੱਲੂਗਾ।
ਫਰਾਰੀਆਂ ਚ ਘੁੰਮੇਗੀ ਨੀ ਜੱਟ ਦਾ ਜਿਗਾੜ ਕੀਤੇ ਲੱਗ ਲੈਣ ਦੇ ਸਵਾਰੀਆਂ ਨੂੰ ਛੱਡ ਤੂੰ ਫਰਾਰੀਆਂ ਚ ਘੁੰਮੇਗੀ ਸਵਾਰੀਆਂ ਨੂੰ ਛੱਡ ਤੂੰ ਫਰਾਰੀਆਂ ਚ ਘੁੰਮੇਗੀ ਜੱਟ ਦਾ ਜਿਗਾੜ ਕੀਤੇ ਲੱਗ ਲੈਣ ਦੇ ਸਵਾਰੀਆਂ ਨੂੰ ਛੱਡ ਤੂੰ ਫਰਾਰੀਆਂ ਚ ਘੁੰਮੇਗੀ ਨੀ ਜੱਟ ਦਾ ਜਿਗਾੜ ਕੀਤੇ ਲੱਗ ਲੈਣ ਦੇ ਵਿੱਚ ਸੁਰਮਾ ਨੀ ਪਾਇਆ ਬਿੱਲੀਆਂ ਪਾਇਆ ਬਿੱਲੀਆਂ ਅੱਖਾਂ ਦੇ ਵਿੱਚ ਸੁਰਮਾ ਕਮਾਲ ਬਿੱਲ ਤੇਰੀ ਅੱਖ ਦਾ ਅੱਖ ਦਾ ਤੇਰੇ ਉੱਤੇ ਮਰਿਆ ਫਿਰੇ ਨੀ ਪੁੱਤ ਜੱਟ ਦਾ ਤੇਰੇ ਉੱਤੇ ਡੁੱਲਿਆ ਫਿਰੇ ਨੀ ਪੁੱਤ ਜੱਟ ਦਾ ਤੇਰੇ ਉੱਤੇ ਮਰਿਆ ਫਿਰੇ ਨੀ ਪੁੱਤ ਜੱਟ ਦਾ ਤੇਰੇ ਉੱਤੇ ਡੁੱਲਿਆ ਫਿਰ ਨੀ ਪੁੱਤ ਜੱਟ ਦਾ ਸਾਡੇ ਸੁਖਵੰਤ ਬਾਈ ਜੀ ਕੈਨੇਡਾ ਤੋਂ ਯੂਕੇ ਤੋਂ ਉਹਨਾਂ ਦੇ ਨਾਂ ਤੇ ਵੱਡੇ ਵੀਰ ਦੇ ਨਾਂ ਤੇ ਬਹੁਤ ਸਾਰਾ ਮਾਣ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਇੱਕ ਸੌ ਰੁਪਇਆ ਸੁੱਖਾ ਕਾਲੋਂ ਦੇ ਨਾਂ ਤੇ ਬਹੁਤ ਸਾਰਾ ਮਾਣ ਥੈਂਕ ਯੂ ਬਾਈ ਜੀ ਮਿਹਰਬਾਨੀ ਸ਼ੁਕਰੀਆ ਇਹ ਤਾਂ ਤੇਰੇ ਨਾਲ ਕਿਹੜਾ ਆਲਾ ਦੇਤਾ ਤੇਰੇ ਨਾਲ ਕਿਹੜਾ ਇਹ ਤਾਂ ਤੇਰੇ ਨਾਲ ਗੇੜਾ ਚੰਗੀ ਹਣਾ ਸਾਰਾ ਨੱਚਦਾ ਨੱਚਦਾ ਹੋ ਤੇਰੇ ਉੱਤੇ ਮਰਿਆ ਫਿਰੇ ਨੀ ਪੁੱਤ ਜੱਟਦਾ ਤੇਰੇ ਉੱਤੇ ਡੁੱਲਿਆ ਫਿਰੇ ਨੀ ਪੁੱਤ ਜੱਟਦਾ ਤੇਰੇ ਉੱਤੇ ਮਰਿਆ ਫਿਰੇ ਨੀ ਪੁੱਤ ਜੱਟਦਾ ਉਹ ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਸੀ ਉਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਰਿੰਡ ਭੰਗੜਾ ਤਾਂ ਸੱਜਦਾ ਜੇ ਨੱਚੇ ਸਾਰਾ ਨੂਰਪੁਰ ਜੱਟਾਂ ਪਿੰਡ ਉਹ ਭੰਗੜਾ ਤਾਂ ਸੱਜਦਾ ਨੱਚੇ ਸਾਰਾ ਪਿੰਡ ਜੇ ਨੱਚੇ ਸਾਰਾ ਪਿੰਡ ਜੇ ਨੱਚੇ ਸਾਰਾ ਪਿੰਡ ਬਾਈ ਜੀ ਤਾੜੀਆਂ ਤੂੜੀਆਂ ਮਾਰ ਦਿਓ ਬਾਈ ਜੀ ਪਿੱਛੇ ਸੱਸ ਮੇਰੀ ਨੇ ਮੁੰਡੇ ਜੰਮੇ ਜੰਮ ਜੰਮ ਭਰੀ ਰਸੋਈ ਸੱਸ ਮੇਰੀ ਨੇ ਮੁੰਡੇ ਜੰਮੇ ਜੰਮ ਜੰਮ ਭਰੀ ਰਸੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ
ਸਾਰੇ ਮਾਂ ਵਰਗੇ ਸਾਰੇ ਮਾਂ ਵਰਗੇ ਸਾਰੇ ਮਾਂ ਵਰਗੇ ਸਾਰੇ ਮਾਂ ਵਰਗੇ ਕੋਈ ਕਈ ਵਾਰੀ ਭੈਣ ਸੋਚਦੀ ਹੈ ਮੇਰਾ ਭਰਾ ਜੁਗੜਿਆਂ ਬਾਅਦ ਮੈਨੂੰ ਮਿਲਣਾ ਹੈ, ਬੇ ਵੀਰਾ ਤੈਨੂੰ ਨਿੰਬੂ ਪਾਣੀ ਪਿਲਾਵਾਂ ਕਿ ਕੌਫੀ ਕਿ ਚਾਹ। ਕਈ ਮੇਰੇ ਵਰਗੇ ਇਹੋ ਜਿਹੇ ਬਲੱਜ ਹੁੰਦੇ ਆ, ਪੋਲਾ ਜਿਹਾ ਮੂੰਹ ਕਰਕੇ ਕਹਿੰਦੇ ਕੋਈ ਨੀ ਭੈਣੇ ਪੈਗ ਹੀ ਲਾ ਲਾਂਗੇ। ਹਾਂਜੀ, ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ, ਤੈਨੂੰ ਵੀਰਾ ਤੁਸ ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ, ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ, ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ, ਤੈਨੂੰ ਵੀਰਾ ਤੁਸ ਦਰਸ਼ਨਾ। ਨੱਖੇ ਮੁੰਡੇ ਜੰਮਦੇ ਹੋਰ ਸਾਰੇ ਸੱਸ ਦੇ ਸੁਨੱਖੇ ਮੁੰਡੇ ਜੰਮਦੇ, ਮੇਰੇ ਲਈ ਮੇਰੇ ਲਈ ਮੇਰੇ ਲਈ ਜੰਮ ਦਿੱਤਾ ਕਾਲਾ ਮੇਰੀ ਸੱਸ ਨੇ, ਇੱਥੇ ਨੀ ਇੱਥੇ ਨੀ ਇੱਥੇ ਕਰ ਦਿੱਤਾ ਕਾਲਾ ਮਾਰਾ ਮੇਰੀ। ਬੋਲੀਆਂ ਪਾਉਂਦਾ ਸੀ ਰੰਧਾਵਾ, ਕਹਿੰਦਾ ਮਾੜਾ ਜਿਹਾ ਮਿਰਜ਼ਾ ਲਾ ਦੇ ਬਾਈ, ਹੁਣ ਸਮਾਪਤੀ ਵੱਲ ਜਾ ਰਹੇ ਹਾਂ ਆਪਾਂ। ਸੋ ਬੀਟ ਦਾ ਮੈਂ ਕਹਿਣਾ ਨਹੀਂ ਮੋੜਦਾ, ਲਾਸਟ ਮਿਰਜ਼ਾ ਮਿਰਜ਼ਾ ਜੱਟ ਜਿਸ ਵਕਤ ਸਾਹਿਬਾਂ ਨੂੰ ਕੱਢ ਕੇ ਲਿਆਉਂਦਾ ਰਸਤੇ ਦੇ ਵਿੱਚ ਪੱਟ ਦਾ ਸਿਰਹਾਣਾ ਲਾ ਕੇ ਸੌ ਜਾਂਦਾ। ਉਹ ਮਿਰਜ਼ੇ ਨੂੰ ਕੋਈ ਪੁੱਛਣ ਵਾਲਾ ਹੋਵੇ ਭਲਿਆ ਮਾਨਸਾ, ਕੋਈ ਬੰਦਾ ਕਿਸੇ ਦੀ ਪਿੱਤਲ ਦੀ ਕੌਲੀ ਚੱਕ ਲਏ ਤਾਂ ਲੜਾਈ ਨਹੀਂ ਹਟਦੀ, ਕਿਸੇ ਦੀ ਕੁੜੀ ਨੂੰ ਕੱਢ ਕੇ ਲਿਆ ਟਾਈਮ ਦੇ ਘਰੇ ਪਹੁੰਚ ਜਾ। ਜੱਟ ਬੰਦਾ ਸੀ, ਰਾਤ ਦਾ ਅੰਘਾਇਆ ਸੀ, ਥੋੜ੍ਹੀ ਜਿਹੀ ਅੜਵਾਈ ਕਰ ਗਿਆ, ਨਹੀਂ ਅੱਜ ਨੂਰਪੁਰ ਜੱਟਾਂ ਮੇਲੇ 'ਤੇ ਲਾਜ਼ਮੀ ਆਉਣਾ ਸੀ ਮਿਰਜ਼ੇ ਨੇ। ਜਦੋਂ ਮਿਰਜ਼ੇ ਦੀ ਗੱਲ ਆਉਂਦੀ ਹੈ ਹਰ ਇੱਕ ਗੱਭਰੂ ਦਾ ਹੱਥ ਆਪਣੀਆਂ ਆਟੋਮੈਟਿਕਲੀ ਮੁੱਛਾਂ 'ਤੇ ਚਲਿਆ ਜਾਂਦਾ, ਕਿਉਂਕਿ ਹਰ ਇੱਕ ਬੰਦਾ ਆਪਣੇ ਆਪ ਨੂੰ ਮਿਰਜ਼ਾ ਸਮਝਣ ਲੱਗ ਜਾਂਦਾ। ਲੋਕ ਕਹਿਣ ਲੱਗਿਆ ਪੰਜਾਬ ਦੀ ਲੋਕ ਗਾਥਾ ਮਿਰਜ਼ਾ।
ਪਿਛਾ ਕਦੇ ਨਾ ਆਇਓ ਕੰਮ ਹੋ ਵੀ ਸਾਹਿਬਾ ਕਿਹੜੀ ਪਦਮਣੀ ਕਿਹੜੀ ਪਦਮਣੀ ਉਹ ਵੀ ਰੰਨਾ ਵਰਗੀ ਰੰਨ ਬੇ ਤੂੰ ਆਖੇ ਲਗਮਨ ਮੇਰੀਆਂ ਪੱਕੀ ਮੋੜਤ ਵੇਲੇ ਬੰਨ ਤੈਨੂੰ ਆਪ ਤੋਂ ਛੋਟੀ ਵਿਆਹਿਆ ਜੱਟਾ ਰੂਪ ਜੱਟੀ ਦਾ ਧੰਨ ਜੇ ਤੂੰ ਚੱਲਿਆ ਵਿਆਹ ਕਰਵਾਉਣ ਨੂੰ ਮੇਰੇ ਪੇਕੇ ਲੈ ਜਾ ਜੰਨ ਜੇ ਤੂੰ ਚੱਲਿਆ ਭੁੱਖਾ ਦੁੱਧ ਦਾ ਮੇਰੀਆਂ ਬੂਰੀਆਂ ਲੈ ਜਾ ਭੰਨ ਮਿਰਜਿਆ ਬੂਰੀਆਂ ਲੈ ਜਾ ਭੰਨ ਬੂਰੀਆਂ ਲੈ ਜਾ ਭੰਨ ਬੂਰੀਆਂ ਲੈ ਜਾ ਭੰਨ ਹੁਜਰੇ ਸ਼ਾਮ ਕੀਮ ਦੇ ਇੱਕ ਜੱਟੀ ਅਰਜ ਕਰੇ ਪੰਜ ਸੱਤ ਮਰਨ ਗੁਆਂਢਣਾ ਬਾਕੀ ਰਹਿੰਦੀਆਂ ਨੂੰ ਤਾਪ ਚੜੇ ਉਹ ਕੁੱਤੀ ਮਰੇ ਫਕੀਰ ਦੀ ਜਿਹੜੀ ਚਾਉਂ ਚਾਉਂ ਨਿਤ ਕਰੇ ਗਲੀਆਂ ਹੋ ਜਾਣ ਸੁਨੀਆਂ ਵਿੱਚ ਮਿਰਜਾ ਯਾਰ ਫਿਰੇ ਓ ਹੁਜਰੇ ਸ਼ਾਮ ਕੀਮ ਦੇ ਜੱਟੀ ਅਰਜ ਕਰੇ ਉਹ ਪੰਜ ਸੱਤ ਮਰਨ ਗੁਆਂਢਣਾ ਬਾਕੀ ਰਹਿੰਦਿਆਂ ਨੂੰ ਤਾਪ ਚੜੇ ਉਹ ਕੁੱਤੀ ਮਰੇ ਫਕੀਰ ਦੀ ਜਿਹੜੀ ਚੌਂ ਚੌਂ ਨਿਤ ਕਰੇ ਉਹ ਹੱਟੀ ਸੜੇ ਕਰਾੜ ਦੀ ਜਿੱਥੇ ਦੀਵਾ ਨਿਤ ਬੜੇ ਉਹ ਗਲੀਆਂ ਹੋ ਜਾਣ ਸੁਨੀਆਂ ਹੋ ਜਾਣ ਸੁਨੀਆਂ ਵਿੱਚ ਮਿਰਜਾ ਯਾਰ ਫਿਰੇ ਬੇਲੀਓ ਹਾਣੀਓ ਕੱਲਾ ਹਾਣੀਓ ਬੇਲੀਓ ਹਾਣੀਓ ਬੇਲੀਓ
ਸਾਣੀਓ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਪ੍ਰੋਗਰਾਮ ਕਰਦਿਆਂ ਕੋਈ ਗਲਤੀ ਫਲਤੀ ਹੋ ਗਈ ਮਾਫ਼, ਥੈਂਕ ਯੂ ਭਾਈ।